ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਗੱਲ ਕਰਦੇ ਆ ਆਪਾਂ ਅੱਜ ਸਾਡੀਆਂ ਉਪ ਪਛਾਵਾਂ ਬਾਰੇ ਉਪ ਪਛਾਵਾਂ ਦਾ ਟੌਪਿਕ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਸੈਕੰਡ ਗ੍ਰੇਡ ਦੇ ਵਿੱਚ ਵੀ ਲਾਗੂ ਹੈ ਫਰਸਟ ਗ੍ਰੇਡ ਦੇ ਵਿੱਚ ਵੀ ਲਾਗੂ ਹੈ ਤੇ ਜਿਹੜਾ ਗ੍ਰੇਡ 3 ਦਾ ਮੇਨ ਪੇਪਰ ਹੋਊਗਾ ਉਹਦੇ ਵਿੱਚ ਵੀ ਇਹ ਜਿਹੜਾ ਟੌਪਿਕ ਹੈ ਲਾਗੂ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਬਾਰੇ ਚਰਚਾ ਕਰਾਂਗੇ ਨਾਲ ਨਾਲ ਆਪਾਂ ਇਹ ਦੇਖਾਂਗੇ ਵੀ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੇ ਵਿੱਚੋਂ ਕਿਹੜੀ ਉਪ ਭਾਸ਼ਾ ਦਾ ਮਤਲਬ ਇੱਕ ਦੂਜੀ ਦਾ ਕੰਪੈਰੀਸ਼ਨ ਦੇ ਵਿੱਚ ਵੀ ਥੋੜਾ ਜਿਹਾ ਦੇਖਾਂਗੇ ਇਹਦੇ ਨਾਲ ਥੋੜੀਆਂ ਜਿਹੀਆਂ ਹੋਰ ਸਥਿਤੀਆਂ ਆਪਣੀ ਜਿਹੜੀ ਉਪ ਭਾਸ਼ਾ ਬਾਰੇ ਉਹ ਕਲੀਅਰ ਹੋਊਗੀ ਸਭ ਤੋਂ ਪਹਿਲਾਂ ਦੋਕ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਉਪ ਭਾਸ਼ਾਵਾਂ ਬਾਰੇ ਤੇ ਨੋਟਿਸ ਦੇ ਵਿੱਚ ਮੈਂ ਕੁਝ ਦੋਕ ਗੱਲਾਂ ਜਿਹੜੀਆਂ ਐਡ ਨਹੀਂ ਕੀਤੀਆਂ ਉਹ ਮੈਂ ਹੁਣ ਕਰ ਦਿੰਨਾ ਜਸਤੀ ਕੀ ਹੈ ਕਿ ਜਦੋਂ ਆਪਾਂ ਉਪ ਭਾਸ਼ਾ ਪੜਦੇ ਆ ਡਾਇਲੈਕਟਸ ਜਿਹਨੂੰ ਆਪਾਂ ਕਹਿ ਦਿੰਨੇ ਆ ਇੰਗਲਿਸ਼ ਦੇ ਵਿੱਚ ਹੂੰ ਜਦੋਂ ਆਪਾਂ ਡਾਇਲੈਕਟਸ ਬਾਰੇ ਪੜ੍ਹਦੇ ਆ ਤਾਂ ਉਦੋਂ ਅੱਛਾ ਉਪ ਭਾਸ਼ਾ ਦਾ ਜਿਹੜਾ ਸੰਕਲਪ ਹੈ ਇਹ ਜੀ ਹਾਂ ਉਪ ਭਾਸ਼ਾ ਦਾ ਸੰਕਲਪ ਹੈ ਜਿਹੜਾ ਇਹ ਸਮਾਜ ਭਾਸ਼ਾ ਵਿਗਿਆਨ ਦੇ ਅੰਤਰਗਤ ਉਚਾਰਿਆ ਜਾਂਦਾ ਹੈ ਆ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ ਵੀ ਸਮਾਜ ਭਾਸ਼ਾ ਵਿਗਿਆਨ ਦੇ ਅੰਤਰਗਤ ਠੀਕ ਹੈ ਬਈ ਸਮਾਜ ਵਿਗਿਆਨ ਨਹੀਂ ਜਾ ਸਮਾਜਿਕ ਵਿਗਿਆਨ ਨਹੀਂ ਸਮਾਜ ਭਾਸ਼ਾ ਵਿਗਿਆਨ ਦੇ ਅੰਤਰਗਤ ਇਹ ਤੁਸੀਂ ਗੱਲ ਥੋੜੀ ਯਾਦ ਰੱਖਣੀ ਹੈ ਉਪ ਭਾਸ਼ਾ ਜਦੋਂ ਪੜ੍ਹਨੀ ਆ ਉਪ ਭਾਸ਼ਾ ਦੇ ਪੜ੍ਹਨ ਵਾਸਤੇ ਸਭ ਤੋਂ ਪਹਿਲਾਂ ਇੱਕ ਵੰਸ਼ ਬਿਰਖ ਮਾਡਲ ਹੋਂਦ ਦੇ ਵਿੱਚ ਆਉਂਦਾ ਹੈ ਵੰਸ਼ ਬਿਰਖ ਮਾਡਲ ਵੀ ਇੱਕ ਭਾਸ਼ਾ ਬਾਕੀ ਸਾਰੀਆਂ ਉਹਦੀਆਂ ਸ਼ਖਾਵਾਂ ਮਤਲਬ ਵੰਸ਼ ਬਿਰਖ ਬਿਰਖ ਹੁੰਦਾ ਜਿਹੜਾ ਵਿਰਖ ਦਰਖਤ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦਾ ਇੱਕ ਮੁੱਢ ਹੁੰਦਾ ਹੈ ਮੁੱਢ ਉਹ ਕਹਿੰਦੇ ਵੀ ਇੱਕ ਮੇਨ ਭਾਸ਼ਾ ਹੈ ਜਿਵੇਂ ਪੰਜਾਬੀ ਪੰਜਾਬੀ ਨੇ ਅਗਰ ਪਪਾਸ਼ਾਵਾ ਮਾਜੀ ਦੁਆਬੀ ਮਲਵਈ ਪੁਆਤੀ ਪੋਠੋਹਾਰੀ ਮਲਤਾਨੀ ਡੋਗਰੀ ਪਹਾੜੀ ਇਹ ਉਪਭਾਸ਼ਾਵਾਂ ਮਤਲਬ ਇੱਕ ਦਰਖਤ ਦੀਆਂ ਜਿਵੇਂ ਟਾਹਣੀਆਂ ਹੁੰਦੀਆਂ ਇਹ ਸਭ ਤੋਂ ਪਹਿਲਾਂ ਉਪਭਾਸ਼ਾਵਾਂ ਨੂੰ ਪੜਨ ਵਾਸਤੇ ਵੰਸ਼ ਬ੍ਰਿਕ ਮਾਡਲ ਹੈ ਜਿਹੜਾ ਇਹ ਹੋਣ ਦੇ ਵਿੱਚ ਆਉਂਦਾ ਪਰ ਜਿਹੜਾ ਸਭ ਤੋਂ ਜ਼ਿਆਦਾ ਪ੍ਰਸਿੱਧ ਦਾ ਮਾਡਲ ਉਹ ਹੈਗਾ ਲਹਿਰ ਸਿਧਾਂਤ ਸਭ ਤੋਂ ਪ੍ਰਸਿੱਧ ਮਾਡਲ ਹੈ ਜਿਹੜਾ ਉਪਭਾਸ਼ਾਵਾਂ ਨੂੰ ਪੜਨ ਵਾਸਤੇ ਲਹਿਰ ਸਿਧਾਂਤ ਅਪਣਾਇਆ ਜਾਂਦਾ ਹੈ ਲਹਿਰ ਸਿਧਾਂਤ ਲਹਿਰ ਸਿਧਾਂਤ ਦੇ ਵਿੱਚ ਕੀ ਆ ਵੀ ਐ ਸਮਝੋ ਵੀ ਤੁਸੀਂ ਵੀ ਸਮੁੰਦਰ ਦੀਆਂ ਲਹਿਰਾਂ ਹਰ ਇੱਕ ਉਪਭਾਸ਼ਾ ਜਿਹੜੀ ਉਹ ਸਮੁੰਦਰ ਦੇ ਵਿੱਚ ਉੱਠ ਲਈ ਲਹਿਰ ਆ ਉਹ ਇੱਕ ਦੂਜੀ ਦੇ ਮਤਲਬ ਬਰਾਬਰ ਚਲਦੀ ਹੈ ਇੱਕ ਦੂਜੀ ਨੂੰ ਕੱਟਦੀ ਨਹੀਂਗੀ ਇਸੇ ਕਰਕੇ ਉਪਭਾਸ਼ਾਵਾਂ ਜਿਹੜੀਆਂ ਇੱਕ ਦੂਜੀ ਨੂੰ ਕਦੇ ਨਹੀਂ ਕੱਟਦੀਆਂ ਇੱਕ ਦੂਸਰੀ ਦੀਆਂ ਸਹਿਯੋਗੀ ਹੈ ਇੱਕ ਦੂਸਰੀ ਦੇ ਵਿਰੋਧ ਨਹੀਂ ਹੈ ਤੁਸੀਂ ਮੰਨ ਲਓ ਕਹੀ ਜਾਂਦੇ ਹੋ ਵੀ ਮੈਂ ਕਹਾਂ ਵੀ ਮੇਰੀ ਉਪਭਾਸ਼ਾ ਜਿਹੜੀ ਉਹ ਜ਼ਿਆਦਾ ਘੈਂਟ ਆ ਫਲਾਣੇ ਦੀ ਵਧੀਆ ਨਹੀਂਗੀ ਉਪਭਾਸ਼ਾ ਸੋ ਇਹ ਸਥਿਤੀ ਹੈ ਜਿਹੜੀ ਸਹੀ ਨਹੀਂਗੀ ਮੇਰੇ ਵਾਸਤੇ ਇਹ ਸਿਸਟਮ ਸਹੀ ਨਹੀਂਗਾ ਐਕਚੁਅਲੀ ਦੇ ਵਿੱਚ ਪਾਸ਼ਾ ਵਿਗਿਆਨ ਵੀ ਇਹੀ ਕਹਿੰਦਾ ਹੈ ਵੀ ਇਹ ਸਿਸਟਮ ਸਹੀ ਨਹੀਂਗਾ ਜੇ ਜੇ ਤੁਸੀਂ ਮੰਨ ਲਓ ਕਿਸੇ ਇੱਕ ਉਪਭਾਸ਼ਾ ਨੂੰ ਦੂਜੀ ਉਪਭਾਸ਼ਾ ਨਾਲੋਂ ਜ਼ਿਆਦਾ ਚੰਗੀ ਦੱਸਦੇ ਹੋ ਤਾਂ ਇਹ ਕੋਈ ਇਹ ਮਤਲਬ ਕੀ ਆ ਵੀ ਤੁਹਾਡੇ ਉਹ ਪੈਮਾਨਾ ਮਾਪਣ ਦੇ ਜਿਹੜੇ ਉਹ ਹੈਗਾ ਜਿਹੜਾ ਹੈਗਾ ਤੁਹਾਡਾ ਪੈਮਾਨਾ ਉਹ ਸਹੀ ਨਹੀਂਗਾ ਉਸ ਨੂੰ ਸਹੀ ਕਰਨ ਦੀ ਲੋੜ ਹੈ ਦੇਖਦੇ ਆ ਕੀ ਕੁਛ ਕਿਹਾ ਹੈ ਪੰਜਾਬੀ ਦੀਆਂ ਉਪਪਸ਼ਾਵਾਂ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਸਭ ਤੋਂ ਪਹਿਲਾਂ ਜਦੋਂ ਉਪਪਸ਼ਾਵਾਂ ਦੀ ਗੱਲ ਕਰੀਏ ਤਾਂ ਉਪਪਸ਼ਾਵਾਂ ਦਾ ਪੰਜਾਬੀ ਦੀਆਂ ਉਪਪਸ਼ਾਵਾਂ ਦਾ ਵਿਧੀਵਤ ਅਧਿਐਨ ਜਿਹੜਾ ਉਹ ਡਾਕਟਰ ਗਰੀਅਰਸ ਨੇ ਸ਼ੁਰੂ ਕੀਤਾ ਸੀਗਾ ਆਪਣੀ ਪ੍ਰਸਿੱਧ ਪੁਸਤਕ ਸੀ ਉਹਦੀ ਲਿੰਗੁਇਸਟਿਕ ਸਰਵੇ ਆਫ ਇੰਡੀਆ ਭਾਰਤ ਦਾ ਭਾਸ਼ਾਈ ਸਰਵੇਖਣ ਪਰ ਉਹਨੇ ਇੱਕ ਕਰ ਲਈ ਗਲਤੀ ਉਨੇ ਦ્વੈਤਵਾਦੀ ਜਾਂ ਦਵੰਡੀ ਸਿਧਾਂਤ ਦਿੱਤਾ ਜਿਵੇਂ ਮੈਂ ਕਈ ਵਾਰੀ ਕਲਾਸਾਂ ਦੇ ਵਿੱਚ ਦੱਸੀ ਵੀ ਹੈ ਗੱਲ ਵੀ ਦਵੰਡੀ ਜਾਂ ਦ્વੈਤਵਾਦੀ ਸਿਧਾਂਤ ਉਹ ਹੈ ਜਿਹਦੇ ਵਿੱਚ ਉਸ ਨੇ ਭਾਰਤੀ ਪੰਜਾਬੀ ਤੇ ਮਤਲਬ ਲਹਿੰਦੀ ਮਤਲਬ ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ ਜਿਹਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਤੇ ਲਹਿੰਦੀ ਦੋਨਾਂ ਨੂੰ ਅਲੱਗ-ਅਲੱਗ ਭਾਸ਼ਾਵਾਂ ਮੰਨ ਲਿਆ ਪਰ ਅਸਲ ਦੇ ਵਿੱਚ ਤੁਹਾਨੂੰ ਪਤਾ ਵੀ ਲਹਿੰਦੀ ਹੈ ਜਿਹੜੀ ਉਹ ਪੰਜਾਬੀ ਦੀ ਇੱਕ ਉਪਭਾਸ਼ਾ ਹੈ ਉਦੀ ਸਭ ਤੋਂ ਵੱਡੀ ਐ ਮਿਸਟੇਕ ਰਹੀ ਉਹਨੂੰ ਦ્વੈਤਵਾਦੀ ਸਿਧਾਂਤ ਕਿਹਾ ਜਾਂਦਾ ਤੇ ਉਹ ਬਾਅਦ ਦੇ ਵਿੱਚ ਜਿੰਨੇ ਆਲੋਚਕ ਹੋਏ ਉਹਨਾਂ ਨੇ ਇਸ ਸਿਧਾਂਤ ਨੂੰ ਖਾਰਜ ਕਰ ਦਿੱਤਾ ਸੀਗਾ ਹਾਲਾਂਕਿ ਚੱਲਦਾ ਹੀ ਆਉਂਦਾ ਹੈ ਅਜੇ ਤੱਕ ਵੀ ਇਹ ਸਿਧਾਂਤ ਹੈ ਜਿਹੜਾ ਪੜ੍ਹਨਾ ਤਾਂ ਆਪਾਂ ਹੁੰਦਾ ਹੀ ਹੈ ਯਾ ਤਾਂ ਰੱਖਣਾ ਹੀ ਪੈਂਦਾ ਹੈ ਨਾ ਪਹਿਲੀ ਵਾਰ ਜਿਹੜਾ ਮਤਲਬ ਪੂਰੇ ਵਿਗਿਆਨਿਕ ਤਰੀਕੇ ਨਾਲ ਪਸ਼ ਉਪਪਾਸ਼ਾਵਾਂ ਦੀ ਵੰਡ ਵਧੀਆ ਕੀਤੀ ਉਹਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਪੂਰਬੀ ਪੰਜਾਬੀ ਵਾਲੀਆਂ ਤੇ ਪੱਛਮੀ ਪੰਜਾਬੀ ਵਾਲੀਆਂ ਜਿਹੜੀਆਂ ਜਿਹਨੂੰ ਪੱਛਮੀ ਪੰਜਾਬੀ ਜਿਹਨੂੰ ਆਪਾਂ ਲੈਂਦੀ ਕਹਿੰਦੇ ਆ ਲੈਂਦੇ ਮਤਲਬ ਜਿੱਧਰ ਜਿੱਧਰ ਨੂੰ ਸੂਰਜ ਲੈਂਦਾ ਹੋਵੇ ਸੂਰਜ ਛਿਪਦਾ ਹੋਵੇ ਆਪਾਂ ਕਹਿ ਦਿੰਨੇ ਉਹਨੂੰ ਲੈਂਦਾ ਪਾਸਾ ਕਿਹਾ ਜਾਂਦਾ ਚੜਦਾ ਮਤਲਬ ਜਿਹੜੇ ਪਾਸਿਓ ਸੂਰਜ ਚੜਦਾ ਚੜਦਾ ਪੰਜਾਬ ਜੇ ਕਹੇ ਕਿਹਾ ਜਾਵੇ ਵੀ ਚੜਦਾ ਪੰਜਾਬ ਕਿਹਨੂੰ ਕਹਿੰਦੇ ਆ ਤਾਂ ਜਿਹੜਾ ਭਾਰਤ ਦੇ ਵਿੱਚ ਪੰਜਾਬ ਹੈ ਲੈਂਦਾ ਪੰਜਾਬ ਜੇ ਤੁਹਾਨੂੰ ਕੋਈ ਪੁੱਛੇ ਵੀ ਕਿਹੜਾ ਤਾਂ ਪਾਕਿਸਤਾਨ ਵਾਲਾ ਪੰਜਾਬ ਹੈ ਠੀਕ ਹੈ ਹਾਂ ਹੁਣ ਕੀ ਹੈ ਵੀ ਵਿਦਿਵਤ ਅਧਿਆਨਾਂ ਜਿਹੜਾ ਪੰਜਾਬੀ ਦੀਆਂ ਪਿਛਾਵਾਂ ਦਾ ਉਹ ਡਾਕਟਰ ਗਰੀਅਰ ਸੰਤੋਸ਼ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਡਾਕਟਰ ਗਰੀਅਰਸ਼ਨ ਦੀ ਗੱਲ ਆਪਣੀ ਕਲੀਅਰ ਹੋ ਗਈ ਛੱਡੋ ਉਸ ਗੱਲ ਨੂੰ ਹੁਣ ਆਪਾਂ ਕਰਦੇ ਆ ਡਾਕਟਰ ਪ੍ਰੀਮ ਪ੍ਰਕਾਸ਼ ਸਿੰਘ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ ਤੁਹਾਨੂੰ ਪਤਾ ਹੀ ਹੈ ਹਾਂ ਇਹਨੇ ਪੰਜਾਬੀ ਦੀਆਂ ਉਪ ਭਾਸ਼ਾਵਾਂ ਕਈ ਗਿਣਾਈਆਂ ਜਿਵੇਂ ਕੇਂਦਰੀ ਜਾਂ ਟਕਸਾਲੀ ਪੰਜਾਬੀ ਮਾਜੀ ਮਲਵਈ ਦੁਆਬੀ ਪੁਆਦੀ ਪਹਾੜੀ ਪਹਾੜੀ ਦੇ ਵਿੱਚ ਡੋਗਰੀ ਤੇ ਕਾਂਗੜੀ ਪੋਠੋਹਾਰੀ ਮਲਤਾਨੀ ਲਹਿੰਦੀ ਆ ਦੇਖੋ ਮਲਤਾਨੀ ਭਾਸ਼ਾ ਨੂੰ ਕਿਹਾ ਜਾਂਦਾ ਲਹਿੰਦੀ ਸਰਾਇਕੀ ਰਾਠੀ ਤੇ ਪਟਿਆਣੀ ਪਸ਼ਾਵਾਂ ਦੇ ਬਾਰੇ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਨੇ ਜ਼ਿਕਰ ਕੀਤਾ ਇਹ ਵੈਸੇ ਕਾਮਨ ਜੀ ਗੱਲ ਆ 10 ਨੰਬਰ ਤੱਕ ਲਿਖਿਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਪਸ਼ਾਵਾਂ ਦਾ ਸੀ ਉਹ ਪਸ਼ਾਵਾਂ ਗਣਾਈਆਂ ਨਹੀਂ ਗੀਆਂ ਤੁਸੀਂ ਦੇਖ ਲਓ ਕਿਤੇ ਕਿਤੇ ਦੋ ਵੀ ਲਿਖਿਆ ਦੇਖੋ ਰਾਠੀ ਤੇ ਪਟਿਆਣੀ ਦੋ ਅਲੱਗ-ਅਲੱਗ ਆ ਹਨਾ ਇਹ ਤਾਂ ਗਿਣਤੀ ਚ ਜ਼ਿਆਦਾ ਹੋ ਗਈਆਂ ਇਸ ਕਰਕੇ ਇਹੋ ਜਿਹਾ ਕੋਈ ਪ੍ਰਸ਼ਨ ਨਹੀਂ ਬਣਦਾ ਬਸ ਵੈਸੇ ਹੀ ਤੁਹਾਨੂੰ ਇੱਕ ਕਾਮਨ ਜਾਣਕਾਰੀ ਦਿੱਤੀ ਹੈ ਵੀ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਨੇ ਵੀ ਆਪਣੇ ਤਰੀਕੇ ਨਾਲ ਉਪ ਪਸ਼ਾਵਾਂ ਦਾ ਵਰਗੀਕਰਨ ਕਰਨਾ ਅੱਛਾ ਡਾਕਟਰ ਹਰਕੀਰਤ ਸਿੰਘ ਦਾ ਵਰਗੀਕਰਨ ਆ ਜਿਹੜਾ ਉਹ ਵੀ ਆਪਣੀ ਥਾਂ ਤੇ ਬਾਹਲੇ ਨਹੀਂ ਰੱਖਿਆ ਬੜਾ ਵਧੀਆ ਉਹਨੇ ਤਿੰਨ ਉਪ ਭਾਸ਼ਾਵਾਂ ਬਣਾਈਆਂ ਤੇ ਅੱਗੇ ਉਪ ਬੋਲੀਆਂ ਗਣਾਈਆਂ ਉਹਨੇ ਇਹ ਬੜੇ ਵਧੀਆ ਤਰੀਕੇ ਨਾਲ ਦੱਸਿਆ ਥੋੜਾ ਜਿਹਾ ਹਣਾ ਉਹ ਆ ਦੇਖੋ ਮੈਂ ਲਿਖਿਆ ਤੁਸੀਂ ਕਹੋਗੇ ਸਰ ਉਪ ਭਾਸ਼ਾ ਤੇ ਕਿਵੇਂ ਹੁੰਦਾ ਮਤਲਬ ਬੋਲੀਆਂ ਬੋਲੀਆਂ ਜਾਂ ਉਪ ਬੋਲੀਆਂ ਦੇ ਆਧਾਰ ਤੇ ਤਾਂ ਉਪ ਭਾਸ਼ਾਵਾਂ ਦਾ ਜਨਮ ਹੁੰਦਾ ਤੇ ਉਪ ਭਾਸ਼ਾਵਾਂ ਦੇ ਆਧਾਰ ਤੇ ਭਾਸ਼ਾ ਦਾ ਜਨਮ ਹੁੰਦਾ ਏ ਥੱਲੇ ਮੈਂ ਗੱਲ ਲਿਖੀ ਹੈ ਇਹ ਥੋੜੀ ਜੀ ਗੱਲ ਤੁਸੀਂ ਗਏ ਮਤਲਬ ਕੀ ਹੈ ਵੀ ਛੋਟੇ ਸਟੈਪ ਤੋਂ ਉੱਪਰ ਜਾਇਆ ਜਾਂਦਾ ਥੱਲੇ ਥੱਲੇ ਉਪ ਬੋਲੀਆਂ ਜਾਂ ਬੋਲੀਆਂ ਉਸ ਤੋਂ ਬਾਅਦ ਉਪ ਭਾਸ਼ਾਵਾਂ ਉਸ ਤੋਂ ਬਾਅਦ ਭਾਸ਼ਾਵਾਂ ਹਾਲਾਂਕਿ ਤੁਸੀਂ ਦੇਖਦੇ ਹੋ ਵੀ ਉਪ ਭਾਸ਼ਾਵਾਂ ਤੇ ਉਪ ਬੋਲੀਆਂ ਚ ਕੋਈ ਖਾਸ ਫਰਕ ਨਹੀਂ ਕੀਤਾ ਜਾਂਦਾ ਆਪਾਂ ਵੀ ਨਹੀਂ ਕਰਨਾਗਾ ਇਸ ਕਰਕੇ ਵੈਸੇ ਹੀ ਹੈ ਜਦੋਂ ਆਪਾਂ ਫਰਕ ਕਰਨਾ ਸਿਰਫ ਡਾਕਟਰ ਹਰਕੀਰਤ ਸਿੰਘ ਦੀ ਗੱਲ ਨੂੰ ਸਮਝਣ ਵਾਸਤੇ ਕਰਨਾ ਹੈ ਬਸ ਇੰਨੀ ਗੱਲ ਹੀ ਹੈ ਵੀ ਹੋਰ ਕੋਈ ਨਹੀਂ ਇਹਦਾ ਮਤਲਬ ਹੈਗਾ ਵੈਸੇ ਬਣਦਾ ਇੱਕੋ ਹੀ ਹੈ ਸ਼ਬਦ ਇੱਕ ਦੂਜੇ ਦੇ ਸਮਾਨਾਰਥੀ ਬਣਦੇ ਉਪਪਾਸ਼ਾਵਾਂ ਉਪਬੋਲੀਆਂ ਕਿਉਂਕਿ ਉਪਪਾਸ਼ਾ ਤੇ ਉਪਬੋਲੀ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈ ਵੀ ਕਿਤਾਹਲਾ ਕੀ ਕਰਨ ਵਾਲਿਆਂ ਨੇ ਪਰ ਉਹਦੇ ਆਪਾਂ ਜਾਣਾ ਹੀ ਨਹੀਂ ਆਪਣਾ ਮੇਨ ਪੁਆਇੰਟ ਹੈ ਜਿਹੜਾ ਉਹ ਆਪਾਂ ਉਪਪਸ਼ਾਵਾਂ ਦਾ ਵਰਗੀਕਰਨ ਖੇਤਰ ਤੇ ਉਪਪਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜਨਾ ਆਪਾਂ ਮੇਨ ਥੋੜੇ ਥੋੜੇ ਰੂਪਰੇਖਾ ਬਣਾਈ ਆ ਬਸ ਮੈਂ ਡਾਕਟਰ ਹਰਕੀਰ ਸਿੰਘ ਕਹਿੰਦਾ ਜੀ ਤਿੰਨ ਇੱਕ ਪੂਰਬੀ ਪੰਜਾਬੀ ਇੱਕ ਪੱਛਮੀ ਪੰਜਾਬੀ ਇੱਕ ਪਹਾੜੀ ਪੰਜਾਬੀ ਜਿਹਨੂੰ ਉੱਤਰੀ ਪੰਜਾਬੀ ਵੀ ਕਹਿ ਸਕਦੇ ਆ ਤੁਸੀਂ ਪੂਰਬੀ ਪੰਜਾਬੀ ਦੀਆਂ ਉਪ ਬੋਲੀਆਂ ਉਹਨੇ ਮਾਝੀ, ਮਲਵਈ, ਪੁਆਦੀ ਤੇ ਦੁਆਬੀ ਗਿਣਾਤੀਆਂ। ਪੂਰਬੀ ਪੰਜਾਬੀ ਮਤਲਬ ਭਾਰਤ ਦੇ ਹਿੱਸੇ ਜਿਹੜਾ ਪੰਜਾਬ ਹੁੰਦਾ ਉਹਨੂੰ ਪੂਰਬੀ ਪੰਜਾਬ ਕਿਹਾ ਉਹਨੇ। ਪੱਛਮੀ ਪੰਜਾਬੀ ਜਾਂ ਲਹਿੰਦੀ ਦੇ ਵਿੱਚ ਉਹਨੇ ਮੁਲਤਾਨੀ, ਪੋਠੋਹਾਰੀ ਤੇ ਹਿੰਦਕੋ ਗਿਣਾਤੀਆਂ। ਪਹਾੜੀ ਪੰਜਾਬੀ ਜਿਹਨੂੰ ਡੋਗਰੀ ਇਹ ਆ ਜਿਹੜੀ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਤੇ ਉਸ ਦੇ ਨਾਲ ਪੈਂਦੇ ਇਲਾਕਿਆਂ 'ਚ ਬੋਲੀ ਜਾਂਦੀ ਹੈ ਡੋਗਰੀ। ਜੰਮੂ ਦੀ ਬੋਲੀ ਕਾਂਗੜੀ, ਪਟਿਆਲ਼ੀ ਤੇ ਪੁਣਛੀ। ਪੁਣਛ ਦੇ ਵਿੱਚ ਹਨਾ ਉਹ ਤੁਸੀਂ ਕਈ ਵਾਰ ਸੁਣਦੇ ਹੈ ਨਾ ਖਬਰਾਂ ਦੇ ਵਿੱਚ ਪੁਨਛ ਦੇ ਏਰੀਆ ਬਾਰੇ ਵੀ ਪੁਨਛ ਦੇ ਵਿੱਚ ਫਾਇਰਿੰਗ ਹੋਈ ਹੈ ਨਾ ਪੁਨਛ ਜਿਹੜਾ ਮਤਲਬ ਇੱਕ ਸੰਜੀਦਾ ਬਈ ਇਲਾਕਾ ਜਾਂ ਹੈ ਨਾ ਜਿਹਦਾ ਮਤਲਬ ਬਹੁਤ ਸੈਂਸਿਟਿਵ ਏਰੀਆ ਹੈ ਪਹਾੜੀ ਪੰਜਾਬੀ ਜਿਹਨੂੰ ਡੋਗਰੀ ਉਹਨੇ ਤਿੰਨ ਤਿੰਨ ਉਪ ਪਛਾਵਾ ਵੰਡ ਕੇ ਅੱਗੇ ਉਹਨਾਂ ਦੀਆਂ ਉਪ ਬੋਲੀਆਂ ਲਿਖਤੀਆਂ ਠੀਕ ਹੈ ਹੁਣ ਗੱਲ ਆ ਗਈ ਆ ਤਾਂ ਹੋਈ ਗੱਲ ਆਪਣੀ ਕਲੀਅਰ ਹੋ ਗਈ ਵੀ ਬੋਲੀਆਂ ਦੇ ਆਧਾਰ ਤੇ ਉਪ ਪਛਾਵਾ ਦਾ ਜਨਮ ਜਾਂ ਬੋਲੀਆਂ ਦੇ ਉਪ ਬੋਲੀਆਂ ਦੇ ਆਧਾਰ ਤੇ ਤੇ ਅੱਗੇ ਉਪ ਪਛਾਵਾ ਦੇ ਆਧਾਰ ਤੇ ਭਾਸ਼ਾ ਦਾ ਜਨਮ ਹੁੰਦਾ ਇਹ ਹੈ ਸਾਰੀਆਂ ਪੰਜਾਬੀ ਦੇ ਨਾਲ ਸੰਬੰਧਤ ਹੁਣ ਉਪਭਾਸ਼ਾ ਤੁਸੀਂ ਕਹੋਗੇ ਸਰ ਉਪਭਾਸ਼ਾ ਇੱਕ ਦੂਜੇ ਜਿਵੇਂ ਮੰਨ ਲਓ ਮਾਝੀ ਤੇ ਮਲਵਈ ਦੋ ਉਪਭਾਸ਼ਾਵਾਂ ਦਾ ਆਪਸ ਦੇ ਵਿੱਚ ਫਰਕ ਕੀ ਹੈ ਇੱਕ ਤਾਂ ਹੈਗਾ ਖੇਤਰ ਦਾ ਫਰਕ ਇੱਕ ਹੈਗਾ ਥੋੜੀ ਬਹੁਤੀ ਸ਼ਬਦਾਵਲੀ ਦਾ ਫਰਕ ਹੈ ਇੰਨਾ ਹੀ ਆ ਬਸ ਦੋ ਚੀਜ਼ਾਂ ਦੇ ਆਧਾਰ ਤੇ ਆ ਦੇਖ ਲਓ ਗੱਲ ਲਿਖੀ ਆ ਮੂਲ ਰੂਪ ਦੇ ਵਿੱਚ ਵੱਖਰੇਵਾ ਮਤਲਬ ਵੱਖਰਾਪਣ ਕੀ ਹੈ ਅਲੱਗ ਕਿਉਂ ਆ ਦੋ ਉਪਪਾਸ਼ਾਵਾਂ ਬਾਜੀ ਤੇ ਮਲਵਈ ਦਾ ਅਲੱਗ-ਅਲੱਗ ਪੜਨ ਦਾ ਮਤਲਬ ਕੀ ਹੈ ਆਪਣਾ ਹੈ ਪੰਜਾਬੀ ਦੀਆਂ ਉਪਪਾਸ਼ਾਵਾਂ ਇਹਦੇ ਪਿੱਛੇ ਮਤਲਬ ਇਹ ਹੈ ਕਿ ਆਪਾਂ ਸ਼ਬਦ ਭੰਡਾਰ ਤੇ ਸ਼ਬਦਾਂ ਦੇ ਉਚਾਰਨ ਦੇ ਬਾਰੇ ਗੱਲ ਕਰਨੀ ਹੈ ਹੈ ਤਾਂ ਮਤਲਬ ਜੇ ਪੰਜਾਬ ਦੀਆਂ ਉਪਪਾਸ਼ਾਵਾਂ ਦੀ ਗੱਲ ਕਰੀਏ ਤਾਂ ਆਪਾਂ ਪੰਜਾਬ ਦੀਆਂ ਉਪਪਾਸ਼ਾਵਾਂ ਦੀ ਵੰਡ ਹੈ ਜਿਹੜੀ ਉਹ ਭੂਗੋਲ ਦੇ ਆਧਾਰ ਤੇ ਹੈ ਭੂਗੋਲਿਕ ਆਧਾਰ ਹੈ ਜਿਹਨੂੰ ਸਮਾਜਿਕ ਭਾਸ਼ਾ ਵਿਗਿਆਨ ਦੇ ਅੰਤਰਗਤ ਆਪਾਂ ਪੜਦੇ ਹਾਂ ਗੱਲ ਕਲੀਅਰ ਹੈ ਜੀ ਅੱਜ ਜਿੰਨੀ ਜਿੰਨੀ ਸ਼ਬਦਾਵਲੀ ਮੈਂ ਬੋਲੀ ਜਾਣਾ ਹੋਬ ਹੋ ਤੁਸੀਂ ਯਾਦ ਰੱਖਣੀ ਹੈ ਇਹ ਡਾਇਰੈਕਟ ਇਸ ਤਰ੍ਹਾਂ ਦੇ ਪ੍ਰਸ਼ਨ ਬਣਦੇ ਆ ਇਹਦੇ ਵਿੱਚੋਂ ਅੱਛਾ ਹੁਣ ਦੇਖੋ ਉਪਭਾਸ਼ਾਵਾਂ ਦਾ ਵਖਰੇਵਾ ਅਲੱਗ ਕਿਵੇਂ ਆ ਮਾਝੀ ਮਲਵਈ ਉਦਾਹਰਣ ਵਾਸਤੇ ਇੱਕ ਦੂਜੀ ਤੋਂ ਅਲੱਗ ਕਿਉਂ ਆ ਸ਼ਬਦ ਭੰਡਾਰ ਦੇ ਵਿੱਚ ਅਲੱਗ-ਅਲੱਗ ਹੈ ਸ਼ਬਦਾਂ ਦੇ ਉਚਾਰਨ ਵਿੱਚ ਅਲੱਗ-ਅਲੱਗ ਆਪਾਂ ਦੇਖਾਂਗੇ ਅੱਗੇ ਜਾ ਕੇ ਕਿਵੇਂ ਆ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਬਲਵਈ ਦੀ वैसे आपा नु पता है वी जेडी पंजाबी दी टक्सالی ਜਾਂ ਕੇਂਦਰੀ ਪੰਜਾਬੀ ਜੀ ਨੂੰ ਆਪਾਂ ਕਹਿ ਦਿੰਦੇ ਮਿਆਰੀ ਭਾਸ਼ਾ ਟਕਸਾਲੀ ਭਾਸ਼ਾ ਕੇਂਦਰੀ ਭਾਸ਼ਾ ਉਹਦਾ ਆਧਾਰ ਹੈ ਜਿਹੜਾ ਉਹ ਮਾਝੀ ਉਪਭਾਸ਼ਾ ਹੈ ਆਪਣੀ ਹਾਲਾਂਕਿ ਇਹ ਬਦਲਦੀ ਰਹਿੰਦੀ ਹੈ ਸਿਸਟਮ ਅੰਗਰੇਜ਼ਾਂ ਵੇਲੇ ਮਲਵਈ ਸੀ ਕਿਉਂਕਿ ਅੰਗਰੇਜ਼ਾਂ ਨੇ ਆਪਣਾ ਸਿਸਟਮ ਲੁਧਿਆਣੀ ਤੋਂ ਸ਼ੁਰੂ ਕੀਤਾ ਸੀ ਲੁਧਿਆਣਾ ਏਰੀਆ ਜਿਹੜਾ ਉਹ ਮਾਲਵੇ ਚ ਆਉਂਦਾ ਉਹ ਮਲਵਈ ਉਪਭਾਸ਼ਾ ਬੋਲੀ ਜਾਂਦੀ ਇਸ ਕਰਕੇ ਅੰਗਰੇਜ਼ਾਂ ਵੇਲੇ ਜਿਹੜੀ ਕੇਂਦਰੀ ਪੰਜਾਬੀ ਸੀਗੀ ਉਹ ਮਲਵਈ ਭਾਸ਼ਾ ਸੀ ਸਭ ਬਦਲਦੀਆਂ ਰਹਿੰਦੀਆਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਅੱਜਕੱਲ ਮਲਵਈ ਭਾਸ਼ਾ ਦੀ ਬਹੁਤ ਬਹੁਤ ਚੜ੍ਹਤ ਹੈ ਬਹੁਤ ਚੜ੍ਹਾਈ ਹੈ ਮਲਵਈ ਉਪਭਾਸ਼ਾ ਦੇ ਵਿੱਚ ਬਹੁਤ ਸਾਹਿਤ ਲਿਖਿਆ ਜਾ ਰਿਹਾ ਇਹਦੇ ਵਿੱਚ ਕੋਈ ਦੋਰਾ ਨਹੀਂ ਹਾਂ ਸਭ ਤੋਂ ਪਹਿਲਾਂ ਮਲਵਈ ਦੀ ਗੱਲ ਕਰਦੇ ਆ ਮਲਵਈ ਸ਼ਬਦ ਜਿਹੜਾ ਉਹ ਮਾਲਵ ਤੋਂ ਬਣਿਆ ਮਾਲਵ ਜਨਪਦ ਤੁਸੀਂ ਪੜ੍ਹਦੇ ਹੋ ਜਦੋਂ ਹਨ ਜਨਪਦ ਪੜ੍ਹਦੇ ਆ ਨਾ ਹਾਂ ਆਰਿਆ ਲੋਕਾਂ ਦੀ ਇੱਕ ਜਾਤੀ ਸੀ ਸੋ ਮਲਵਈ ਹੈ ਜਿਹੜਾ ਸ਼ਬਦ ਇੱਕ ਜਾਤੀ ਸੂਚਕ ਸ਼ਬਦ ਹੈ ਧਿਆਨ ਦੇ ਵਿੱਚ ਰੱਖਣਾ ਆਰਿਆ ਲੋਕਾਂ ਦੀ ਇੱਕ ਜਾਤੀ ਸੀ ਮਾਲਵਾ ਮਾਲਵਾ ਤੋਂ ਮਾਲਵਾ ਜਿਹੜੀ ਇੱਕ ਉਹਨਾਂ ਦੀ ਜਾਤੀ ਸੀ ਇਹਦਾ ਮਤਲਬ ਹੀ ਆ ਵੀ ਮਲਵਈ ਸ਼ਬਦ ਹੈ ਜਿਹੜਾ ਉਹ ਜਾਤੀ ਸੂਚਕ ਹੈ ਯਾਦ ਰੱਖਣਾ ਜਾਤੀ ਸੂਚਕ ਸ਼ਬਦ ਹੈ ਇਹਦੇ ਤੋਂ ਸਾਨੂੰ ਜਾਤੀ ਦਾ ਪਤਾ ਲੱਗਦਾ ਵੀ ਮਲਵਈ ਇੱਕ ਜਾਤੀ ਹੈ ਇਹਦੇ ਖੇਤਰ ਖੇਤਰ ਵੈਸੇ ਮੈਂ ਇੱਕ ਵੀਡੀਓ ਤੁਹਾਨੂੰ ਨੋਰਮਲ ਜੀ ਪਾਈ ਸੀਗੀ ਹਨਾ ਉਹ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਹੈ ਹਨਾ ਵੈਸੇ ਵੀ ਖੇਤਰ ਆ ਜਿਹੜੇ ਬੜੇ ਵਧੀਆ ਟੰਗ ਨਾ ਦਿੱਤੇ ਆ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਵਾਲਾ ਵਿਆਕਰਣ ਹੈ ਨਾ ਜਿਹੜਾ ਜਿਹਦੇ ਉੱਤੇ ਲਿਖਿਆ ਨੌਵੀਂ ਦਸਵੀਂ ਸ਼੍ਰੇਣੀ ਲਈ ਉਹ ਪੰਜਾਬ ਦੇ ਵਿੱਚ ਤਾਂ ਨੌਵੀਂ ਦਸਵੀਂ ਸ਼੍ਰੇਣੀ ਵਾਸਤੇ ਲੱਗਦਾ ਆਪਣੇ ਲੱਗਦਾ ਉਹ 11ਵੀਂ 12ਵੀਂ ਸ਼੍ਰੇਣੀ ਚ ਠੀਕ ਹੈ ਭਾਈ ਉਹਦੇ ਵਿੱਚ ਬੜਾ ਵਧੀਆ ਦਿੱਤਾ ਹੋਇਆ ਹੈ ਹਾਂ ਬਠਿੰਡਾ ਮਾਨਸਾ ਫਰੀਦਕੋਟ ਮੁਖਤਸਰ ਮੋਗਾ ਲੁਧਿਆਣਾ ਸੰਗਰੂਰ ਫਿਰੋਜ਼ਪੁਰ ਦਾ ਕੁਝ ਹਿੱਸੇ ਦੇ ਵਿੱਚ ਮਲਵਈ ਭਾਸ਼ਾ ਬੋਲੀ ਜਾਂਦੀ ਧਿਆਨ ਚ ਰੱਖਣਾ ਤੁਸੀਂ ਪਟਿਆਲੇ ਦਾ ਪੱਛਮੀ ਭਾਗ ਪਟਿਆਲੇ ਦੇ ਪੱਛਮੀ ਭਾਗ ਦੇ ਵਿੱਚ ਵੀ ਮਲਵਈ ਬੋਲੀ ਜਾਂਦੀ ਹੈ ਇਹ ਮਤਲਬ ਕੀ ਹੈ ਦੇਖੋ ਮਲ ਮਲਵਈ ਹੈ ਜਿਹੜੀ ਸਭ ਤੋਂ ਵੱਡੇ ਏਰੀਆ ਚ ਬੋਲੀ ਜਾਂਦੀ ਹੈ ਵੱਡਾ ਭਾਗ ਹੈ ਪੰਜਾਬ ਦੇ ਵਿੱਚ ਲਘੂ ਬੋਲੀਆਂ ਬਹੁਤ ਬਣਦੀਆਂ ਇਹਦੀਆਂ ਅੱਗੇ ਜਾ ਕੇ ਛੋਟੀਆਂ ਉੱਪ ਬੋਲੀਆਂ ਕਹਿ ਲੋ ਤੁਸੀਂ ਮਤਲਬ ਇਹਦੀਆਂ ਦੇਖੋ ਕਿਹੜੀਆਂ ਕਿਹੜੀਆਂ ਦੋ ਦੋ ਕਗਲਾਈਆਂ ਮੈਂ ਬਠੰਡੇ ਤੋਂ ਉਤਲੇ ਵਾਲਾ ਪਾਸਾ ਤੇ ਉਤਾੜ ਉਤਾੜ ਦਾ ਮਤਲਬ ਹੀ ਉੱਤੇ ਵਾਲਾ ਪਾਸਾ ਹੁੰਦਾ ਹੈ ਬਟਿੰਡੇ ਤੋਂ ਉੱਪਰ ਵਾਲਾ ਪਾਸਾ ਹੈ ਜਿਹੜਾ ਨਕਸ਼ੇ ਦੇ ਆਧਾਰ ਤੇ ਜਦੋਂ ਆਪਾਂ ਦੇਖਾਂਗੇ ਨਕਸ਼ੇ ਨੂੰ ਜਦੋਂ ਆਪਾਂ ਉਹ ਨਾਰਥ ਸਾਊਥ ਵਾਲੀ ਸਾਈਡ ਤੇ ਰੱਖ ਕੇ ਦੇਖਾਂਗੇ ਜਿਵੇਂ ਆਪਾਂ ਦੇਖਣ ਦਾ ਤਰੀਕਾ ਹੁੰਦਾ ਹੈ ਹਨਾ ਜਦੋਂ ਪੰਜਾਬ ਦਾ ਨਕਸ਼ਾ ਦੇਖਾਂਗੇ ਤਾਂ ਉੱਪਰ ਵਾਲੀ ਸਾਈਡ ਜਿਹੜੀ ਬੋਲੀ ਹੈ ਹੁਣ ਬਠਿੰਡੇ ਦੇ ਵਿੱਚ ਬੋਲੀ ਬੋਲੀ ਜਾਂਦੀ ਹੈ ਮਲਵਈ ਪਰ ਬਠਿੰਡੇ ਦੇ ਉਤਲੇ ਪਾਸੇ ਤੇ ਬੋਲੀ ਜਾਂਦੀ ਹੈ ਜਿਹੜੀ ਮਲਵਈ ਉਹਨੂੰ ਕਿਹਾ ਜਾਂਦਾ ਉਤਾੜ ਥੋੜਾ ਬਹੁਤਾ ਸ਼ਬਦਾਵਲੀ ਦਾ ਫਰਕ ਥੋੜਾ ਬਹੁਤਾ ਉਚਾਰਣ ਦਾ ਫਰਕ ਇਸ ਕਰਕੇ ਉਤਾੜ ਤੇ ਫਰੀਦਕੋਟ ਦਾ ਜਿਹੜਾ ਹੇਠਲੇ ਵਾਲਾ ਪਾਸਾ ਹੈ ਉਹਦੀ ਬੋਲੀ ਨੂੰ ਕਿਹਾ ਜਾਂਦਾ ਹੈ ਠਾੜ ਹੇਠਲਾ ਮਤਲਬ ਥੱਲੇ ਵਾਲਾ ਉਹਨੂੰ ਉਸੇ ਸ਼ਬਦ ਤੋਂ ਹੀ ਅੱਗੇ ਬਣਿਆ ਠਾੜ ਠਾੜ ਸ਼ਬਦ ਹੇਠਾਂ ਤੋਂ ਹੀ ਬਣਿਆ ਹੁਣ ਇਹਦੀ ਆਪਾਸ਼ਾ ਹੀ ਵਿਸ਼ਾ ਵਿਸ਼ੇਸ਼ਤਾਵਾਂ ਦੇਖ ਲਓ ਅੱਛਾ ਮੈਂ ਤੁਹਾਨੂੰ ਦੱਸਿਆ ਸੀ ਨਾ ਨਾਦੀ ਮਹਾਪ੍ਰਾਣ ਧੁਨੀਆਂ ਜਿਹੜੀਆਂ ਘਗਾ ਛੱਜਾ ਟੱਡਾ ਧੱਦਾ ਤੇ ਪੱਬਾ ਜਿਹੜੀ ਸਾਡੀਆਂ ਉਹ ਹੈਗੀਆਂ ਨਾ ਆਪਣੇ ਜਿਹੜੇ ਕੀ ਨਾ ਲੈਂਦੇ ਆ ਮਤਲਬ ਲਾਈਨਾਂ ਬਣੀਆਂ ਹੋਈਆਂ ਜਿਹੜੀਆਂ ਵਰਣ ਵਾਲਾ ਨਹੀਂ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਚਲੋ ਕੋਈ ਨਹੀਂ ਠੀਕ ਹੈ ਵੀ ਉਹਦੇ ਵਿੱਚ ਕੀ ਹੈ ਵੀ ਕੱਕੇ ਵਾਲੀ ਪਹਿਲਾਂ ਆ ਗਈ ਫਿਰ ਖਖੇ ਫਿਰ ਪਹਿਲਾਂ ਕੱਕੇ ਵਾਲੀ ਆ ਗਈ ਫਿਰ ਚਚੇ ਵਾਲੀ ਫਿਰ ਟੈਂਕੇ ਵਾਲੀ ਫਿਰ ਤੱਤੇ ਵਾਲੀ ਫਿਰ ਪੱਪੇ ਵਾਲੀ ਹੈ ਨਾ ਇਸ ਤਰ੍ਹਾਂ ਹੈ ਨਾ ਉਹਦੇ ਵਿੱਚ ਹਰ ਚੌਥਾ ਅੱਖਰ ਹੈ ਜਿਹੜਾ ਪਹਿਲਾਂ ਕਕਾ ਖਖਾ ਗਗਾ ਘਗਾ ਚਚਾ ਛਛਾ ਜਜਾ ਝਜਾ ਟੈ ਕਾ ਠੱਠਾ ਡੱਡਾ ਢੱਡਾ ਇਹ ਜਿਹੜੇ ਚਾਰ ਚੌਥਾ ਚੌਥਾ ਜਿਹੜੇ ਉਹਨਾਂ ਨੂੰ ਨਾਦੀ ਮਹਾਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚ ਮਲਬਈ ਭਾਸ਼ਾ ਦੇ ਵਿੱਚ ਉਹਨਾਂ ਦੀ ਥਾਂ ਤੇ ਸੁਰ ਉਚਾਰੀ ਜਾਂਦੀ ਹੈ ਉਹਨਾਂ ਦੀ ਥਾਂ ਤੇ ਨਾਦੀ ਮਹਾਪ੍ਰਾਣ ਪਰ ਹੈ ਜਿਹੜਾ ਸੁਰਯੰਤਰੀਆ ਹੈ ਆਪਾਂ ਪੜ੍ਹਦੇ ਆ ਵਿਅੰਜਨ ਸੁਰਯੰਤਰ ਹੈ ਹੋ ਹੈ ਦਾ ਸੁਰ ਦੇ ਵਿੱਚ ਬਹੁਤ ਅਹਿਮ ਸਥਾਨ ਹੈ ਸੁਰ ਸਵਰ ਨਹੀਂ ਸੁਰ ਟੋਨ ਤੁਸੀਂ ਦੁਬਾਰੇ ਵੇਖਿਓ ਮੇਰੀ ਜੜੀ ਪਾਸ਼ਾ ਤੇ ਬਣਾਈ ਗਈ ਜੜੀ ਵਿਆਕਰਣ ਤੇ ਬਣਾਈ ਗਈ ਵੀਡੀਓ ਤੋਂ ਨਹੀਂ ਵਿਗਿਆਨ ਤੇ ਬਣਾਈ ਗਈ ਆ ਉਹਦੇ ਚ ਦੇਖੋਗੇ ਤੁਸੀਂ ਵੀ ਉਹਦੇ ਵਿੱਚ ਮੈਂ ਸੁਰ ਬਾਰੇ ਦੱਸਿਆ ਟੋਨ ਬਾਰੇ ਤਾਂ ਉਦੋਂ ਨਾਦੀ ਮਹਾਪ੍ਰਾਣ ਧੁਨੀਆਂ ਦੀ ਵੀ ਗੱਲ ਕੀਤੀ ਹੈ ਤੇ ਸੂਰਜੰਤਰੀ ਦੀ ਵੀ ਗੱਲ ਕੀਤੀ ਇਹ ਆਪਣੇ ਵਿਅੰਜਨੀ ਰੂਪ ਵਿੱਚ ਕਾਇਮ ਰਹਿੰਦਾ ਹੈ ਬਈ ਮਾਲਵੇ ਦੇ ਲੋਕ ਹੈ ਜਿਹੜੇ ਉਹ ਮਤਲਬ ਤੁਹਾਡਾ ਬੋਲਣਾ ਤੇ ਉਹਨੂੰ ਤੁਹਾਡਾ ਹੀ ਬੋਲਣਗੇ ਮਾਝੇ ਦੇ ਲੋਕ ਧਿਆਡਾ ਬੋਲਣਗੇ ਧਿਆਡਾ ਮਤਲਬ ਉਹ ਹੈ ਨੂੰ ਐਡਾ ਕਰ ਦੇਣਗੇ ਮਾਝੇ ਦੇ ਲੋਕ ਇਸ ਕਰਕੇ ਹੈ ਜਿਹੜਾ ਮਤਲਬ ਕੀ ਹੈ ਪੰਜਾਬੀ ਦੇ ਵਿੱਚ ਮਾਜੀ ਦੇ ਵਿੱਚ ਸੁਰ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਮਨਵਈ ਦੇ ਵਿੱਚ ਘੱਟ ਹੁੰਦੀ ਹੈ ਹਾਇ ਸੁਰਜੰਤਰੀ ਆਪਣੇ ਵਿਅੰਜਨੀ ਰੂਪ ਚ ਕਾਇਮ ਰਹਿੰਦਾ ਇਹ ਸਵਰ ਦੇ ਵਿੱਚ ਨਹੀਂ ਬਦਲਦਾ ਜਿਵੇਂ ਤੁਸੀਂ ਦੇਖਿਆ ਮਾਜੀ ਦੇ ਵਿੱਚ ਤੁਹਾਡਾ ਨੂੰ ਧਿਆਡਾ ਬੋਲ ਦਿੱਤਾ ਜਾਂਦਾ ਧਿਆਡਾ ਮਤਲਬ ਹੈ ਆ ਜਿਹੜਾ ਉਹ ਐ ਸਵਰ ਦੇ ਵਿੱਚ ਬਦਲ ਗਿਆ ਨਾਸਕੀ ਵੰਜਨ ਆਪਣੇ ਪੰਜ ਹੈ ਨੰਗਾ ਨੰਨਾ ਅਣਾਣਾ ਨੰਨਾ ਤੇ ਮੰਮਾ ਉਹਨਾਂ ਦੇ ਵਿੱਚੋਂ ਅਣਾਣਾ ਨੰਨਾ ਮੰਮਾ ਇਹ ਤਾਂ ਬੋਲੇ ਜਾਂਦੇ ਆ ਪਰ ਨੰਗਾ ਤੇ ਨੰਨਾ ਜਿਹੜੇ ਇਹ ਪ੍ਰਚਲਨ ਦੇ ਵਿੱਚ ਨਹੀਂ ਰਹਿ ਗਏ ਵੈਸੇ ਵੀ ਮਾਲਵੇ ਦੇ ਵਿੱਚ ਪ੍ਰਚਲਨ ਚ ਨਹੀਂ ਰਹਿ ਗਏ ਮਾਝੇ ਦੇ ਵਿੱਚ ਕਿਤੇ ਕਿਤੇ ਬੋਲੇ ਜਾਂਦੇ ਆ ਹਰ ਜਗ੍ਹਾ ਤੇ ਨਹੀਂ ਬੋਲੇ ਜਾਂਦੇ ਕਿਤੇ ਕਿਤੇ ਹਾਲਾਂਕਿ ਇਹਦੀ ਇਹਨਾਂ ਦੀ ਸਥਾਨ ਹੁਣ ਗੰਗੇ ਦੀ ਸਥਾਨ ਗੱਗਾ ਲੈ ਰਿਹਾ ਹੈ ਗੱਗਾ ਗਗੇ ਦੇ ਉੱਪਰ ਟਿੱਪੀ ਬਿੰਦੀ ਲਾ ਕੇ ਸਾਰ ਦਿੱਤਾ ਜਾਂਦਾ ਹੈ ਹੈਨਾ ਤੇ ਨੰਨੇ ਦੀ ਥਾਂ ਜੱਜਾ ਲੈ ਰਿਹਾ ਤੇ ਜੱਜੇ ਦੇ ਉੱਪਰ ਵੀ ਟੱਟੀ ਮਤਲਬ ਕੀ ਹੈ ਵੀ ਟਿੱਪੀ ਵਗੈਰਾ ਲਾ ਕੇ ਬਸਾਰ ਦਿੱਤਾ ਜਾਂਦਾ ਹੁਣ ਦੇਖੋ ਹਾਂ ਜਿਹੜੀਆਂ ਹੈਗੀਆਂ ਸਾਡੀਆਂ ਉਲਟ ਜੀਬੀ ਧੁਨੀਆਂ ਜਿਨ੍ਹਾਂ ਨੂੰ ਆਪਾਂ ਮਤਲਬ ਕੀ ਹੈ ਵੀ ਮੂਰ ਧਨੀਆ ਮੂਰ ਧਨੀ ਧਨੀ ਕਹਿੰਦੇ ਆਪਾਂ ਨਾ ਉਲਟ ਜੀਬੀ ਉਹ ਵੀ ਹੈ ਧੁਨੀਆਂ ਵੱਲ ਮਾਜੀ ਦੇ ਮੁਕਾਬਲੇ ਝੁਕਾ ਜ਼ਿਆਦਾ ਹੈ ਉਲਟ ਜੀਬੀ ਦੁਨੀਆ ਜਿਹੜੀ ਉਹ ਜ਼ਿਆਦਾ ਬੋਲੀ ਜਾਂਦੀ ਆ ਮਾਲਵੇ ਦੇ ਵਿੱਚ ਮਾਝੀ ਦੇ ਮੁਕਾਬਲੇ ਜਿਵੇਂ ਤੋਰ ਤੁਰਨਾ ਤੋਰ ਉਹਦੀ ਤੋਰ ਵੜੀ ਸੋਹਣੀ ਤੋਰ ਤੋਰ ਨੂੰ ਟੋਰ ਕਹਿਣਾ ਨੂੰ ਟਾਹਾਂ ਕਹਿਣਾ ਨੂੰ ਟਾਹਾਂ ਮਤਲਬ ਕੀ ਆ ਵੀ ਟੈ ਤੇ ਢੈ ਲਿਖੇ ਹੋਏ ਆ ਜਿਹੜੇ ਟੈਂਕਾ ਤੇ ਟੱਡਾ ਆ ਦੇਖੋ ਟੈਂਕਾ ਤੇ ਟੱਡਾ ਇਹ ਦੋਵੇਂ ਆ ਜਿਹੜੇ ਇਹ ਹੈਗੇ ਆ ਉਲਟ ਜੀਬੀ ਤੋਂ ਨਹੀਂ ਤੈ ਨੂੰ ਟੈ ਬੋਲਣਾ ਠੈ ਨੂੰ ਢੈ ਬੋਲਣਾ ਇਹ ਜਿਹੜੀ ਇਹ ਉਲਟ ਜੀ ਵੀ ਦੁਨੀਆ ਵੱਲ ਜਿਆਦਾ ਚੁਕਾ ਠੀਕ ਹੈ ਮਡਲਾ ਸਵਰ ਲੋਪ ਕਰਨਾ ਜਿਵੇਂ ਅਨਾਜ ਨੂੰ ਨਾਜ ਬੋਲਣਾ ਆਖੰਡ ਨੂੰ ਖੰਡ ਬੋਲਣਾ ਅਦਾਲਤਾਂ ਨੂੰ ਦਾਲਤਾਂ ਬੋਲਣਾ ਆਨੰਦ ਨੂੰ ਆਨੰਦ ਬੋਲਣਾ ਇਲਾਜ ਇਲਾਜ ਹੁੰਦਾ ਨਾ ਆਪਾਂ ਟ੍ਰੀਟਮੈਂਟ ਜਿਹਨੂੰ ਕਹਿੰਨੇ ਇਲਾਜ ਨੂੰ ਲਾਜ ਬੋਲਣਾ ਕੇਰਾ ਕੇਰਾ ਸ਼ਬਦ ਇਹ ਮਾਲਵੇ ਦਾ ਬੜਾ ਪ੍ਰਸਿੱਧ ਸ਼ਬਦ ਹੈ ਕੇਰਾ ਮਤਲਬ ਇੱਕ ਵੇਰਾ ਜਾਂ ਇੱਕ ਵਾਰ ਜਦੋਂ ਆਪਾਂ ਕਹਿੰਨੇ ਹਨਾ ਆਪਕ ਜੇ ਕਹਿੰਨੇ ਆ ਵੀ ਆਪਾ ਇੱਕ ਵਾਰ ਦੀ ਗੱਲ ਹੈ ਤੇ ਉਹ ਕਹਣਗੇ ਕਿਹੜਾਂ ਗੱਲ ਹੈ ਕਿਹਰਾਂ ਦੀ ਕਿਹਰਾਂ ਦੀ ਗੱਲ ਹੈ ਹਾਂ ਵਿਅੰਜਨ ਧੁਨੀਆਂ ਦਾ ਅੰਤਰ ਵਟਾਂਦਰਾ ਦੇਖੋ ਕਿਵੇਂ ਕਰਦੇ ਆ ਇਹ ਵਿਅੰਜਨ ਧੁਨੀਆਂ ਮਤਲਬ ਛ ਤੇ ਸਹ ਦਾ ਛ ਸਹ ਛ ਮਤਲਬ ਅੰਤਰ ਵਟਾਂਦਰਾ ਦੇਖੋ ਕਿਵੇਂ ਕਰਦੇ ਆ ਮਾਲਵੇ ਦੇ ਲੋਕ ਛ ਸਹ ਤੇ ਛ ਜਿਵੇਂ ਸ਼ੇਰ ਸ਼ੇਰ ਲਾਇਨ ਸ਼ੇਰ ਨੂੰ ਛੇਰ ਬੋਲਣਾ ਛਾਤੀ ਨੂੰ ਸਾਤੀ ਬੋਲਣਾ ਹੈ ਨਾ ਛਿੱਤਰ ਨੂੰ ਛਿੱਤਰ ਬੋਲਣਾ ਸੜਕ ਨੂੰ ਸੜਕ ਬੋਲਣਾ ਸੜਕ ਸ਼ੁੱਧ ਜਵੇਂ ਆਪਾਂ ਲਿਖਦੇ ਆ ਜਦੋਂ ਸੜਕ ਉਹਨੂੰ ਸੜਕ ਮਤਲਬ ਸਸੇ ਪੈਰ ਬਿੰਦੀ ਲਾ ਕੇ ਬੋਲਣਾ ਅੰਤਰ ਵਿਟਾਂਦਰਾ ਕਿਵੇਂ ਸਰਦੀ ਹੈ ਠੰਡ ਜਿਹਨੂੰ ਆਪਾਂ ਕਹਿੰਦੇ ਨੇ ਸਰਦੀ ਨੂੰ ਸਰਦੀ ਬੋਲਣਾ ਸ਼ੈਤਾਨ ਨੂੰ ਛੈਤਾਨ ਬੋਲਣਾ ਛੈਨਾ ਛਾ ਨੂੰ ਸਾ ਦਰਖਤ ਦੀ ਸਾ ਬੜੀ ਸੋਹਣੀ ਹੈ ਸਾਈਕਲ ਨੂੰ ਛੈਕਲ ਬੋਲਣਾ ਇਹ ਜਿਹੜਾ ਹੈ ਮਾਲਵੇ ਦੇ ਲੋਕਾਂ ਦੇ ਹਿੱਸੇ ਆ ਬੜੇ ਪਿਆਰੇ ਲੱਗਦੇ ਆ ਇਹ ਸਬਦ ਜਦੋਂ ਮਾਲਵੇ ਦੇ ਲੋਕ ਬੋਲਦੇ ਆ ਹੂੰ ਜਿਵੇਂ ਵੈ ਨੂੰ ਬੈ ਬੋਲਣ ਦੀ ਪਰਵਰਤੀ ਆ ਇਹਨਾਂ ਦੀ ਵੈ ਨੂੰ ਬੈ ਵੈ ਵਾਜੇ ਵਾਲੇ ਨੂੰ ਬੈ ਬਾਂਦਰ ਬੋਲਣ ਦੀ ਪਰਵਰਤੀ ਦੇਖੋ ਕਿ ਜਿਵੇਂ ਮਾਲਵੇ ਦੇ ਲੋਕ ਬੋਲ ਦਿੰਦੇ ਆ ਕਿ ਬੱਚੇ ਦੀ ਬੱਖੀ ਵਿੱਚ ਬੱਟਾ ਨਾ ਮਾਰ ਵੈਸੇ ਹੈ ਕੀ ਬੱਚੇ ਦੀ ਬੱਖੀ ਚਵਟਾ ਨਾ ਮਾਰ ਹੁਣ ਕਿਵੇਂ ਬੋਲਦੇ ਆ ਦੇਖੋ ਬੱਟਾ ਵੱਟਾ ਨੂੰ ਵੀਰ ਨੂੰ ਵੀਰ 20 20 ਨੂੰ 20 ਨੂੰ ਵੀ ਵਾਹਿਗੁਰੂ ਨੂੰ ਬਾਗੁਰੂ ਹੈ ਨਾਸਿਕਤਾ ਵਾਲਾ ਵੈ ਆ ਜਿਹੜਾ ਉਹਨੂੰ ਮੈਂ ਬੋਲਣਾ ਜਿਹੜਾ ਨਾਸਿਕਤਾ ਲੱਗੀ ਹੋਈ ਬਿੰਦੀ ਟਿੱਪੀ ਲੱਗੀ ਹੋਈ ਹੈ ਜਿਹੜੇ ਵੈ ਨੂੰ ਉਹਨੂੰ ਮੈਂ ਬੋਲਣਾ ਜਿਵੇਂ ਤੀਵੀ ਨੂੰ ਤੀਵੀ ਬੋਲਣਾ ਤੀਵੀ ਤੀਵੀ ਇਵੇਂ ਨੂੰ ਇਵੇਂ ਇਵੇਂ ਸ਼ਬਦ ਨੂੰ ਇਵੇਂ ਬੋਲ ਦੇਣਾ ਕਿਵੇਂ ਨੂੰ ਕਿਵੇਂ ਬਾਈ ਤੂੰ ਕਿਵੇਂ ਹੈ ਹੈ ਜਾਵਾਂਗਾ ਨੂੰ ਜਾਵਾਂਗਾ ਮੈਂ ਅੱਜ ਬਾਜ਼ਾਰ ਜਾਵਾਂਗਾ ਹੈ ਖਾਵਾਂਗਾ ਨੂੰ ਖਾਵਾਂਗਾ ਮੈਂ ਰੋਟੀ ਖਾਵਾਂਗਾ ਇਸ ਤਰ੍ਹਾਂ ਬੋਲਣਾ ਅੰਤਮ ਅਖਰ ਨੂੰ ਐ ਬੋਲਣ ਦੀ ਜ਼ਿਆਦਾ ਰੁਚੀ ਹੈ ਬਾਈ ਤੂੰ ਕਿੱਥੇ ਗਿਆ ਬਾਈ ਤੂੰ ਆ ਕੀ ਕੀਤਾ ਕਿੱਥੇ ਜਾਂਦਾ ਕੀ ਆਖਿਆ ਆ ਦੇਖੋ ਵੈਸੇ ਬਣਦਾ ਕੀਤਾ ਨਹੀਂ ਕੀਤਾ ਗਿਆ ਜਾਂਦਾ ਆਖਿਆ ਵੈਸੇ ਤਾਂ ਆ ਸ਼ਬਦ ਹੈ ਪਰ ਮਤਲਬ ਕੀ ਹੈ ਅੰਤਮ ਅਖਰ ਨੂੰ ਐ ਐ ਐ ਸਵਰ ਬੋਲਣ ਦੀ ਐ ਸਵਰ ਬੋਲਣ ਦੀ ਰੂਚੀ ਹੈ ਜਿਹੜੀ ਕੀਤਾ ਗਿਆ ਖਾਂਦਾ ਜਾਂਦਾ ਆਖਿਆ ਵਿਆਕਰਨ ਪੱਖ ਤੋਂ ਸਭ ਤੋਂ ਨਿਆਰਾ ਪੜਾਅ ਜਿਹੜਾ ਇਸ ਦੇ ਨਿਰਾਲੇ ਹੀ ਪੜਨਾਵ ਹੈ ਹੈ ਨਾ ਪੜਨਾਵ ਤੁਸੀਂ ਪੜ੍ਹੀ ਹੋਈ ਹੈ ਨਾ ਪੜਨਾਵ ਪੜੇ ਹੋਏ ਇਹਦੇ ਅੱਡੀ ਪੜਨਾਵ ਹੈ ਦੇਖੋ ਬੜੇ ਘਟ ਹੈ ਜਿਵੇਂ ਤੂੰ ਪੜਨਾਵ ਹੈ ਤੂੰ ਪੜਨਾਵ ਹੈ ਨਾ ਤੂੰ ਤੂੰ ਨੂੰ ਤੈ ਬੋਲਣਾ ਭਾਈ ਤੈ ਤੈ ਗਿਆ ਨਹੀਂ ਭਾਈ ਜਿਵੇਂ ਤੁਹਾਡਾ ਨੂੰ ਥੋਡਾ ਠੋਡਾ ਜਾਂ ਸੋਡਾ ਬੋਲਣਾ ਆਪਣੇ ਆਪਣੇ ਹਿਸਾਬ ਨਾਲ ਬਾਈ ਸੋਡਾ ਕੰਮ ਹੋ ਜਾਊਗਾ ਬਾਈ ਠੋਡਾ ਕੰਮ ਹੋ ਜਾਊਗਾ ਬਾਈ ਥੋਡਾ ਕੰਮ ਹੋ ਜਾਊਗਾ ਤੇ ਇਹ ਹੈ ਤੁਹਾਡਾ ਮਾਝੇ ਦੇ ਲੋਕ ਬੋਲਦੇ ਤਿਆਡਾ ਤੁਹਾਡਾ ਨੂੰ ਤਿਆਡਾ ਮਤਲਬ ਹੈ ਨੂੰ ਐ ਮਾਜੀ ਹੈ ਜਿਹੜੀ ਉਹ ਇੱਕ ਮਤਲਬ ਕੀ ਹੈ ਸੁਰਾਤਮਕ ਬੋਲੀ ਬਹੁਤ ਬਹੁਤ ਸੁਰਾਤਮਕ ਬੋਲੀ ਹੈ ਥੋਡਾ ਠੋਡਾ ਸੋਡਾ ਇਹ ਬੋਲਣਾ ਤੁਹਾਡਾ ਨੂੰ ਅੱਗੇ ਦੇਖੋ ਤੁਹਾਨੂੰ ਨੂੰ ਤੁਨੂੰ ਜਾਂ ਸੋਨੂੰ ਤੋਂ ਨੂੰ ਕੀ ਜਾਂ ਸੋਨੂੰ ਇਸ ਦਾ ਕੀ ਮਤਲਬ ਸੋਨੂੰ ਹਨਾ ਆਪਣਾ ਨੂੰ ਆਪ ਦਾ ਬੋਲਣਾ ਇਹ ਹੈ ਜਿਹੜਾ ਇਹ ਇਹ ਆਪਾਂ ਬੋਲੀਏ ਜਿਵੇਂ ਮੰਨ ਲਓ ਵੀ ਇਹ ਮੋਬਾਈਲ ਮੇਰਾ ਆਪਣਾ ਹੈ ਉਹ ਬੋਲਣਗੇ ਇਹ ਮੋਬਾਈਲ ਮੇਰਾ ਆਪਦਾ ਹੈ ਆਪਦਾ ਇਹ ਪੜਨਾਵ ਹੈ ਜਿਹੜੇ ਅੱਧ ਪੜਨਾਵ ਦੇਖ ਲਓ ਵੱਖਰੇ ਮਲਵਈ ਭਾਸ਼ਾ ਦੇ ਵਿੱਚ ਉਚਾਰੇ ਜਾਂਦੇ ਆ ਬੜੇ ਸ਼ਾਨਦਾਰ ਸਬੰਧਕ ਹੈ ਜਿਹੜੇ ਉਹ ਕਾ ਕੇ ਕੀ ਇਹ ਸਿਰਫ ਮਲਵਈ ਦੇ ਵਿੱਚ ਵਰਤੇ ਜਾਂਦੇ ਆ ਵੈਸੇ ਤਾਂ ਬਣਦੇ ਆ ਦਾ ਦੇ ਦੀ ਪੰਜਾਬੀ ਦੇ ਵਿੱਚ ਸਬੰਧਕ ਹੈ ਪਰ ਇਹ ਇਹ ਦੇਖ ਲਓ ਹਿੰਦੀ ਵਾਲੇ ਸਬੰਧਕ ਕਾ ਕੇ ਕੀ ਜਿਵੇਂ ਦੇਖੋ ਜੈਲੇ ਕੇ ਖੇਤ ਜੈਲੇ ਕਾ ਮੁੰਡਾ ਹਨਾ ਐਵੇਂ ਐਵੇਂ ਬੋਲਦੀ ਆ ਕਿੱਥੇ ਚੱਲੇ ਆ ਆਪਾਂ ਅੱਜ ਆਪਾਂ ਉਮਮਨ ਕੀ ਤਾਂ ਆਪਾਂ ਕਹਾਂਗੇ ਜੈਲੇ ਦੇ ਖੇਤ ਚੱਲੇ ਆ ਤਾਂ ਉਹ ਕਹਿੰਗੇ ਜ ਲੈ ਕੇ ਖੇਤ ਚਲੇ ਆ ਕ ਖੇ ਕੀ ਇਸ ਬੰਦਕਾ ਦੀ ਵਰਤੋਂ ਮਲਵਾਈਚ ਕੀਤੀ ਜਾਂਦੀ ਹੈ 부ੜੀਆ ਜਿਹੜਾ ਉਹ ਸ਼ੁੱਧ ਮਲਵਾਈ ਸ਼ਬਦ ਹੈ 부ੜੀ 부ੜੀ ਜਿਹੜਾ ਉਹ ਸ਼ੁੱਧ ਮਲਵਾਈ ਸ਼ਬਦ ਹੈ ਔਰਤ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ 부ੜੀ 부ੜੀ ਤੇ ਬੁੜਾ ਇਹ ਸ਼ਬਦ ਹੈ ਜਿਹੜੇ ਮਲਵਾਈ ਭਾਸ਼ਾ ਦੇ ਹਨ ਇਹਨਾਂ ਤੋਂ ਵੀ ਹੈ ਨਾ ਕਈ ਲੋਕੀ ਬੜਾ ਅਜੀਬ ਜਿਹਾ ਮੈਂ ਵੇਖਿਆ ਮਹਿਸੂਸ ਕਰਨ ਲੱਗ ਜਾਂਦੇ ਆ ਮੈਂ ਕਈ ਵਾਰੀ ਮਤਲਬ ਆਪਾਂ ਕਹਿ ਦਿੰਦੇ ਆ ਵੀ ਬੁੜੀ ਲੋਕੀ ਅਜੀਬ ਜਿਹਾ ਸੋਚਣ ਲੱਗ ਜਾਂਦੇ ਲੋਕਾਂ ਨੂੰ ਅਸਲ 'ਚ ਪਤਾ ਹੀ ਨਹੀਂਗਾ ਵੀ ਇਹ ਮਲਵੇ ਇਹ ਪਪਾ ਸਾਦਾ ਸ਼ਬਦ ਹੈ ਇਹ ਬੜਾ ਵਧੀਆ ਸ਼ਬਦ ਹੈ ਕੀ ਦਿੱਕਤ ਹੈ ਇਹਦੇ ਵਿੱਚ ਵੀ ਬੁੜੀ ਕੀ ਪ੍ਰੋਬਲਮ ਹੈ ਹਾਂ ਕਿਸੇ ਕੁੜੀ ਨੂੰ ਨਹੀਂ ਕਹਿਣਾ ਬੁੜੀ ਇਹ ਤੁਸੀਂ ਯਾਦ ਦੇ ਵਿੱਚ ਰੱਖਣਾ ਹਾਂ ਕਿਰਿਆ ਦੇ ਰੂਪ ਵੱਖਰੇ ਆ ਦੇਖੋ ਆਪਾਂ ਖਾऊं ਜਾऊं ਕਰੂੰ ਇਹ ਹੈ ਜਿਹੜੇ ਇਹ ਅਲੱਗ ਹੈ ਕਿਰਿਆ ਰੂਪ ਆ ਜਿਹੜੇ ਹੈਨਾ ਖਾਉਂ ਜਾਉਂ ਕਰੀ ਕਰਮਣੀ ਬਾਤ ਹੈ ਜਿਹੜੇ ਉਹ ਲਹਿੰਦੀ ਦੇ ਨਾਲ ਮਿਲਦੇ ਆ ਜਿਵੇਂ ਆਪਾਂ ਕਹਿ ਦਿੰਨੇ ਮੇਰੇ ਤੋਂ ਨਹੀਂ ਆ ਕਰੀਦਾ ਕੰਮ ਮੇਰੇ ਤੋਂ ਹੋਰ ਨਹੀਂ ਖਾਈਦਾ ਬਸ ਹੋਰ ਨਹੀਂ ਪੜੀਦਾ ਵੈਸੇ ਤਾਂ ਹੁੰਦਾ ਵੀ ਹੋਰ ਨਹੀਂ ਪੜਿਆ ਜਾਂਦਾ ਮੇਰੇ ਤੋਂ ਹੋਰ ਨਹੀਂ ਪੜਿਆ ਜਾਂਦਾ ਮੈਂ ਪੜ ਪੜ ਕੇ ਥੱਕ ਗਿਆ ਪਰ ਮਾਲਵੇ ਦੇ ਬੋਲ ਮਾਲਵੇ ਦੇ ਲੋਕ ਬੋਲਦੇ ਆ ਮੇਰੇ ਤੋਂ ਹੋਰ ਨਹੀਂ ਪੜੀਦਾ ਕਰੀਦਾ ਇਹ ਹੈ ਜਿਹੜਾ ਇਹ ਕਰਮਣੀਵਾਚ ਹੈ ਜਿਹੜੇ ਲੈਂਦੀ ਦੇ ਨਾਲ ਮਿਲਦੇ ਆ ਆ ਤੁਸੀਂ ਧਿਆਨ ਚ ਰੱਖਣੇ ਆ ਸ਼ਬਦਾਵਲੀ ਦੇਖ ਲਓ ਇਹਨਾਂ ਦੀ ਮਾਲਵੇਆ ਦੀ ਵੱਖਰੀ ਹਾਜ਼ਰੀ ਰੋਟੀ ਤਿੱਖੜ ਦੁਪਹਿਰਾ ਜਦੋਂ ਮਤਲਬ ਪੂਰਾ ਦੁਪਹਿਰ ਧੁੱਪ ਹੋਵੇ ਆਥਣ ਉਗਣ ਆਥਣ ਉਗਣ ਮਾਲਵੇ ਦੇ ਲੋਕ ਕਹਿੰਦੇ ਆ ਸ਼ਾਮ ਸਵੇਰ ਨੂੰ ਆਥਣ ਮਤਲਬ ਸ਼ਾਮ ਨੂੰ ਉਗਣ ਸੂਰਜ ਉਗਦਾ ਸਵੇਰ ਵੇਲੇ ਵੱਡੇ ਤੜਕੇ ਨਏ ਜਾਣੀਏ ਨਏ ਜਾਣੀਏ ਬਲਾਈ ਫੜਾਣੀ ਕੁੜੀ ਬਲਾਈ ਸੋਹਣੀ ਮਤਲਬ ਬਲਾਈ ਬਹੁਤ ਬੜਾਈ ਜਮਈ ਫਲਾਣਾ ਤਾਂ ਜਮਈ ਮਰ ਗਿਆ ਮਤਲਬ ਜਮਈ ਇੱਕ ਪੂਰਾ ਖਬਣੀ ਕੇਰਾ ਕੇਰਾ ਇੱਕ ਵੇਰਾ ਹਨਾ ਐਵੇਂ ਐਰ ਕੀ ਜਾਂ ਤੋਕੀ ਮਤਲਬ ਇਸ ਵਾਰ ਇਸ ਸਾਲ ਬਗ ਗਿਆ ਮਤਲਬ ਚਲਾ ਗਿਆ ਕਾਸ ਨੂੰ ਜਾਂ ਲਹਗਾ ਮੂਰੇ ਮਤਲਬ ਅੱਗੇ ਜਿੱਦਣ ਮਤਲਬ ਜਿਹੜੇ ਦਿਨ ਲਾਉਣੇ ਲਵੇ ਲਵੇ ਨੇੜੇ ਨੂੰ ਕਿਹਾ ਜਾਂਦਾ ਥਾਂ ਹੀ ਫਲਾਣਾ ਤਾਂ ਥਾਂ ਹੀ ਬਹਿ ਗਿਆ ਮਤਲਬ ਉਸੇ ਜਗ੍ਹਾ ਤੇ ਜਾਏ ਖਾਣਿਆ ਵੀਰਾ ਵੱਢੀਏ ਤੇ ਡੁੱਬੜੀਏ ਦੋਜਕ ਜਾਣਿਆ ਇਹ ਆ ਜਿਹੜੀਆਂ ਥੋੜੀਆਂ-ਥੋੜੀਆਂ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਕਿਸੇ ਨੂੰ ਛਿੜਕਣ ਵਾਸਤੇ ਜਾਂ ਕਿਸੇ ਨੂੰ ਮਤਲਬ ਇੱਕ ਤਰ੍ਹਾਂ ਦੀ ਇਹ ਮਤਲਬ ਉਹ ਕਿਹ ਤਰ੍ਹਾਂ ਦੀ ਕਾਮਨ ਜੀ ਆਪਾਂ ਕਿਸੇ ਨੂੰ ਨਹੀਂ ਕਹਿ ਦਿੰਦੇ ਛਿੜਕ ਦਿੰਦੇ ਆ ਕੌਮਲ ਜੀ ਗਾਲ ਜੀ ਕੱਢ ਦਿੰਦੇ ਆ ਬਸ ਉਹਦੇ ਵਾਸਤੇ ਆਹ ਸ਼ਬਦ ਵਰਤੇ ਜਾਂਦੇ ਆ ਜਾਏ ਖਾਣਿਆ ਵੀਰਾ ਵੱਢੀਏ ਡੁੱਬੜੀਏ ਦੋਜਕ ਜਾਣਿਆ ਦੋਜਕ ਨਰਕ ਨੂੰ ਕਹਿੰਦੇ ਆ ਨਾ ਦੋਜਕ ਜਾਣਿਆ ਹਨਾ ਇਹ ਜਿਹੜੇ ਮਾਲਵੇ ਦੇ ਲੋਕ ਬੋਲਦੇ ਆ ਜਾ ਵੱਡੀ ਆ ਇੱਕ ਇੱਕ ਸ਼ਬਦਾਵਲੀ ਹੈ ਜਿਹੜੀ ਮਾਲਵੇ ਦੇ ਲੋਕਾਂ ਦੀ ਬੜੀ ਪਿਆਰੀ ਸ਼ਬਦਾਵਲੀ ਹੈ ਹਨਾ ਹਾਂ ਲਓ ਜੀ ਇਹ ਮਲਵਈ ਪਾਸ਼ਾ ਜਿਹੜੀ ਮਲਵਈ ਉਹ ਪਾਸ਼ਾ ਤੁਹਾਡੀ ਕਲੀਅਰ ਹੈ ਜੋ ਵੀ ਪ੍ਰਸ਼ਨ ਆਊਗਾ ਇਹਦੇ ਵਿੱਚ ਆਊਗਾ ਇਹਦੇ ਵਿੱਚੋਂ ਬਾਹਰ ਨਹੀਂ ਆਊਗਾ ਹੋਰ ਦੱਸੋ ਅੱਗੇ ਗੱਲ ਕਰਦੇ ਆ ਮਾਜੀ ਦੀ ਲਓ ਜੀ ਮਾਜੀ ਬੋਲਣ ਵਾਲਾ ਜਿਹੜਾ ਇਹ ਤੁਹਾਡੇ ਸਾਹਮਣੇ ਖੜਾ ਹੈ ਹਨਾ ਇੰਨੀ ਵੀ ਨਹੀਂ ਬੋਲਦੇ ਕੇ ਵੀ ਕਿਉਂਕਿ ਪੜਾਉਨੇ ਆ ਹੁਣ ਪੜਾ ਜੇ ਪੜਾਈਏ ਤਾਂ ਉਦੋਂ ਐਵੇਂ ਕਰਦੇ ਬਹੁਤ ਚੰਗੇ ਲੱਗਦੇ ਆ ਵੀ ਕੀ ਹਾਲੀ ਤੁਹਾਡਾ ਔਰ ਠੀਕ ਹੋ ਐਵੇਂ ਬੋਲਦੇ ਹੈਨਾ ਨਹੀਂ ਚੰਗੇ ਤਾਂ ਨਹੀਂ ਖੈਰ ਪਰ ਇਹ ਮਤਲਬ ਕਿ ਜਦੋਂ ਪੜਾਉਣਾ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਸਾਇਤਿਕ ਭਾਸ਼ਾ ਵਰਤਣੀ ਪਊਗੀ ਹਾਂ ਮੈਂ ਥੋੜੀ ਜੀ ਮਿਕਸ ਜੀ ਕਰ ਦਿੰਦਾ ਇਹਨੂੰ ਥੋੜਾ ਜ ਮੈਨੂੰ ਐ ਲੱਗਦਾ ਵੀ ਨਿਹਰੀਪੁਰੀ ਸਾਇਤਿਕ ਭਾਸ਼ਾ ਜਿਹੜੀ ਉਹ ਜੇ ਆਪਾਂ ਬੋਲੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਮੇਰੀ ਕਲਾਸ ਦੇਖੋਗੇ ਇਸ ਕਰਕੇ ਮੈਨੂੰ ਥੋੜਾ ਜ ਆਪਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਹਾਂ ਮਾਝੀ ਹੈ ਜਿਹੜੀ ਮਾਝਾ ਮਾਝਾ ਮਤਲਬ ਮਾਝ ਮਾਜਾ ਮਤਲਬ ਮਾਜਾ ਮਤਲਬ ਮੱਜ ਉਹ ਨਹੀਂ ਮੱਜ ਮਤਲਬ ਮਾਜਾ ਮਤਲਬ ਹੁੰਦਾ ਕੇਂਦਰ ਵਾਲਾ ਮੱਧਿਆ ਵਾਲਾ ਇਲਾਕਾ ਕੇਂਦਰ ਵਾਲਾ ਸੈਂਟਰ ਵਾਲਾ ਮਾਜਾ ਮੱਜ ਝੋਟੀ ਉਹ ਨਹੀਂ ਮਾਜਾ ਭਾਵ ਕੇਂਦਰ ਵਿਚਕਾਰਲਾ ਦਰਮਿਆਨਾ ਇਲਾਕਾ ਜਿਹਨੂੰ ਆਪਾਂ ਕਹਿ ਦਿੰਨੇ ਅੱਛਾ ਕਿਹੜਾ 라ਵੀ ਤੇ ਬਿਆਸ ਵਿਚਕਾਰਲਾ ਇਲਾਕਾ ਹੁਣ ਤੁਸੀਂ ਇਹ ਸਮਝ ਲਓ ਜੇ ਯਾਦ ਨਹੀਂ ਕਿਉਂਕਿ ਪੰਜ ਦਰਿਆ ਹੈ ਪੰਜਾਂ ਦੇ ਵਿੱਚੋਂ 라ਵੀ ਤੇ ਬਿਆਸ ਦੇ ਵਿਚਕਾਰਲਾ ਇਲਾਕਾ ਹੈ ਮਾਜੇ ਦਾ ਐ ਸਮਝ ਪਹਿਲੇ ਪਹਿਲੇ ਦੋ ਅੱਖਰ ਲੈ ਲਓ ਇਹਦੇ ਬਾਣੀ ਗੱਲਾਂ ਤਾਂ ਥੋੜੀ ਜਿਹੀ ਟਰਿਕ ਜੇ ਬਣਾਉਣੀ ਹੈ ਅਰੇ ਤੇ ਬੈ ਮਤਲਬ ਰੱਬ ਐ ਸਮਝੋ ਵੀ ਮਾਝੇ ਦੇ ਲੋਕਾਂ ਚ ਰੱਬ ਵਸਦਾ ਹੈ ਹਨਾ ਅਰੇ ਤੋਂ রাਵੀ ਬੈ ਤੋਂ ਬਿਆਸ ਰੱਬ ਮਾਝੇ ਦੇ ਲੋਕਾਂ ਚ ਵਸਦਾ ਜੀ ਰੱਬ ਠੀਕ ਹੈ ਭਾਰਤੀ ਪੰਜਾਬ ਤੇ ਪਾਕਿਸਤਾਨ ਪੰਜਾਬ ਦੇ ਆਰ ਪਾਰ ਦੀਆਂ ਸਰਦਾਂ ਤੇ ਬੋਲੀ ਜਾਂਦੀ ਹੈ ਇਧਰ ਅੰਮ੍ਰਿਤਸਰ ਚ ਬੋਲੀ ਜਾਂਦੀ ਹੈ ਪਾਕਿਸਤਾਨ ਚ ਲਾਹੌਰ ਚ ਬੋਲੀ ਜਾਂਦੀ ਹੈ ਮੇਨ ਮੇਨ ਦੱਸਿਆ ਇਹਦੇ ਮੈਂ ਪਿਛਲੀ ਕਲਾਸ ਦੇ ਵਿੱਚ ਤੁਸੀਂ ਦੇਖ ਲਏ ਹੋਣੇ ਵੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਕਿਹੜੇ ਕਿਹੜੇ ਏਰੀਆ ਚ ਲੋ ਪਾਸ਼ਾ ਦੀ ਵਿਸ਼ੇਸ਼ਤਾਵਾਂ ਦੇਖੋ ਤੋਂ ਨੀਵੇਂ ਹਉਤਦੇ ਪੱਖ ਤੋਂ ਸੁਰ ਇਹਦੀ ਉੱਗੀ ਵਿਸ਼ੇਸ਼ਤਾ ਹੈ ਮਾਜੀ ਦੀ ਮਾਜੀ ਦੇ ਵਿੱਚ ਸੁਰ ਦੀ ਬਹੁਤ ਵਰਤੋਂ ਹੁੰਦੀ ਹੈ ਸੁਰ ਦਾ ਉਚਾਰਨ ਬਹੁਤ ਹੁੰਦਾ ਤਿੰਨੇ ਸੁਰਾ ਹੈਗੀਆਂ ਤਿੰਨੇ ਸਥਿਤੀਆਂ ਵਿੱਚ ਗਈ ਹੈ ਦੀ ਸਥਿਤੀ ਬਦਲਦੀ ਹੈ ਚਾਹੇ ਹੈ ਸ਼ੁਰੂ ਚ ਆਜੇ ਫਿਰ ਵੀ ਉਹਨੂੰ ਸਵਰਚ ਬਦਲਿਆ ਜਾਊਗਾ ਚਾਹੇ ਹੈ ਮੱਧ ਚ ਆਜੇ ਵਿਚਕਾਰ ਆਜੇ ਕਿਸੇ ਸ਼ਬਦ ਦੇ ਫਿਰ ਵੀ ਸਵਰਚ ਬਦਲ ਜਾਊਗਾ ਅੰਤ ਦੇ ਵਿੱਚ ਆਵੇ ਫਿਰ ਵੀ ਜਿਵੇਂ ਰਾਹ ਰਾਹ ਸ਼ਬਦ ਨਹੀਂ ਰਾਹ ਚਾਹ ਨਹੀਂ ਬੋਲਿਆ ਜਾਂਦਾ ਚਾਹ ਆ ਦੇਖ ਲੋ ਹੋਰ ਨੂੰ ਔਰ ਔਰ ਬਾਈ ਕੀ ਹਾਲੀ ਤੇ ਜਿਵੇਂ ਤੁਹਾਡਾ ਨੂੰ ਤੁਹਾਡਾ ਬੋਲਣਾ ਹਨਾ ਜਾ ਨੂੰ ਜਾ ਬੋਲਣਾ ਜਾ ਨੂੰ ਜਾ ਇਹ ਹੈ ਜਿਹੜੇ ਇਹ ਮਾਝੇ ਦੀ ਬੋਲੀ ਦੇ ਵਿੱਚ ਦੋਨੇ ਲੈ ਤੇ ਲੱਲੇ ਪੈਰ ਬਿੰਦੀ ਦੋਨੇ ਦੁਨੀਆਂ ਉਚਾਰੀਆਂ ਜਾਂਦੀਆਂ ਮਲਵਈ ਦੇ ਵਿੱਚ ਨਹੀਂ ਉਚਾਰੀਆਂ ਜਾਂਦੀਆਂ ਮਾਜੀ ਦੇ ਵਿੱਚ ਲੈ ਦੰਤੀ ਪਾਸੇਦਾਰ ਜਿਹੜੀ ਧੁਨੀ ਹੈ ਤੇ ਲੱਲੇ ਪੈਰ ਬਿੰਦੀ ਅੜੈ ਜਿਹੜੀ ਉਲਟ ਜੀਬੀ ਪਾਸੇਦਾਰ ਧੁਨੀ ਹੈ ਦੋਨੋਂ ਹੀ ਕਿਉਂਕਿ ਲੈ ਤੇ ਲੱਲੇ ਲੈ ਤੇ ਲੈ ਪੈਰ ਬਿੰਦੀ ਦੋਨੋਂ ਆ ਜਿਹੜੀਆਂ ਇਹ ਪਾਸੇਦਾਰ ਧੁਨੀਆਂ ਤੇ ਇੱਕ ਹੈਗੀ ਦੰਤੀ ਇੱਕ ਹੈਗੀ ਉਲਟ ਜੀਬੀ ਇੱਕ ਹੈਗਾ ਲੈ ਇੱਕ ਹੈਗਾ ਅੜੈ ਠੀਕ ਹੈ ਬੋਲਣ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਧੁਨੀ ਵਿਗਿਆਨ ਵਾਲੀ ਭਾਸ਼ਾ ਦੇ ਜਿਹੜੀ ਸੀਗੀ ਕਲਾਸ ਸਵਰਾਂ ਦਾ ਨਿਰਸੰਧੀ ਚੁਕਾ ਜਿਵੇਂ ਦੇਖ ਲਓ ਕਰਾਉਣਾ ਸੁਣਾਉਣਾ ਇਹ ਹੈ ਜਿਹੜੇ ਇਹ ਮਤਲਬ ਕੀ ਹੈ ਇਹ ਹੈਗੇ ਨਿਰਸੰਧੀ ਸਵਰਾਂ ਦੀ ਆਪਸ ਦੇ ਵਿੱਚ ਸੰਧੀ ਨਹੀਂ ਮਲਵਈ ਦੇ ਵਿੱਚ ਸੰਧੀ ਹੁੰਦੀ ਆ ਆਪਸ ਦੇ ਵਿੱਚ ਦੇਖੋ ਕਿਵੇਂ ਮਲਵਈ ਦੇ ਵਿੱਚ ਸੰਧੀਯੁਕਤ ਬੋਲਿਆ ਜਾਂਦਾ ਤੇ ਮਾਜੀ ਦੇ ਵਿੱਚ ਨਿਰਸੰਧੀ ਯੁਕਤ ਹੈ ਮਲਵਈ ਦੇ ਵਿੱਚ ਸੰਧੀਯੁਕਤ ਇਹਦੇ ਚ ਮਾਜੀ ਚ ਹੈਗਾ ਨਿਰਸੰਧੀ ਨਿਰਸੰਧੀ ਤੇ ਸੰਧੀਯੁਕਤ ਦੇਖੋ ਕਿਵੇਂ ਕਰਾਉਣਾ ਆਤ ਔਦੁਨ ਐਵੇਂ ਆਈ ਜਾਂਦੇ ਆ ਠੀਕ ਹੈ ਕਰਾ ਇਹਦੇ ਵਾਲਾ ਆ ਤੇ ਔ ਤੇ ਹੈਗਾ ਹੀ ਆ ਠੀਕ ਹੈ ਪਰ ਇਹਦੇ ਵਿੱਚ ਕਰਾਉਣ ਇਹਦੇ ਵਿੱਚ ਕੱਲਾ ਆ ਹ ਰਹਿ ਗਿਆ ਆ ਦੇਖ ਲਓ ਮੈਂ ਰਾਹ ਤੋ ਜਦੋਂ ਸਵਰ ਅੱਡ ਕਰੋਗੇ ਤਾਂ ਔ ਸਵਰ ਨਿਕਲੂਗਾ ਮਤਲਬ ਇਹ ਤਾਂ ਹੈਗਾ ਨਿਰਸੰਧੀ ਦੋਨੇ ਆਪਸ ਚ ਜੁੜੇ ਨਹੀਂਗੇ ਸੰਧੀ ਨਹੀਂ ਕੀ ਅੱਡ ਅੱਡ ਇਹਦੇ ਵਿੱਚ ਸੰਧੀ ਹੋਗੀ ਆ ਦੇਖ ਲਓ ਸੰਧੀ ਯੁਕਤ ਮਤਲਬ ਔ ਇੱਕ ਹੀ ਸਵਰ ਰਹਿ ਗਿਆ ਮਾਜੀ ਦੇ ਵਿੱਚ ਦੋ ਸਵਰ ਉਚਾਰੇ ਗਏ ਤੇ ਮਲਵਈ ਦੇ ਵਿੱਚ ਇੱਕ ਸਵਰ ਉਚਾਰਿਆ ਗਿਆ ਇਸ ਕਰਕੇ ਜਿੱਥੇ ਦੋ ਸਵਰ ਉਚਾਰੇ ਗਏ ਉਹਨੂੰ ਕਹਿਆ ਜਾਂਦਾ ਨਿਰਸੰਧੀ ਦੋਨਾਂ ਦੀ ਸੰਧੀ ਨਹੀਂ ਨੇਰ ਸੰਧੀ ਸੰਧੀ ਤੋਂ ਬਿਨਾ ਸੰਧੀ ਯੁਕਤ ਮਤਲਬ ਸੰਧੀ ਹੋਗੀ ਜਿੱਥੇ ਦੋਨਾਂ ਦਾ ਆਪਸ ਦੇ ਵਿੱਚ ਸੰਧੀ ਜੁੜ ਗਏ ਦੋਨੋਂ ਆਪਸ ਦੇ ਵਿੱਚ ਪਰ ਲਿਖਣ ਦੇ ਵਿੱਚ ਫਰਕ ਨਹੀਂਗਾ ਭਾਈ ਨੋਟ ਕਰਕੇ ਮੈਂ ਲਿਖਦੀ ਆ ਗੱਲ ਲਿਖਣ ਦੇ ਵਿੱਚ ਫਰਕ ਨਹੀਂਗਾ ਲਿਖਣ ਦੇ ਵਿੱਚ ਤਾਂ ਹੀ ਲਿਖਿਆ ਜਾਊਗਾ ਕਰਾਉਣਾ ਸਣਾਉਣਾ माजी ੜੇ ਲਿਖਿਆ ਜਾਊਗਾ ਜਿਵੇਂ ਮਤਲਬ ਹੈ ਬਸ ਥੋੜਾ ਬੋਲਣ ਦੇ ਵਿੱਚ ਫਰਕ ਹੈ ਆਮ ਪੰਜਾਬੀ ਦੇ ਵਿੱਚ ਤਿੰਨ ਨਾਸਕੀ ਵਿਅੰਜਨ ਆ ਜਿਹੜੇ ਉਹ ਮਤਲਬ ਹੁੰਦੇ ਆ ਜਿਹੜੇ ਣਾਣਾ ਨੰਨਾ ਤੇ ਮੰਮਾ ਪਰ ਮਾਝੀ ਦੇ ਵਿੱਚ ਨੰਗਾ ਤੇ ਣੰਗਾ ਵੀ ਕਿਤੇ ਕਿਤੇ ਉਚਾਰੇ ਜਾਂਦੇ ਆ ਜਿਵੇਂ ਮੈਂ ਤੁਹਾਨੂੰ ਮਲਵਈ ਮਲਵਈ ਉਪਭਾਸ਼ਾ ਦੀ ਗੱਲ ਕੀਤੀ ਸੀ ਜਦੋਂ ਉਦੋਂ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਵੀ ਮਲਵਈ ਉਪਭਾਸ਼ਾ ਦੇ ਵਿੱਚ ਤਿੰਨ ਹੀ ਨਾਸਕੀ ਵਿਅੰਜਨ ਉਚਾਰੇ ਜਾਂਦੇ ਆ ਪਰ ਮਾਝੀ ਦੇ ਵਿੱਚ ਤਿੰਨ ਤਾਂ ਉਚਾਰੇ ਜਾਂਦੀ ਹੀ ਪੱਕਾ ਹੀ ਹੈ ਪਰ ਉਹਦੇ ਨਾਲ ਨਾਲ ਨੰਗਾ ਤੇ ਣੰਗਾ ਵੀ ਪ੍ਰਚਲਨ ਦੇ ਵਿੱਚ ਹੈਗੇ ਆ ਕਿਤੇ ਕਿਤੇ ਪੜਨਾਵ ਦੇਖ ਲਓ ਮਾਝੀ ਦੇ ਮਲਵਈ ਦੇ ਜਿਵੇਂ ਬਖੜੇ ਬਕਰੇ ਸੀ ਨਾ ਪੜਨਾਵ ਉਵੇਂ ਹੀ ਇਹਦੇ ਸੀਗੇ ਜੋਰ ਲੱਗੀ ਜਾਂਦਾ ਬੋਲਣ ਦੇ ਵਿੱਚ ਥੋੜਾ ਜਿਹਾ ਹੂੰ ਹਾਂ ਇਹਦੇ ਵਿੱਚ ਦੇਖ ਲਓ ਅਲੱਗ ਹੈ ਥੋੜੇ ਜੇ ਜਿਵੇਂ ਤੁਹਾਡਾ ਨੂੰ ਤੁਹਾਡਾ ਕਹਿਣਾ ਤੁਹਾਨੂੰ ਨੂੰ ਤੁਹਾਨੂੰ ਕਹਿਣਾ ਤੁਹਾਡੇ ਨੂੰ ਤੁਹਾਡੇ ਕਹਿਣਾ ਹੈ ਜਿਹੜਾ ਹੈ ਸੂਰਜੰਤਰੀਆ ਉਹ ਐਡੇ ਸਵਰ ਦੇ ਵਿੱਚ ਤਬਦੀਲ ਹੁੰਦਾ ਤਾਂ ਹੀ ਤਾਂ ਮਾਜੀ ਹੈ ਜਿਹੜੀ ਉਹ ਸਰਾਤਮਕ ਭਾਸ਼ਾ ਕਹੀ ਜਾਂਦੀ ਹੈ ਮਲਵਈ ਦੇ ਮੁਕਾਬਲੇ ਵਧੇਰੇ ਸੰਯੋਗਾਤਮਕ ਹੈ ਨੇ ਸੰਬੰਧਕ ਦੀ ਘੱਟ ਵਰਤੋਂ ਹੁੰਦੀ ਹੈ ਨੇ ਸੰਬੰਧਕ ਦੀ ਵਰਤੋਂ ਘੱਟ ਹੁੰਦੀ ਹੈ ਮਲਵਈ ਦੇ ਵਿੱਚ ਜਦੋਂ ਆਪਾਂ ਸੰਬੰਧਕਾਂ ਦੀ ਗੱਲ ਕੀਤੀ ਸੀ ਤਾਂ ਕਾ ਕੇ ਕੀ ਸੰਬੰਧਕ ਜ਼ਿਆਦਾ ਵਰਤੇ ਜਾਂਦੇ ਆ ਦਾ ਦੇ ਦੀ ਵੀ ਵਰਤੇ ਜਾਂਦੇ ਆ ਕਿਤੇ ਕਿਤੇ ਕੋਈ ਦਿੱਕਤ ਨਹੀਂ ਪਰ ਕਾਕੇ ਕੀ ਜਿਆਦਾ ਵਰਤੇ ਜਾਂਦੇ ਆ ਅਲੱਗ ਜਿਹਾ ਸਿਸਟਮ ਇਸ ਕਰਕੇ ਆਪਾਂ ਅਲੱਗ ਚੀਜ਼ ਦੱਸਣੀ ਆ ਕਾਮਨ ਤਾਂ ਕੋਈ ਗੱਲ ਹੀ ਨਹੀਂ ਹੈਨਾ ਜਿਵੇਂ ਉਸ ਨੇ ਕਿਹਾ ਨੂੰ ਮਾਜੀ ਚ ਬੋਲਿਆ ਜਾਂਦਾ ਉਸ ਕਿਹਾ ਹੱਥੀ ਕੀਤਾ ਹੱਥਾਂ ਨਾਲ ਕੀਤਾ ਮਤਲਬ ਨਾਲ ਸੰਬੰਧਕ ਹੈ ਜਿਹੜਾ ਉਹ ਹਟਾ ਕੇ ਇਸ ਕਰਕੇ ਮਲਵਈ ਦੇ ਮੁਕਾਬਲੇ ਜਿਆਦਾ ਸਹਿਯੋਗ ਆਤਮਕ ਸਹਿਯੋਗ ਦਾ ਮਤਲਬ ਹੁੰਦਾ ਜੁੜਨਾ ਸ਼ਬਦ ਆਪਸ ਦੇ ਵਿੱਚ ਜੁੜੇ ਹੋਏ ਆ ਬੱਸੇ ਬਣਦਾ ਹੱਥਾਂ ਨਾਲ ਕੀਤਾ ਹੱਥਾਂ ਤੇ ਨਾਲ ਸ਼ਬਦ ਨੂੰ ਜੋੜ ਕੇ ਹੱਥੀ ਸ਼ਬਦ ਬੋਲਤਾ ਅੱਖੀ ਡਿੱਟਾ ਅੱਖੀ ਦਾ ਮਤਲਬ ਅੱਖਾਂ ਨਾਲ ਅੱਖਾਂ ਤੇ ਨਾਲ ਦੋਨਾਂ ਦਾ ਸੰਯੋਗ ਕਰਕੇ ਬਸੇ ਚੜਿਆ ਮਤਲਬ ਬਸ ਤੇ ਚੜਿਆ ਸਕੂਲੇ ਗਿਆ ਮਤਲਬ ਸਕੂਲ ਵਿੱਚ ਗਿਆ ਸਕੂਲ ਨੂੰ ਗਿਆ ਗੱਡੀੋਂ ਲੱਥਾ ਗੱਡੀ ਤੋਂ ਲੱਥਾ ਇਹ ਆ ਜਿਹੜਾ ਮਲਵਈ ਦੇ ਮੁਕਾਬਲੇ ਜ਼ਿਆਦਾ ਸੰਯੋਗਾਤਮਕ ਭੂਤਕਾਲੀ ਕਿਰਦੰਤ ਰੂਪ ਹੈ ਜਿਹੜੇ ਭੂਤਕਾਲੀ ਕਿਰਿਆ ਕਿਰਿਆ ਦੇ ਕਰਦੰਤ ਰੂਪ ਦੇਖ ਲਓ ਕਿਵੇਂ ਆ ਭੂਤਕਾਲ ਦੇ ਡਠਾ ਗਿੱਧਾ ਧੋਤਾ ਗੁੱਧਾ ਹੈ ਨਾ ਮਤਲਬ ਵੈਸੇ ਤਾਂ ਹੁੰਦਾ ਟਿੱਠਾ ਮਤਲਬ ਦੇਖਿਆ ਹੈ ਤੇ ਇੱਥੇ ਕੀ ਆ ਡਠਾ ਆਪਾਂ ਕਹੇ ਬੋਲਾਂਗੇ ਵੀ ਮੈਂ ਉੱਥੇ ਇੱਕ ਸ਼ੇਰ ਦੇਖਿਆ ਆਪਾਂ ਕਹਾਂ ਪਰ ਜਿਹੜੇ ਮਾਜੇ ਦੇ ਕਹਿਣਗੇ ਵੀ ਮੈਂ ਉੱਥੇ ਇੱਕ ਸ਼ੇਰ ਡਠਾ ਡਠਾ ਕਿਰਿਆ ਦੇ ਅਖੀਰ ਵਿੱਚ ਨਵੇਕ ਲਈ ਤਾਤੇ ਦੇ ਆਉਂਦੇ ਆ ਜਵੇਂ ਆਪਾਂ ਬੋਲਦੇ ਆ ਕੀ ਆਖਿਆ ਹੈ ਜਾਂ ਕੀ ਆਖਿਆ ਸੀ ਐਵੇਂ ਬੋਲਦੇ ਆ ਪਰ ਇਹ ਮਾਝੇ ਦੇ ਬੋਲਣਗੇ ਕੀ ਆਖਿਆ ਸੂ ਕੀ ਕੀਤਾ ਸੂ ਹੈਨਾ ਸੈਦਾ ਹੈ ਬਣਾਉਣਾ ਜਵੇਂ ਪਸ਼ੂ ਨੂੰ ਪਹੂ ਬੋਲਣਾ ਪੈਸਾ ਨੂੰ ਪੈਹਾ ਕਿੰਨੇ ਪੈਸੇ ਚਾਹੀਦੇ ਬਈ ਹੈ ਪਹੂ ਪੈਹਾ ਇਹ ਸ਼ਬਦ ਐਵੇਂ ਬੋਲਿਆ ਜਾਂਦਾ ਹੈ ਅਸਾ ਅਸੀਂ ਨੂੰ ਅਸਾ ਬੋਲਣਾ ਤੁਸੀਂ ਨੂੰ ਤੁਸਾ ਬੋਲਣਾ ਅਸਾ ਤੁਸਾ ਹੈ ਸ਼ਬਦਾਵਲੀ ਦੇਖ ਲਓ ਵਾਂਡੇ ਜਦੋਂ ਆਪਾਂ ਮਤਲਬ ਕਿਸੇ ਰਿਸ਼ਤੇਦਾਰੀ ਚ ਜਾਣੇ ਬਾਹਰ ਜਾਣੇ ਆ ਰਿਸ਼ਤੇਦਾਰੀ ਚ ਤਾਂ ਮਾਝ ਦੇ ਲੋਕ ਕਹਿੰਦੇ ਆ ਵਾਂਡੇ ਚੱਲਿਆ ਸਲੂਣਾ ਦਾਲ ਸਬਜ਼ੀ ਨੂੰ ਕਹਿੰਦੇ ਆ ਰੁਮਾਨ ਮਤਲਬ ਆਰਾਮ ਜੇ ਆਪਾਂ ਪੁੱਛੀਏ ਕਿਸੇ ਮਾਝ ਦੇ ਬਾਈ ਕੀ ਹਾਲ ਹੈ ਉਹ ਕਹੂਗਾ ਬਾਈ ਰੁਮਾਨ ਆ ਖੜਨਾ ਮਤਲਬ ਲੈ ਕੇ ਜਾਣਾ ਕਿਸੇ ਚੀਜ਼ ਨੂੰ ਲੈ ਜਾਣਾ ਭਾਉ ਭਰਾ ਨੂੰ ਕਹਿ ਦਿੰਦੇ ਆ ਭਾ ਛਾ ਵੇਲਾ ਸਵੇਰ ਵੇਲਾ ਜਿਹਨੂੰ ਆਪਾਂ ਕਹਿ ਦਿੰਨੇ ਲੱਸੀ ਵੇਲਾ ਲੋਡਾ ਵੇਲਾ ਤਰਕਾਲਾ ਨੂੰ ਕਹਿੰਦੇ ਆ ਮਾਜੇ ਦੇ ਲੋਕ ਤਰਕਾਲਾ ਨੂੰ ਲੋਡਾ ਵੇਲਾ ਕਹਿੰਦੇ ਆ ਅੱਗੇ ਨੂੰ ਗਾੜੀ ਕਹਿੰਦੇ ਆ ਗਾੜੀ ਹੋ ਜਾ ਮਤਲਬ ਅੱਗੇ ਹੋ ਜਾ ਛੇਤੀ ਨੂੰ ਝੱਪ ਦੇ ਕਹਿੰਦੇ ਆ ਕਹਿਣਾ ਨੂੰ ਕੂਣਾ ਵੀ ਕੂਪਾ ਹੁਣ ਤੋਂ ਕੂਣਾ ਘਰ ਵਾਲੀ ਨੂੰ ਬੁੱਢੀ ਕਹਿੰਦੇ ਆ ਲੈ ਕੇ ਆ ਬਾਤ ਹੈ 11 ਨੂੰ 11 ਕਹਿੰਦੇ ਆ 11 ਨੂੰ 11 ਨੀਰ ਨੂੰ ਟੱਲੀ ਕਹਿੰਦੇ ਆ ਨਾ ਉਹ ਜਿਵੇਂ ਕਹਿੰਦਾ ਹੁੰਦਾ ਨਾ ਟਾਕੀ ਟੱਲਾ ਨਾਲ ਡਾਕਟਰ ਡਾਕਟਰ ਨਹੀਂ ਸਿੱਧਾ ਹੀ ਇਹ ਨਾਮ ਉਹਦਾ ਤਨੀਰਾਮ ਚਾਤਰਕ ਜਿਹੜਾ ਕਵੀ ਆ ਜਿਹੜਾ ਉਹ ਕਹਿੰਦਾ ਹੁੰਦਾ ਹੈ ਨਾ ਪਸ਼ੂਆਂ ਦੇ ਵਾੜੀ ਨੂੰ ਹਵੇਲੀ ਕਹਿੰਦੇ ਆ ਆਪੇ ਨੂੰ ਆਪੂ ਹੈ ਨਾ ਜਾਂ 11 ਨੂੰ 11 25 ਨੂੰ 5 25 25 ਨੂੰ 25 ਮਾਝੇ ਦੇ ਲੋਕ ਕਹਿੰਦੇ ਆ ਹਾਂ ਅਗਲੀ ਗੱਲ ਕਰਦੇ ਆਪਾਂ ਦੁਆਬੀ ਭਾਸ਼ਾ ਦੀ ਦੁਆਬੀ ਭਾਸ਼ਾ ਦੇ ਵਿੱਚ ਦੁਆਬ ਸ਼ਬਦ ਹੈ ਜਿਹੜਾ ਉਹ ਪੰਜਾਬ ਦੀ ਤਰਜਤੇ ਬਣਿਆ ਹੋਇਆ ਜਿਵੇਂ ਪੰਜਾਬ ਸ਼ਬਦ ਹੈ ਜਿਹੜਾ ਉਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਪੰਜ ਪਲਸ ਆਬ ਤੇ ਉਵੇਂ ਹੀ ਦੁਆਬ ਸ਼ਬਦ ਹੈ ਜਿਹੜਾ ਉਹ ਦੋ ਪਲਸ ਆਬ ਪੰਜਾਬ ਦੀ ਤਰਜ ਤੇ ਬਣਿਆ ਕਿ ਨਹੀਂ ਪੰਜਾਬ ਸ਼ਬਦ ਦੀ ਤਰਜ ਤੇ ਦੋ ਪਲਸ ਆਬ ਮਤਲਬ ਆਬ ਪਾਣੀ ਨੂੰ ਕਹਿੰਦੇ ਦੋ ਪਾਣੀਆਂ ਦੀ ਧਰਤੀ ਕਿਹੜੇ ਕਿਹੜੇ ਸਤਲੁਜ ਤੇ ਬਿਆਸ ਠੀਕ ਹੈ ਭਾਈ ਦੁਆਬੀ ਮਾਝੀ ਦੀ ਜਿਸੀਗਾ ਰਾਵੀ ਤੇ ਬਿਆਸ ਰੱਬ ਇਹਦੇ ਵਿੱਚ ਸਭ ਸਤਲੁਜ ਤੇ ਬਿਆਸ ਭਾਸ਼ਾ ਦੀ ਵਿਸ਼ੇਸ਼ਤਾ ਵਾ ਤਿੰਨੇ ਸੁਰਾਂ ਕਾਰਜਸ਼ੀਲ ਹੈ ਭਾਈ ਇਹਦੇ ਵਿੱਚ ਮਾਝੀ ਬੰਮੂ ਪਰ ਮਲਵਈ ਵਾਂਗੂੰ ਗੰਗਾ ਤੇ ਣਜਾਂ ਦਾ ਉਚਾਰਨ ਨਹੀਂ ਹੁੰਦਾ ਮਲਵਈ ਵਾਂਗ ਸੁਰਾਂ ਤਿੰਨਾਂ ਹੀ ਮਾਜੀ ਵਾਂਗ ਤੇ ਗੰਗਾ ਤੇ ਣਜਾਂ ਦਾ ਉਚਾਰਨ ਮਲਵਈ ਵਾਂਗ ਦੋਨੇ ਹੈਗੇ ਆ ਲੈ ਤੇ ਲੱਲੇ ਪੈਰ ਬਿੰਦੀ ਦੋਨੇ ਹੀ ਦੁਨੀਆਂ ਦੁਨੀਆ ਆਤਮਿਕ ਪੱਖ ਤੋਂ ਸਾਰਥਿਕ ਤੇ ਨਖੇੜੂ ਹਨ ਜਿਵੇਂ ਮਲਵਈ ਪਾਸੇ ਦੇ ਵਿੱਚ ਕੱਲਾ ਲੈ ਆ ਤੇ हां माजी ਦੇ ਵਿੱਚ ਲੈ ਤੇ ਲੱਲੇ ਪੈਰ ਬਿੰਦੀ ਦੋਨੋਂ ਹੀ ਉਚਾਰੇ ਜਾਂਦੇ ਆ ਉਵੇਂ ਹੀ ਦੁਆਬੀ ਦੇ ਵਿੱਚ ਵੀ ਲੈ ਤੇ ਲੱਲੇ ਪੈਰ ਬਿੰਦੀ ਦੋਨੋਂ ਹੀ ਮਲਵਈ ਵਾਂਗ ਵੈ ਨੂੰ ਵੈ ਬੋਲਣਾ ਜਿਵੇਂ ਵੈ ਨੂੰ ਮੈਂ ਬੋਲਦੇ ਸੀ ਨਾ ਵੈ ਨੂੰ ਮੈਂ ਉਵੇਂ ਹੀ ਇਹਦੇ ਵਿੱਚ ਦੁਆਬੀ ਦੇ ਵਿੱਚ ਵੀ ਮਲਵਈ ਵਾਂਗ ਵੈ ਨੂੰ ਵੈ ਜਿਵੇਂ ਵਾਰ-ਵਾਰ ਨੂੰ ਬਾਰ-ਬਾਰ ਬੋਲਣਾ ਵਾਰਨਾ ਨੂੰ ਬਾਰਨਾ ਵਾਂਗਾ ਵਾਂਗਾ ਬਾਂਗਾ ਨੂੰ ਬਾਗਾ ਬੋਲਣਾ ਤੇ ਵੈ ਤੇ ਬੈ ਦਾ ਅੰਤਰ ਵਟਾਂਦਰਾ ਵੀ ਆ ਵਿੱਚ ਤੇ ਵਿੱਚ ਦੋਨੋਂ ਹੀ ਬੋਲੇ ਜਾਂਦੇ ਆ ਦੋਨਾ ਦੋਨਾ ਵਾਇ ਤੇ ਬੈ ਦਾ ਅੰਤਰ ਵਟਾਂਦਰਾ ਵੀ ਕੀਤਾ ਜਾਂਦਾ ਕਿਤੇ ਵਿੱਚ ਵੀ ਪ੍ਰਚਲਤ ਸਹੀ ਸ਼ਬਦ ਵਿੱਚ ਹੈ ਪਰ ਤੁਹਾਪ ਦੇ ਵਿੱਚ ਕਿਤੇ ਕਿਤੇ ਵਿੱਚ ਸ਼ਬਦ ਵੀ ਬੋਲਿਆ ਜਾਂਦਾ ਵਿੱਚ ਵੈ ਤੋਂ ਬੈ ਮਲਵਈ ਵਿੱਚ ਬੋਲਿਆ ਜਾਂਦਾ ਇਵੇਂ ਕਿਵੇਂ ਜਿਵੇਂ ਹੈ ਤੇ ਦੁਆਬੀ ਦੇ ਵਿੱਚ ਇਦਾਂ ਕਿਦਾਂ ਜਿੱਦਾਂ ਹੈ ਨਾ ਤੂੰ ਭਾਈ ਇਵੇਂ ਕਰ ਲਾ ਮਤਲਬ ਤੂੰ ਭਾਈ ਇਦਾਂ ਕਰ ਲਾ ਹੈ ਨਾ ਤੇ ਮਾਜੀ ਦੇ ਵਿੱਚ ਇਸ ਤਰ੍ਹਾਂ ਕਿਤਰਾ ਮਾਜੀ ਦੇ ਵਿੱਚ ਇਸ ਤਰ੍ਹਾਂ ਕਿਤਰਾ ਬੋਲਿਆ ਜਾਂਦਾ ਤੇ ਮਲਵਈ ਦੇ ਵਿੱਚ ਇਵੇਂ ਕਿਵੇਂ ਜਵੇਂ ਤੇ ਦੁਆਬੀ ਦੇ ਵਿੱਚ ਇਦਾਂ ਕਿਦਾਂ ਜਿੱਦਾਂ ਮਲਵਈ ਵਾਂਗ ਰੈ ਦਾ ਲੋਪ ਹੁੰਦਾ ਹੈ ਬਈ ਦੇਖ ਲੋ ਪੋਤਾ ਦੋਤਾ ਦਾਤੀ ਪੁੱਤ ਸੂਤ ਪਰ ਮਾਜੀ ਦੇ ਵਿੱਚ ਰੈ ਦਾ ਉਚਾਰਨ ਹੁੰਦਾ ਮਾਜੀ ਚ ਪੋਤਰਾ ਦੋਤਰਾ ਦਾਤਰੀ ਪੁੱਤਰ ਸੂਤਰ ਐਵੇਂ ਬੋਲਿਆ ਜਾਂਦਾ ਮਾਜੀ ਦੇ ਵਿੱਚ ਪਰ ਮਲਵਈ ਤੇ ਦੁਆਬੀ ਦੋਨਾਂ ਦੇ ਵਿੱਚ ਪੋਤਾ ਦੋਤਾ ਦਾਤੀ ਪੁੱਤ ਸੂਤ ਰੈ ਦਾ ਲੋਪ ਹੈ ਭੂਤਕਾਲੀ ਕਿਰਿਆ ਸੂਚਕ ਮਤਲਬ ਸੂਚਕ ਹੈ ਜਿਹੜੇ ਭੂਤਕਾਲੀ ਕਿਰਿਆ ਸੂਚਕ ਮਤਲਬ ਉਹ ਕਿਰਿਆ ਜਿਹੜੀ ਸੂchna ਦਿੰਦੀ ਹੈ ਵੀ ਇਹ ਵਾਕ ਹੈ ਕਿਹੜੇ ਕਾਲ ਦਾ ਵਾਕ ਹੈ ਕਿਹੜੇ ਕਾਲ ਨਾਲ ਰਿਲੇਸ਼ਨ ਹੈ ਦਾ ਭੂਤਕਾਲ ਦੀ ਕਿਰਿਆ ਦੇ ਵਿੱਚ ਸੀ ਸੀ ਤੋਂ ਪਤਾ ਲੱਗਦਾ ਹੈ ਨਾ ਉਹ ਜਾਂਦਾ ਸੀ ਉਹ ਪੜਾਉਂਦਾ ਸੀ ਉਹ ਪੜਦੀ ਸੀ ਇਹ ਸੀ ਸ਼ਬਦ ਹੈ ਜਿਹੜਾ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਸੀ ਸ਼ਬਦ ਤੋਂ ਵੀ ਇਹ ਭੂਤਕਾਲ ਦੀ ਕਿਰਿਆ ਹੈ ਸੀ ਨੂੰ ਸੀਗਾ ਸੀਗੇ ਸੀਗੀ ਸੀਗੀਆਂ ਬੋਲਣਾ ਉਹ ਜਾਂਦਾ ਸੀਗਾ ਉਹ ਪੜਦੀ ਸੀਗੀ ਐਵੇਂ ਬੋਲਣਾ ਭਵਿੱਖ ਕਾਲੀ ਕਿਰਿਆ ਰੂਪ ਵੀ ਮਲਵਈ ਦੇ ਨਾਲ ਕਾਫੀ ਮਿਲਦੇ ਆ ਬਾਈ ਮੈਂ ਆਵਾਂਗਾ ਆਵਾਂਗੀ ਆਵਾਂਗੇ ਕਰੂੰਗਾ ਖਾਊਂਗਾ ਵੈਸੇ ਤਾਂ ਕਰਾਂਗਾ ਖਾਵਾਂਗਾ ਜੇ ਆਪਾਂ ਇਹਨੂੰ ਸਧਰੂਪ ਚ ਬੋਲੀਏ ਪਰ ਇਹਦੇ ਵਿੱਚ ਮਾਲਵੇ ਤੇ ਦੁਆਬੇ ਦੇ ਲੋਕ ਬੋਲਦੇ ਆ ਕਰੂੰਗਾ ਖਾਊਂਗਾ ਕਰਮਣੀ ਵਾਚ ਤੇ ਭਾਵਾਚੀ ਬਣਤਰਾ ਵੀ ਆ ਡਾਡਾ ਮੈਥੋਂ ਕੰਮ ਕਰ ਨਹੀਂ ਹੁੰਦਾ ਫੋਨ ਕੱਟ ਨਹੀਂ ਹੁੰਦਾ ਖਾ ਨਹੀਂ ਹੁੰਦਾ ਵੈਸੇ ਤਾਂ ਆਏਗਾ ਵੀ ਮੇਰੇ ਤੋਂ ਕੰਮ ਨਹੀਂ ਕੀਤਾ ਜਾਂਦਾ ਮੇਰੇ ਤੋਂ ਫੋਨ ਨਹੀਂ ਕੱਟਿਆ ਜਾਂਦਾ ਮੇਰੇ ਤੋਂ ਖਾਣਾ ਰੋਟੀ ਖਾ ਨਹੀਂ ਹੁੰਦੀ ਹਨਾ ਰੋਟੀ ਨਹੀਂ ਖਾਦੀ ਜਾਂਦੀ ਪਰ ਦੁਆਬੀ ਦੇ ਵਿੱਚ ਕਿਵੇਂ ਬੋਲਿਆ ਜਾਂਦਾ ਦੇਖ ਲਓ ਕਿਵੇਂ ਖਾ ਨਹੀਂ ਹੁੰਦੀ ਹਨਾ ਫੋਨ ਕੱਟ ਨਹੀਂ ਹੁੰਦਾ ਕਿਰਿਆਵੀ ਬੰਤਰ ਦੇ ਵਿੱਚ ਸਵਰ ਸਵਰ ਸੰਜੋਗਾਂ ਦੀ ਬਹੁਤ ਪਰਵਰਤੀ ਹੈ ਸਵਰ ਸੰਜੋਗ ਹਨਾ ਸੰਜੋਗ ਆਤਮਕ ਉੱਤੇ ਗੱਲ ਆ ਗਈ ਸੀ ਨਾ ਹੁਣ ਦੇਖੋ ਸਵਰ ਸੰਜੋਗ ਕਿਵੇਂ ਹੁੰਦੇ ਆ ਇਹਦੇ ਵਿੱਚ ਕਿਵੇਂ ਆ ਉਹ ਗਏ ਹੋਏ ਆ ਐ ਬੋਲਿਆ ਜਾਂਦਾ ਵੈਸੇ ਤਾਂ ਹੈਗਾ ਉਹ ਗਏ ਹੋਏ ਹੈ ਜਾ ਉਹ ਗਏ ਹੋਏ ਹਨ ਇਹਨੂੰ ਜੇ ਲਿਖਿਆ ਜਾਵੇ ਤਾਂ ਉਹ ਗਏ ਤਾਂ ਸਹੀ ਹੈ ਪਰ ਇੱਥੇ ਹੋਏ ਤੇ ਹਨ ਹਨ ਐਵੇਂ ਆ ਪਰ ਇੱਥੇ ਕੀ ਆ ਹੋਏ ਨੂੰ ਹੈ ਨੂੰ ਇਹ ਉਹ ਊੜਾ ਸਵਰ ਬਣਾਤਾ ਤੇ ਹਨ ਨੂੰ ਆ ਬਣਾਤਾ ਇੱਥੇ ਸਵਰ ਸੰਜੋਗ ਆ ਦੇਖ ਲਓ ਦੋਨਾਂ ਦਾ ਸੰਜੋਗ ਕਰਕੇ ਬੋਲਿਆ ਜਾਂਦਾ ਉਹ ਗਏ ਹੋਏ ਆ ਮੇਰੇ ਕਈ ਮਿੱਤਰ ਹੈਗੇ ਆ ਜਿਹੜੇ ਮਤਲਬ ਦੁਆਬੀ ਪਾਸ਼ਾ ਦੇ ਉਹ ਐਂ ਬੋਲਦੇ ਆ ਉਹ ਗਈ ਹੋਈ ਆ ਹਨ ਸਾਰੀਆਂ ਆਈਆਂ ਐਵੇਂ ਵੈਸੇ ਹੈਗਾ ਵੀ ਸਾਰੀਆਂ ਆਈਆਂ ਹਨ ਸ਼ਬਦਾਵਲੀ ਦੇਖ ਲੋ ਇਹਦੀ 도ਆਬੀ ਦੀ ਵੱਖਰੀ ਸ਼ਬਦਾਵਲੀ ਆ ਦਰਮਿਆਨ ਜਾਂ ਵਿਚਾਲੇ ਮਾਜਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਉਹਦਾ ਉਹਨੂੰ ਬੋਲਦੇ ਹੈ ਗੱਬੇ ਕਿ ਉਹਨੂੰ ਕੇ ਪਿਓ ਨੂੰ ਪੇ ਹੈ ਪੇ ਆਇਆ ਕੇ ਕੇ ਲਿਆ ਆ ਜਨ ਨੂੰ ਜਨੇਤ ਕਿਹਾ ਜਾਂਦਾ ਹੈ ਆਨੰਦ ਕਾਰਜ ਨੂੰ ਫੇਰੇ ਜਿਹੜਾ ਕੀ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਜਿਹੜੀਆਂ ਚਾਰ ਲਾਵਾ ਹੁੰਦੀਆਂ ਹੈ ਉਹਨਾਂ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ ਤੇ ਆਨੰਦ ਕਾਰਜ ਨੂੰ ਜਿਹੜੇ ਸਾਡੇ ਦੁਆਬੇ ਦੇ ਲੋਕ ਆ ਉਹ ਫੇਰੇ ਕਹਿੰਦੇ ਆ ਮਾਂ ਨੂੰ ਬੀਬੀ ਭਰਾ ਨੂੰ ਬਾਜੀ ਹਨਾ ਪਾਪਾ ਜਵੇਂ ਬੀਬੀ ਪਾਪਾ ਪਿਤਾ ਨੂੰ ਪਾਇਆ ਵੀ ਕਹਿ ਦਿੰਦੇ ਆ ਹੈ ਡਾਕਟਰ ਐਸ ਐਸ ਜੋਸ਼ੀ ਆ ਜਿਹੜਾ ਉਹਨੇ ਦੁਆਬੀ ਤੇ ਬੜੀ ਖੋਜ ਸਰਚ ਕੀਤੀ ਆ ਉਹਨੇ ਆਪਣਾ ਇੱਕ ਖੋਦ ਪ੍ਰਬੰਧ ਲਿਖਿਆ ਸੀਗਾ ਪਿਚ ਐਂਡ ਰਿਲੇਟਿਡ ਫੀਨੋਮੈਨਾ ਇਨ ਪੰਜਾਬੀ ਦੁਆਬੀ ਏ ਨੇ ਇੱਕ ਮਤਲਬ ਲਿਖਿਆ ਸੀ ਸ਼ੋਧ ਪ੍ਰਬੰਧ ਉਹਦੇ ਵਿੱਚ ਦੁਆਬੀ ਦੀ ਤੁਨੀ ਆਤਮਕ ਤੇ ਵਿਆਕਰਣ ਅਧਿਐਨ ਕੀਤਾ ਗਿਰੀ ਅਰਸਨ ਕਹਿੰਦਾ ਪਰ ਗਿਰੀ ਅਰਸਨ ਦੀ ਗੱਲ ਸੁਣ ਲਓ ਗਿਰੀ ਅਰਸਨ ਨੇ ਕੀ ਕਿਹਾ ਹੈ ਗਿਰੀ ਅਰਸਨ ਅਨੁਸਾਰ ਅ ਦੁਆਬੀ ਦੇ ਲੱਛਣ ਮਾਝੀ ਤੇ ਮਲਵਈ ਵਾਲੇ ਹਨ ਪੁਆਦੀ ਨਹੀਂ ਦੁਆਬੀ ਇੱਥੇ ਪੁਆਦੀ ਨਹੀਂ ਨੂੰ ਦੁਆਬੀ ਕਰ ਲਓ ਬਈ ਗਿਰੀ ਅਰਸਨ ਅਨੁਸਾਰ ਹ ਪੁਆਦੀ ਨਹੀਂ ਦੁਆਬੀ ਦੁਆਬੀ ਦੇ ਲੱਛਣ ਆ ਜਿਹੜੇ ਉਹ ਮਲਵਈ ਤੇ ਮਾਝੀ ਵਾਲੇ ਹੀ ਆ ਦੁਆਬੀ ਕਰ ਲਿਓ ਬਾਈ ਇਹਨੂੰ ਪੁਹਾਦੀ ਨੂੰ ਯਾਦ ਕਰਕੇ ਅਗਲੀ ਪਾਸ਼ਾ ਜਿਹੜੀ ਆਪਾਂ ਉਪਪਾਸ਼ਾ ਪੜ੍ਹਨੀ ਆ ਪੁਹਾਦੀ ਪੁਹਾਦੀ ਸ਼ਬਦ ਹੈ ਜਿਹੜਾ ਪੁਹਾਦ ਤੋਂ ਬਣਿਆ ਹੈ ਪੁਹਾਦ ਦਾ ਮਤਲਬ ਹੁੰਦਾ ਹੈ ਪੂਰਵ ਅੱਧ ਮਤਲਬ ਚੜ੍ਹਦੇ ਵਾਲੇ ਪਾਸੇ ਦਾ ਹਿੱਸਾ ਪੂਰਵ ਅੱਧ ਤੇ ਪੁਹਾਦ ਦਾ ਪੁਹਾਦ ਦਾ ਜਿਹੜਾ ਵਿਰੋਧੀ ਸ਼ਬਦ ਹੈ ਉਹ ਬਣਦਾ ਪਚਾਦ ਮਤਲਬ ਹਾਂ ਪਛਮਦੱਦ ਪਛਮਦੱਦ ਵਿਰੋਧੀ ਸ਼ਬਦ ਵੀ ਬਣਦਾ ਹੈ ਇਹ ਪਵਾਦੀ ਕਿੱਥੇ ਬੋਲੀ ਜਾਂਦੀ ਹੈ ਰੋਪੜ ਇਹਦਾ ਨਾਮ ਆਉਂਦਾ ਹੈ ਨਾ ਜਦੋਂ ਆਪਾਂ ਪੁਰਾਤਤਵਿਕ ਸਥਲ ਪੜਦੇ ਹਾਂ ਉਹਦੇ ਚ ਰੋਪੜ ਦਾ ਨਾਮ ਆਉਂਦਾ ਹੈ ਰੋਪੜ ਦਾ ਵਰਤਮਾਨ ਦੇ ਵਿੱਚ ਨਾਮ ਹੈ ਰੂਪਨਗਰ ਪਟਿਆਲੇ ਦਾ ਪੂਰਬੀ ਹਿੱਸਾ ਸੰਗਰੂਰ ਦੇ ਮਲੇਰਕੋਟਲੇ ਦੀ ਤਰਫ ਦਾ ਖੇਤਰ ਅੰਬਾਲਾ ਤੇ ਜੀਨ ਦਾ ਪੱਛਮੀ ਹਿੱਸਾ ਹਿਸਾਰ ਦੇ ਕੁਝ ਹਿੱਸਿਆਂ ਵਿੱਚ ਪਵਾਦੀ ਭਾਸ਼ਾ ਬੋਲੀ ਜਾਂਦੀ ਹੈ ਪਾਸ਼ਾਈ ਵਿਸ਼ੇਸ਼ਤਾ ਵਾ ਨੀਵੀਂ ਸੁਰ ਮਾਝੀ ਵਾਂਗ ਉਚਾਰੀ ਜਾਂਦੀ ਹੈ ਉੱਚੀ ਸੁਰ ਮਲਵਈ ਵਾਂਗ ਉਚਾਰੀ ਜਾਂਦੀ ਹੈ ਪੱਤਰੀ ਜਾਂ ਸਾਵੀ ਸੁਰ ਹੈ ਜਿਹੜੀ ਉਹ ਤਿੰਨਾ ਉਪ ਪਾਸ਼ਾਵਾਂ ਵਿੱਚ ਇੱਕੋ ਜਿਹੀ ਹੈ ਠੀਕ ਹੈ ਭਾਈ ਗੱਲ ਕਲੀਅਰ ਹੈ ਜਿਵੇਂ ਜਿਵੇਂ ਗੱਲ ਦਸੀ ਹੋਵੇ ਮੈਂ ਯਾਦ ਰੱਖਣੀ ਹੈ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਪੰਜਾਬੀ ਦੇ ਵਿੱਚ ਤਿੰਨ ਸੁਰਾਂ ਹੁੰਦੀਆਂ ਵੈਸੇ ਤਾਂ ਦੋ ਹੀ ਮੰਨੀਆਂ ਡਾਕਟਰ ਅਰਕੀਰ ਸਿੰਘ ਕਹਿੰਦਾ ਵੀ ਦੋ ਹੀ ਹੈ ਸਾਵੀ ਜਾਂ ਮੱਧਮ ਸੁਰ ਪੰਜਾਬੀ ਚ ਮੌਜੂਦ ਨਹੀਂ ਹੈਗੀ ਪਰ ਵਿਆਕਰਣਕਾਰਾਂ ਨੇ ਇਹਨੂੰ ਤਿੰਨ ਮੰਨ ਰੱਖਿਆ ਪਰ ਜੇ ਡਾਕਟਰ ਹਰਕੀਰਤ ਸਿੰਘ ਦੇ ਅਨੁਸਾਰ ਗੱਲ ਕਰੀਏ ਉਹ ਕਹਿੰਦਾ ਵੀ ਦੋਈ ਹੈ ਇਹ ਗੱਲ ਤੁਸੀਂ ਥੋੜੀ ਯਾਦ ਰੱਖਣੀ ਹੈ ਉਹ ਵੈਸੇ ਅੱਜਕੱਲ ਦੇ ਵਿਆਕਰਨਕਾਰ ਕਹਿੰਦੇ ਵੀ ਤਿੰਨ ਸੁਰਾ ਉੱਚੀ ਨੀਵੀਂ ਤੇ ਮੱਧਮ ਮੱਧਮ ਨੂੰ ਸਾਵੀ ਜਾਂ ਪੱਧਰੀ ਵੀ ਕਿਹਾ ਜਾਂਦਾ ਹੈ ਵਿਚਾਲੜੀ ਜਿਹੜੀ ਪੁਆਦੀ ਦੀ ਨੀਵੀਂ ਸੁਰਾ ਉਹ ਤਾਂ ਮਾਝੀ ਵਾਂਗ ਉਚਾਰੀ ਜਾਂਦੀ ਹੈ ਉੱਚੀ ਸੁਰ ਮਲਵਈ ਵਾਂਗ ਪੱਧਰੀ ਜਾਂ ਸਾਵੀ ਸੁਰ ਤਿੰਨਾ ਉਪ ਪਛਾਵਾਂ ਵਿੱਚ ਇਕੋ ਜਿਹੀ ਹੈ ਮਤਲਬ ਮਾਝੀ ਮਲਵਈ ਤੇ ਪੁਆਦੀ ਵੀ ਮਲਵਈ ਬਾਂ ਨੰਗਾ ਤੇ ਜੰਗਾ ਨਹੀਂ ਉਚਾਰੇ ਜਾਂਦੇ ਮਲਵਈ ਤੇ ਦੁਆਬੀ ਵਿੱਚ ਵੀ ਨਹੀਂ ਉਚਾਰੇ ਜਾਂਦੇ ਤਾਲਵੀ ਸੰਘਰਸ਼ੀ ਜਿਹੜਾ ਸੱਸੇ ਪੈਰ ਬਿੰਦੀ ਉਹ ਨਹੀਂ ਹੈਗਾ ਕੇਵਲ ਦੰਤੀ ਸੱਸਾ ਹੈ ਕੇਵਲ ਦੰਤੀ ਸੱਸੇ ਤੋਂ ਹੀ ਕੰਮ ਚਲਾ ਲਿਆ ਜਾਂਦਾ ਹੈ ਹੈਨਾ ਮਤਲਬ ਜੇ ਇਹਨਾਂ ਨੇ ਸ਼ੇਰ ਸ਼ਬਦ ਬੋਲਣਾ ਹੋਵੇ ਤਾਂ ਸ਼ੇਰ ਨਹੀਂ ਬੋਲਣਗੇ ਉਹਨੂੰ ਸ਼ੇਰ ਆਹ ਜਿਹੜਾ ਸ਼ੇਰ ਸ਼ੇਰ ਨਹੀਂ ਕਹਿ ਸਕਣਗੇ ਉਹਨੂੰ ਸ਼ੇਰ ਬੋਲ ਕੇ ਹੀ ਸਾਰ ਦੇਣਗੇ ਕਿਉਂਕਿ ਸੱਸੇ ਪੈਰ ਬਿੰਦੀ ਹੈ ਹੀ ਨਹੀਂ ਇਹਨਾਂ ਦੇ ਦੋਨੇ ਲੈ ਹੈ ਗਿਆ ਲਾਤ ਲੱਲੇ ਪੈਰ ਬਿੰਦੀ ਦੋਨੇ ਹੀ ਹੈਗੇ ਆ ਇਸ ਭਾਸ਼ਾ ਦੇ ਵਿੱਚ ਵਰਤੇ ਜਾਂਦੇ ਆ ਵਾਵਾ ਬੱਬਾ ਮੱਮਾ ਦਾ ਰੂਪਾਂਤਰਣ ਮਲਵਈ ਦੇ ਨਾਲੋਂ ਵੀ ਵੱਧ ਆ ਆਪਾਂ ਮਲਵਈ ਦੇ ਵਿੱਚ ਦੇਖਿਆ ਸੀਗਾ ਵੈ ਬੈ ਤੇ ਮੈ ਦਾ ਆਪਸੀ ਰੂਪਾਂਤਰਣ ਹਨਾ ਜਿਵੇਂ ਮੈਂ ਤੁਹਾਨੂੰ ਉਦਾਹਰਣ ਦਿੱਤਾ ਸੀ ਬੱਚੇ ਦੀ ਬੱਖੀ ਚ ਬੱਟਾ ਨਾ ਮਾਰ ਸਵੇਰਾ ਨੂੰ ਸਵੇਰਾ ਬੋਲਣਾ ਸੰਵਾਰ ਕੇ ਨੂੰ ਸੰਭਾਰ ਕੇ ਕਾਮਾ ਰੋਲੀ ਕਾਮਾ ਰੋਲੀ ਜਿਆਦਾ ਰੋਣਾ ਰਪਾ ਪਵੇ ਉਹਨੂੰ ਆਪਾਂ ਕਹਿੰਦੇ ਨੇ ਕਾਮਾ ਰੋਲੀ ਮਤਲਬ ਕਾ ਨਹੀਂ ਬੋਲਦੇ ਹੁੰਦੇ ਜਦੋਂ ਇਕੱਠੇ ਹੋ ਕੇ ਜਨਵਾ ਨੂੰ ਕੈਮਾ ਜਾਵਾਂਗਾ ਐਵੇਂ ਸਗਵਾ ਨੂੰ ਸਮਗਾ ਜਿਵੇਂ ਸਿਰਨਾਵਾ ਨੂੰ ਸਿਰਨਾਮਾ ਜਵਾਈ ਨੂੰ ਜਮਾਈ ਤੀਵੀ ਨੂੰ ਤੀਮੀ ਇਹ ਹੈ ਜਿਹੜਾ ਇਹ ਰੂਪਾਂਤਰਣ ਮਲਵਈ ਦੇ ਨਾਲੋਂ ਵੀ ਜ਼ਿਆਦਾ ਪੁਆਦੀ ਦੇ ਵਿੱਚ ਹਰਿਆਣਵੀ ਜਿਹੜੀ ਇਹ ਬੰਗਰੂ ਹਰਿਆਣਵੀ ਉਪਭਾਸ਼ਾ ਦਾ ਅਸਰ ਹੈ ਇਸ ਭਾਸ਼ਾ ਦੇ ਉੱਪਰ ਤੇ ਹਰਸਵ ਮਾਤਰਾ ਜਿਹੜੀ ਉਹ ਦੀर्घ ਦੇ ਵਿੱਚ ਬਦਲ ਜਾਂਦੀ ਹੈ ਕਾਰਨ ਇਹਦੀ ਅੰਤ ਵਾਲੀ ਹਰਸਵ ਮਾਤਰਾ ਜਿਹੜੀ ਉਹਨੂੰ ਦੀਰਕ ਦੇ ਵਿੱਚ ਬੋਲਣ ਦੀ ਪਰਵਰਤੀ ਹੈ ਜਿਹੜੀ ਇਹ ਕਿਹੜੀ ਉਪਭਾਸ਼ਾ ਤੋਂ ਆਈ ਕਿਉਂਕਿ ਇਹ ਹਰਿਆਣਾ ਦੇ ਨਾਲ ਲੱਗਦਾ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਇਸ ਕਰਕੇ ਬਾਂਗਰੂ ਜਿਹੜੀ ਉਪਭਾਸ਼ਾ ਹਰਿਆਣੇ ਦੀ ਹਰਿਆਣਵੀ ਦੀ ਉਹਦੀ ਉਹਦਾ ਅਸਰ ਹੈ ਇਹਦੇ ਵਿੱਚ ਜਿਵੇਂ ਖੁਣੋ ਵੀ ਤੇਰੇ ਖੁਣੋ ਕੀ ਥੜਿਆ ਤੇਰੇ ਖੁਣੋ ਮਤਲਬ ਤੇਰੇ ਤੋਂ ਬਿਨਾ ਖੁਣੋ ਨੂੰ ਖੂਣੋ ਬੋਲਣਾ ਝੋਲ ਨੂੰ ਝੂਲ ਬੋਲਣਾ ਉਸਾਰ ਨੂੰ ਊਸਾਰ ਬੋਲਣਾ ਉਥੇ ਨੂੰ ਊਹਾ ਬੋਲਣਾ ਤੇ ਇੱਥੇ ਨੂੰ ਈਹਾ ਬੋਲਣਾ ਊਹਾ ਤੇ ਈਹਾ ਇਹ ਦੋਨੋਂ ਸ਼ਬਦ ਪੂਰਤੀ ਪਾਸ਼ਾ ਦੇ ਆ ਦੋ ਸੰਧੀ ਸ਼ਬਦ ਵਿਧਾਨ ਹੈ ਬਾਈ ਇਹਦੇ ਵਿੱਚ ਜਿਵੇਂ ਦੇਖੋ ਕਿਵੇਂ ਪੜਨਾਵ ਹੈ ਜਿਹੜਾ ਇਹਦਾ ਹਮਾਨੂ ਜਾਂ ਮਾਨੂ ਬੋਲਿਆ ਜਾਂਦਾ ਹੈ ਇਹਦੇ ਵਿੱਚ ਜਿਵੇਂ ਆਪਨੇ ਬੋਲਦੇ ਆ ਸਾਨੂੰ ਆਪਾਂ ਸਾਨੂੰ ਜਾਂ ਅਸਾਨੂੰ ਤੁਸੀਂ ਪੜਿਆ ਹੋਣਾ ਪਰਮਾਨੂ ਜਾਂ ਹਮਾਨੂ ਇਹ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਊਗਾ ਹਮ ਸ਼ਬਦ ਇਹਦੇ ਵਿੱਚ ਦੋ ਸ਼ਬਦਾਂ ਦੇ ਮਿਲਣ ਤੋਂ ਬਣਿਆ ਹਮ ਤੇ ਨੂੰ ਹਮ ਸ਼ਬਦ ਜਿਹੜਾ ਇਹ ਬਾਗਰੂ ਹਿੰਦੀ ਦਾ ਹੈ ਤੈਨੂੰ ਮਲਵਈ ਪੰਜਾਬੀ ਹੈ ਕਿਉਂਕਿ ਬਾਗਰੂ ਹਿੰਦੀ ਤੇ ਮਲਵਈ ਦਾ ਅਸਰ ਹੈ ਪੁਆਦੀ ਭਾਸ਼ਾ ਦੇ ਉੱਪਰ ਪੁਆਦੀ ਦੇ ਵਿੱਚ ਇਸ ਕਰਕੇ ਦੋ ਸ਼ਬਦਾਂ ਤੇ ਦੋ ਸੰਧੀ ਮਤਲਬ ਦੋ ਸ਼ਬਦਾਂ ਦੇ ਵਿਧਾਨ ਤੋਂ ਜਿਵੇਂ ਵਿਚਮਾ ਬੋਲਿਆ ਜਾਂਦਾ ਹੈ ਵਿਚ ਦਾ ਮਤਲਬ ਵਿਚ ਹੁੰਦਾ ਹੈ ਵਿਚਾਲੇ ਆਪਾਂ ਦਰਮਿਆਨ ਜਿਹਨੂੰ ਆਪਾਂ ਕਹਿ ਦਿੰਨੇ ਆ ਵਿਚ ਸ਼ਬਦ ਤਾਂ ਵਿਚ ਪੰਜਾਬੀ ਵਾਲਾ ਹੀ ਹੈ ਮਾਤਲਬ ਮੈਂ ਹਿੰਦੀ ਵਾਲਾ ਸ਼ਬਦ ਹੈ ਤੇ ਇਹ ਦੋਨਾਂ ਦੇ ਦੋਨਾਂ ਤੋਂ ਮਿਲਣ ਤੋਂ ਬਣਿਆ ਵਿਚ ਮਾ ਦੋ ਸੰਧੀ ਸ਼ਬਦ ਵਿਧਾਨ ਉਪਾਦੀ ਦੇ ਪਾਦੀ ਪਾਸ਼ਾ ਦੇ ਵਿੱਚ ਭੂਤਕਾਲੀ ਸਹਾਇਕ ਕਿਰਿਆ ਜਿਹੜੀ ਅਲੱਗ ਹੀ ਹੈ ਇਹਨਾਂ ਦੀ ਪਾਦੀ ਲੋਕਾਂ ਦੀ ਤੂੰ ਕਿੱਥੇ ਗਿਆ ਤੀ ਤੂੰ ਕੀ ਕਰਦੀ ਤੀ ਹੈਂ ਲੱਗਦਾ ਜਿਵੇਂ ਤੋਤਲਾ ਬੋਲਦੀ ਐ ਥੋੜਾ ਥੋੜਾ ਗਿਆ ਤੀ ਗਏ ਤੇ ਐਵੇਂ ਬੋਲਣਾ ਕਿਰਿਆ ਰੂਪ ਹੈ ਜਿਹੜਾ ਮੈਂ ਜਾਂਦਾ ਮਤਲਬ ਉਹ ਕਹਣਗੇ ਮੈਂ ਜਾਹਾ ਖਾਂਦਾ ਨੂੰ ਖਾਹਾ ਦਿੰਦਾ ਨੂੰ ਦੇਹਾ ਐਵੇਂ ਬੋਲ ਅਲੱਗ ਤਰੀਕਾ ਹੈ ਇਹਦੇ ਅੱਡ ਪੜਨਾਮ ਜਿਵੇਂ ਅਸੀਂ ਨੂੰ ਹਮ ਜਾਂ ਹਮੇ ਬੋਲਣਾ ਤੂੰ ਜਾਂ ਤੁਸੀਂ ਨੂੰ ਥਮ ਜਾਂ ਥਵੇਂ ਤੂੰ ਨੂੰ ਥਮ ਤੁਸੀਂ ਨੂੰ ਥਵੇਂ ਹੈ ਮਾਰੇ ਥਾਰੇ ਇਹ ਹੈ ਜਿਹੜੇ ਇਹਦੇ ਵਿੱਚ ਬੋਲੇ ਜਾਂਦੇ ਆ ਪੁਆਦੀ ਚ ਮਾਰੇ ਥਾਰੇ ਵੇਖ ਲਓ ਤੁਸੀਂ ਆਪਣੇ ਰਾਜਸਥਾਨੀ ਵਿੱਚ ਵੀ ਐਵੇਂ ਦੀ ਹੈ ਹੈਨਾ ਤੁਹਾਨੂੰ ਸਾਡੇ ਤੁਹਾਡੇ ਤੈਨੂੰ ਨਾ ਤੁਹਾਨੂੰ ਹੈ ਇਹਨੂੰ ਇਹੋ ਸਾਥੋਂ ਨੂੰ ਸਾਤੋਂ ਇਹਦੇ ਸਬੰਧਕ ਆੱਡ ਹੈ ਭਾਈ ਨਾਲ ਨੂੰ ਗੈਲ ਬੋਲਣਾ ਵਿੱਚ ਨੂੰ ਵਿਚਮਾ ਨੇੜੇ ਨੂੰ ਲਵੇ ਬੋਲਣਾ ਪਾਸੇ ਨੂੰ ਕੰਨੀਓ ਬੋਲਣਾ ਤਰਫ ਨੂੰ ਓੜੀ ਬੋਲਣਾ ਉਸ ਤਰਫ ਜਾ ਰਿਹਾ ਉਹ ਕਹਣਗੇ ਉਸ ਓੜੀ ਜਾ ਰਿਹਾ ਕਾਰ ਕੀ ਸਬੰਧਕ ਇਹਦੇ ਅਲੱਗ ਹੀ ਆ ਦੇਖ ਲਓ ਕਿਸ ਵਿੱਚ ਨੂੰ ਕਾਸਮਾ ਹੈ ਕਿਸ ਕਰਕੇ ਨੂੰ ਕਾਤੇ ਤੂੰ ਕਾਤੇ ਗਿਆ ਸੀ ਉੱਥੇ ਕਿਸ ਦਾ ਨੂੰ ਕਿੱਕਾ ਬੋਲਣਾ ਜਿਸ ਨੂੰ ਜਾਸ ਨੂੰ ਬੋਲਣਾ ਉੱਤੇ ਨੂੰ ਪਰ ਬੋਲਣਾ ਕਿਸ ਨੂੰ ਕਿਨੂ ਬੋਲਣਾ ਤੇ ਕਿਹਨਾਂ ਨੂੰ ਕਿਨੂ ਬੋਲਣਾ ਇਹ ਹੈ ਜਿਹੜੇ ਇਹ ਪੁਆਦੀ ਦੇ ਇਹ ਜਿਹੜੇ ਅਲੱਗ ਸ਼ਬਦਾਵਲੀ ਹੈ ਜਿਹੜੀ ਕਾਰਕੀ ਸੰਬੰਧਕ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ ਅੱਛਾ ਕਿਰਿਆ ਵਿਸ਼ੇਸ਼ਣ ਵੀ ਪੁਆਦੀ ਦੇ ਅੱਡਾ ਹੈ ਇਹ ਵੀ ਇੱਕ ਨਵੀਂ ਗੱਲ ਆ ਸੁਣੋ ਦੇਖੋ ਕੀ ਕਹਿੰਦੇ ਹੁਣ ਨੂੰ ਇੱਬ ਬੋਲਦੇ ਆ ਪੁਆਦੇ ਲੋਕ ਐਤਕਾ ਨੂੰ ਇੱਬ ਕੇ ਐਤਕਾ ਮਤਲਬ ਇਸ ਵਾਰੀ ਇਕਣ ਮਤਲਬ ਇਸ ਤਰ੍ਹਾਂ ਕਿ ਈਕਣ ਕਿਕਣ ਕਿਸ ਤਰ੍ਹਾਂ ਜੀਕਣ ਜਿਸ ਤਰ੍ਹਾਂ ਈਕਣ ਨੂੰ ਇਸ ਤਰ੍ਹਾਂ ਬੋਲਿਆ ਜਾਂਦਾ ਹੈ ਕੀਕਣ ਨੂੰ ਇਹਨਾਂ ਤੇ ਅਰਥ ਦੱਸੀ ਜਾਂਦਾ ਤੁਹਾਨੂੰ ਈਕਣ ਕੀਕਣ ਤੇ ਜੀਕਣ ਇੱਥੇ ਦੋਵੇਂ ਈਕਣ ਲਿਖਤੇ ਆ ਇੱਕ ਨੂੰ ਕਾਹ ਲਿਖਣਾ ਤੁਸੀਂ ਇਹਦੀ ਇਹਨੂੰ ਸਹੀ ਕਰ ਲਿਓ ਇਹਨੂੰ ਕਾਹ ਬਣਾ ਲਿਓ ਕਾਹ ਕਬੂਤਰ ਵਾਲਾ ਹਾਂ ਹੁਣ ਨੂੰ ਇੱਬ ਬੋਲਣਾ ਐਤਕਾ ਨੂੰ ਇੱਬ ਕੀ ਬੋਲਣਾ ਇਹ ਇਸ ਮਤਲਬ ਈਕਣ ਕੀਕਣ ਤੇ ਜੀਕਣ ਇਹ ਕਿਸ ਤ ਇਸ ਤਰ੍ਹਾਂ ਕਿਸ ਤਰ੍ਹਾਂ ਤੇ ਜਿਸ ਤਰ੍ਹਾਂ ਉਦੋਂ ਨੂੰ ਓਗਲ ਕਦੋਂ ਨੂੰ ਕੋਗਲ ਜਦੋਂ ਨੂੰ ਜੋਗਲ ਤੇ ਤਦੋਂ ਨੂੰ ਤੋਗਲ ਲੈ ਕੇ ਆ ਬਾਤ ਇਹ ਤਾਂ ਇੱਕ ਉਹ ਕਾਫੀਆ ਜਾਂ ਬਣ ਗਿਆ ਹਨਾ ਕਿੰਨਾ ਵਧੀਆ ਬਣਾ ਕੇ ਸ਼ਬਦਾਵਲੀ ਦੇਖ ਲੋ ਕੀ ਕੀ ਇਹਦੀ ਡੰਗਰ ਪਸੂ ਡੰਗਰਾਂ ਨੂੰ ਗੋਰੂ ਕਹਿੰਦੇ ਐ ਨਵਾਂ ਜਨਮਿਆ ਬੱਚਾ ਜਿਹੜਾ ਹੁੰਦਾ ਜਿਹਨੂੰ ਆਪਾਂ ਨਵਜਾਤ ਸ਼ਿਸ਼ੂ ਕਹਿੰਦੇ ਹਿੰਦੀ ਚ ਉਹਨੂੰ ਕਹਿੰਦੇ ਆ ਪੁਆਦੀ ਦੇ ਲੋਕ ਚਤੌਲੀਆ ਸਹਰੇ ਨੂੰ ਸਿੰਘ ਜੀ ਕਹਿੰਦੇ ਐ ਗੰਡ ਨੂੰ ਗੰਟਜਾ ਗੱਠ ਕਹਿੰਦੇ ਆ ਕੁੜੀ ਨੂੰ ਛੋਕੜੀ ਆਪਣੇ ਵੀ ਹੈ ਨਾ ਛੋકરી ਕਹਿ ਦਿੰਦੇ ਆਪਾਂ ਕਈ ਵਾਰੀ ਛੋકરી ਆਪਾਂ ਰੈ ਨਾ ਬੋਲਦੇ ਆ ਪਰ ਬਾਦ ਦੇ ਲੋਕ ਛੋਕੜੀ ਕਹਿੰਦੇ ਆ ਮੱਝ ਨੂੰ ਮੈਂਸ ਤੇ ਗਊ ਨੂੰ ਗਾਂ ਬੋਲਦੇ ਆ ਜਿਹੜੀ ਅਦਰੜ ਦੀ ਲੱਸੀ ਹੁੰਦੀ ਹੈ ਨਾ ਉਹਨੂੰ ਘਰੜ ਬੋਲਦੇ ਆ ਬਾਦ ਦੇ ਲੋਕ ਕੜਾਈ ਨੂੰ ਚਾਸਨੀ ਬੋਲਦੇ ਆ ਲੈ ਆ ਵੇਖ ਲਓ ਇੱਕ ਨਵੀਂ ਸ਼ਬਦਾਵਲੀ ਹੈ ਨਾ ਵੀ ਆਪਣੇ ਤਾਂ ਕੀ ਆ ਕੜਾਈ ਦੇ ਵਿੱਚ ਚਾਸਨੀ ਬਣਾਉਂਦੇ ਆ ਤੇ ਉਹ ਕੜਾਈ ਨੂੰ ਹੀ ਚਾਸਨੀ ਬੋਲਦੇ ਆ ਚਾਸਨੀ ਨੂੰ ਪਤਾ ਨਹੀਂ ਕੀ ਬੋਲਦੇ ਹੋਣਗੇ ਫਿਰੇ ਸਵੇਰ ਸ਼ਾਮ ਨੂੰ ਉੱਗਣ ਆਥਣ ਆਹ ਸ਼ਬਦ ਪਹਿਲਾਂ ਵੀ ਆ ਚੁੱਕਿਆ ਹੈ ਮਾਲਵੇ ਦੇ ਲੋਕ ਵੀ ਬੋਲਦੇ ਆ ਹਨਾ ਉੱਗਣ ਆਥਣ ਖਰਬੂਜੇ ਨੂੰ ਕਚਰਾ ਕਹਿਣਾ ਲੈ ਕਚਰੇ ਨੂੰ ਪਤਾ ਨਹੀਂ ਫਿਰ ਕੀ ਕਹਿੰਦੇ ਹੋਣਗੇ ਖਰਬੂਜੇ ਨੂੰ ਕਚਰਾ ਤੇ ਗਾਉ ਦਾ ਹੋਈ ਗਿਆ ਗੈਂ ਚੌਲ ਨੂੰ ਪੱਤ ਕਹਿਣਾ ਭਾਂਡਾ ਨੂੰ ਬਾਂਸਣ ਕਹਿਣਾ ਸੂਈ ਮੱਜ ਨੂੰ ਵਿਾਈ ਆ ਤਾਂ ਆਪਣੇ ਰਾਜਸਤਾਨੀ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਸਥਾਨ ਨੂੰ ਥੜ ਕਿਹਾ ਜਾਂਦਾ ਹੈ ਡਾਕਟਰ ਬਰਵੀਰ ਸਿੰਘ ਸੰਧੂ ਨੇ ਪੁਆਦੀ ਤੇ ਬਹੁਤ ਵੱਡੀ ਖੋਜ ਸਰਚ ਕੀਤੀ ਹੈ ਆਪਣਾ ਇੱਕ ਸ਼ੋਧ ਪ੍ਰਬੰਧ ਲਿਖਿਆ ਜਿਹਦਾ ਨਾਮ ਲਿਖਿਆ ਹੋਇਆ ਦੇਖ ਲਓ ਅੰਗਰੇਜ਼ੀ ਚ ਹੈ ਭਾਈ ਅੰਗਰੇਜ਼ੀ ਨੂੰ ਨਹੀਂ ਆਉਂਦੀ ਨਹੀਂ ਪਰ ਬੋਲ ਦਿੰਨਾ ਐ ਡਿਸਕ੍ਰਿਪਟਿਵ ਗ੍ਰਾਮਰ ਆਫ ਪੁਆਦੀ ਪੁਆਦੀ ਦੀ ਗ੍ਰਾਮਰ ਬਾਰੇ ਡਾਕਟਰ ਬਲਬੀਰ ਸਿੰਘ ਸੰਧੂ ਨੇ ਪੂਰੀ ਖੋਜ ਵਿਚਾਰ ਚਰਚਾ ਕੀਤੀ ਹੈ ਇਸ ਬੰਦੇ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਪ੍ਰਸ਼ਨ ਪਹਿਲਾਂ ਵੀ ਆਉਂਦਾ ਰਿਹਾ ਹੁਣ ਵੀ ਆ ਸਕਦਾ ਹੈ 嬲 ਵੀ ਠੀਕ ਹੈ ਗੱਲ ਕਲੀਅਰ ਹੋ ਗਈ ਅਗਲੀ ਜਿਹੜੀ ਉਪ ਪਾਸ਼ਾ ਉਹ ਹੈਗੀ ਆਪਣੀ ਕੁੜੀ ਪੁੱਠੋਹਾਰ ਦੀ ਪੁੱਠੋਹਾਰੀ ਪਾਸਾ ਦੇ ਬਾਰੇ ਗੱਲ ਕਰਦੇ ਆਪਾਂ ਪ੍ਰੋਫੈਸਰ ਮੋਨ ਸਿੰਘ ਨੇ ਪ੍ਰਸਿੱਧ ਕਵਿਤਾ ਲਿਖੀ ਹੈ ਇਹਦੇ ਤੇ ਕੁੜੀ ਪੁੱਠੋਹਾਰ ਦੀ ਪੋਠੋਹਾਰੀ ਪਾਸ਼ਾ ਜਿਹੜੀ ਇਹ ਦੇਖ ਲਓ ਸਭ ਤੋਂ ਪਹਿਲਾਂ ਵੀ ਕਿਹੜੇ ਕਿਹੜੇ ਇਲਾਕਿਆਂ ਚ ਬੋਲੀ ਜਾਂਦੀ ਹੈ। 라ਵਲਪਿੰਡੀ ਇਹ ਸਾਰੀ ਪਾਕਿਸਤਾਨ ਦੇ ਵਿੱਚ ਯਾ ਦੇਖ ਲਓ। 라ਵਲਪਿੰਡੀ, ਜੇਹਲਮ, ਜ਼ਿਲ੍ਹਾ ਗੁਜਰਾਤ ਦਾ ਪੱਛਮੀ ਅੱਧ, ਜ਼ਿਲ੍ਹਾ ਅਟਕ ਦੀ ਤਹਿਸੀਲ ਅਟਕ ਦੇ ਵਿੱਚ, ਜ਼ਿਲ੍ਹਾ ਹਜ਼ਾਰਾ ਦੀ ਤਹਿਸੀਲ ਹਰੀਪੁਰ। ਇਸ ਇਹ ਬੋਲੀ ਦੇ ਹੋਰ ਵੀ ਨਾਮ ਹੈ ਜਿਵੇਂ ਧਨੀ, ਅਵਾਂਡਕਾਰੀ ਤੇ ਕੇਬੀ। ਇਹ ਅਲੱਗ ਨਾਮ ਵੀ ਹੋਏਗੇ ਆ ਪੋਠੋਹਾਰੀ ਦੇ ਪਰ ਇਹਨਾਂ ਨੂੰ ਵੀ ਥੋੜਾ ਥੋੜਾ ਫਰਕ ਹੈ ਇਹਨਾਂ ਦੇ ਵਿੱਚ ਵੀ। ਤੋਂ ਨਹੀਂ ਵਿਆਤ ਦੀ ਦ੍ਰਸ਼ਟੀ ਤੋਂ ਪੋਠੋਹਾਰੀ ਪਾਸ਼ਾ ਅਗਰ ਪ੍ਰਸ਼ਨ ਆ ਜੇ ਵੀ ਕਿਹੜੀ ਉਪਭਾਸ਼ਾ ਨਾਲ ਮੇਲ ਖਾਂਦੀ ਆ ਤਾਂ ਮਲਤਾਨੀ ਦੇ ਨਾਲ ਮੇਲ ਖਾਂਦੀ ਆ ਅੱਧਕ ਦੀ ਪਰਵਰਤੀ ਬਹੁਤ ਆ ਬਾਈ ਪੋਠੋਹਾਰੀ ਪਾਸ਼ਾ ਦੇ ਵਿੱਚ ਅੱਧਕ ਲਾਉਣ ਦੀ ਦੇਖ ਲਓ ਕਿਵੇਂ ਲਾਉਣ ਦੀ ਪਰਵਰਤੀ ਆ ਜਿਵੇਂ ਆਪਾਂ ਕਹਿੰਦੇ ਨੇ ਰਤਕ ਰਤਕ ਨੂੰ ਇਹਨਾਂ ਨੇ ਬੋਲਣਾ ਰਤਕ ਪਤਾ ਨੂੰ ਪੱਤਾ ਆਪਾਂ ਤਾਂ ਪੱਤਾ ਬੋਲਦੇ ਆ ਜਿਹੜੀ ਮਤਲਬ ਦਰਖਤ ਦਾ ਕੋਈ ਪੱਤਾ ਹੁੰਦਾ ਇਹ ਪਤਾ ਐਡਰੈਸ ਜਿਹੜਾ ਹੁੰਦਾ ਉਹਨੂੰ ਹੀ ਬੋਲ ਦਿੰਦੇ ਆ ਪੱਤਾ ਗਲਾ ਗਲਾ ਨੂੰ ਗੱਲਾ ਤੇਰਾ ਗੱਲਾ ਖਰਾਬ ਹੈ। ਕਨੌੜੇ ਦੀ ਥਾਂ ਤੇ ਲਾਵਾਂ ਦੀ ਵਰਤੋਂ ਜਿਵੇਂ ਚੌੜਾ ਚੈ ਨੂੰ ਕਨੌੜੇ ਦੀ ਮਾਤਰਾ ਇਹਨੂੰ ਲਾਵਾਂ ਲਾਵਾਂ ਜਾਂ ਦੁਲਾਵਾਂ ਦੀ ਜਿਵੇਂ ਕਨੌੜੇ ਦੀ ਥਾਂ ਤੇ ਲਾਵਾਂ ਨਹੀਂ ਦੁਲਾਵਾਂ ਇਹ ਥੋੜਾ ਸਹੀ ਕਰ ਲਿਓ ਤੁਸੀਂ ਦੁਲਾਵਾਂ ਦੀ ਵਰਤੋਂ ਕਿਵੇਂ ਕਰਦੇ ਆ ਦੇਖੋ ਚੌੜਾ ਨੂੰ ਚੈੜਾ ਬੋਲਣਾ ਸੋਣਾ ਨੂੰ ਸੈਣਾ ਬੋਲਣਾ ਠੀਕ ਹੈ ਭਾਈ ਆਰੰਭਕ ਸਵਾਰਾ ਜਿਹੜਾ ਉਹ ਹੈ ਦੇ ਵਿੱਚ ਬਦਲ ਜਾਂਦਾ ਹੈ ਦਾ ਆਹ ਦੇਖ ਲਓ ਲਓ ਹਾਂ ਉਸ ਨੂੰ ਹਸ ਬੋਲਣਾ ਇੱਕ ਨੂੰ ਹਕ ਬੋਲਣਾ ਹੈ ਇੱਕ ਨੂੰ ਹਿੱਕ ਆਪਣੇ ਹਿੱਕ ਛਾਤੀ ਨੂੰ ਕਹਿ ਦਿੰਨੇ ਆਪਾਂ ਉਸ ਨੂੰ ਨੂੰ ਬੋਲਣਾ ਹੁਸਾ ਤੇ ਉਹਨਾਂ ਨੂੰ ਬੋਲਣਾ ਹੁਨਾ ਠੀਕ ਹੈ ਇਹ ਸ਼ਬਦਾਵਲੀ ਯਾਦ ਰੱਖਣੀ ਆ ਤੁਸੀਂ ਨਾਸਿਕਤਾ ਦਾ ਲੋਪ ਹੈ ਇਹਦੇ ਵਿੱਚ ਪੋਠੋਹਾਰੀ ਭਾਸ਼ਾ ਦੇ ਵਿੱਚ ਦੇਖੋ ਕਿਵੇਂ ਕੰਗੀ ਨੂੰ ਕੱਗੀ ਬੋਲਣਾ ਕੰਧ ਨੂੰ ਕੱਦ ਲੰਗ ਨੂੰ ਲੱਗ ਤੇ ਸੰਡ ਨੂੰ ਜਿਵੇਂ ਸੱਡ ਗੰਡ ਨੂੰ ਗੱਡ ਠੀਕ ਹੈ ਭਾਈ ਊੜਾ ਤੋਂ ਨੀ ਹੈ ਜਿਹੜੀ ਇਹ ਵੈ ਦੇ ਵਿੱਚ ਰੂਪਾਂਤਰਿਤ ਹੁੰਦੀ ਹੈ ਸਾਉਣ ਨੂੰ ਸਾਵਣ ਬੋਲਣਾ ਊੜੇ ਨੂੰ ਵੈ ਬੋਲਣਾ ਖਾਉਣ ਨੂੰ ਖਾਵਣ ਬੋਲਣਾ ਊੜੇ ਨੂੰ ਵੈ ਬੋਲਣਾ ਠੀਕ ਹੈ ਭਾਈ ਜਿਹੜੀ ਹੈਗੀ ਆ ਕਗਾ ਝੱਜਾ ਟੱਡਾ ਧੱਪਾ ਇਹ ਨਾਦੀ ਮਹਾਪ੍ਰਾਣ ਧੁਨੀਆਂ ਜਿਹੜੀਆਂ ਇਹਨਾਂ ਦਾ ਉਚਾਰਨ ਹਿੰਦੀ ਦੇ ਵਾਂਗ ਕੀਤਾ ਜਾਂਦਾ ਜਿਵੇਂ ਘਰ ਨੂੰ ਘਰ ਬੋਲਿਆ ਜਾਊਗਾ ਇਹਦੇ ਵਿੱਚ ਜੇ ਪੰਜਾਬੀ ਦਾ ਸ਼ਬਦ ਹੈ ਘੁੰਮਣਘੇਰੀ ਉਹਨੂੰ ਜੇ ਇਹ ਬੋਲਣਗੇ ਤਾਂ ਕਹਿਣਗੇ ਘੁੰਮਣਘੇਰੀ ਕਿਉਂਕਿ ਕੈ ਨੂੰ ਗ ਹੈ ਬੋਲਣਗੇ ਆਪਾਂ ਜਿਵੇਂ ਪੰਜਾਬੀ ਦੇ ਵਿੱਚ ਬੋਲਦੇ ਆ ਇਹਨੂੰ ਕ ਹੈ ਚ ਹੈ ਟ ਹੈ ਤ ਹੈ ਪ ਹੈ ਠੀਕ ਆ ਬੋਲਣ ਦੇ ਵਿੱਚ ਠੀਕ ਹੈ ਜਿਵੇਂ ਆਪਾਂ ਬੋਲਾਂਗੇ ਢੋਲ ਆ ਇਹਨੂੰ ਜੇ ਹਿੰਦੀ ਚ ਬੋਲੋਗੇ ਤੁਸੀਂ ਤਾਂ ਢੋਲ ਬੋਲਾਂਗੇ ਹਨਾ ਇਹ ਇਹਦੇ ਇਹ ਨਾਦੀ ਮਹਾਂਪ੍ਰਾਣ ਦੁਨੀਆ ਦਾ ਉਚਾਰਨ ਹੈ ਜਿਹੜਾ ਪਠੋਵਾਰੀ ਦੇ ਵਿੱਚ ਹਿੰਦੀ ਵਾਂਗੂ ਹੁੰਦਾ ਮਤਲਬ ਇਹਨੂੰ ਗ ਹੈ ਬੋਲਣਾ ਜ ਹੈ ਡ ਹੈ ਧ ਹੈ ਬ ਹੈ ਹਿੰਦੀ ਵਾਲੇ ਬੋਲੇ ਜਾਂਦੇ ਆ ਠੀਕ ਆ ਭਾਈ ਪ੍ਰਾਚੀਨ ਵੈਦਿਕ ਭਾਸ਼ਾ ਦੇ ਸ਼ਬਦ ਪੋਠੋਹਾਰੀ ਦੇ ਵਿੱਚ ਅੱਜ ਵੀ ਹੈਗੇ ਆ ਅਛ ਗਛ ਜੰਗ ਗिरा ਖੇਨੂ ਖੇਨੂ ਖਿੱਦੋ ਨੂੰ ਕਹਿੰਦੇ ਆ ਭਾਈ ਖਿੱਦੋ ਗੇਂਦ ਨੂੰ ਦੈ ਦੀ ਥਾਂ ਨੈ ਦੀ ਵਰਤੋਂ ਜਿਵੇਂ ਲਿਖਦੀ ਨੂੰ ਲਖਣੀ ਕੀ ਕਰ ਕੀ ਕਰਨੀ ਆ ਮਤਲਬ ਤੂੰ ਕੀ ਕੀ ਕਰਦੀਆਂ ਨੂੰ ਕੀ ਕਰਨੀ ਆ ਦੈ ਨੂੰ ਨਾ ਬੋਲਣਾ ਮੈਂ ਲਿਖਦੀਆਂ ਨੂੰ ਮੈਂ ਲਖਣੀ ਆ ਦੈ ਨੂੰ ਨਾ ਬੋਲਣਾ ਠੀਕ ਹੈ ਆਖਨੇ ਕੀ ਆਖਦੇ ਮਤਲਬ ਕੀ ਆਖਨੇ ਜਾਂਦਾ ਨੂੰ ਜਾਨਣਾ ਸੰਬੰਧਕ ਦਾ ਦੇ ਦੀਦੀ ਥਾਤੇ ਨਾ ਨੇ ਨੀਂਦੀ ਵਰਤੋਂ ਹੁੰਦੀ ਆ ਭਾਈ ਠੀਕ ਹੈ ਆ ਪਤਾ ਲੱਗ ਹੀ ਗਿਆ ਉਸ ਦੀ ਉਸ ਨਹੀਂ ਐਵੇਂ ਬੋਲਿਆ ਜਾਂਦਾ ਹੈ ਸਹਿਯੋਗਾਤਮਕ ਬਹੁਤ ਹੈ ਇਹ ਭਾਸ਼ਾ ਮੈਂ ਸੁੱਤਾ ਆਪਾਂ ਕਿ ਜੇ ਕਿਸੇ ਪੁੱਛੀ ਉਹ ਕੀ ਕਰਦਾ ਉਹ ਕਹੇ ਮੈਂ ਸੁੱਤਾ ਇੰਨਾ ਹੀ ਕਹਿਣਗੇ ਸੁੱਤਮ ਅਸੀਂ ਸੁੱਤੇ ਮਤਲਬ ਸੁੱਤ ਸੋ ਹੈ ਉਹ ਮਾਰਦਾ ਹੈ ਮਤਲਬ ਮਾਰੇ ਉਸ ਇਹ ਸ਼ਬਦ ਬੋਲਣ ਸੰਯੋਗਾਤਮਕ ਦੇ ਦੇਖੋ ਕਿੰਨੀ ਹੈ ਮਤਲਬ ਇਕੱਠੇ ਇਕੱਠੇ ਇੰਨੇ ਤਿੰਨ ਸ਼ਬਦ ਇੱਕ ਹੀ ਸ਼ਬਦ ਚ ਬੋਲਤੇ ਸੰਯੋਗ ਕਰਕੇ ਜੋੜ ਕੇ ਉਹ ਮਾਰਦੇ ਹਨ ਆਪਾਂ ਕਹਿੰਦੇ ਆ ਪਰ ਜਿਹੜੇ ਪੋਠੋਹਾਰ ਦੇ ਲੋਕ ਆ ਉਹ ਕਹਿੰਦੇ ਮਾਰੇ ਉਹਨੇ ਬਸ ਮਾਰੇ ਉਹਨੇ ਉਹਨੇ ਮਾਰਿਆ ਉਹਨਾਂ ਨੇ ਸ਼ਬਦਾਵਲੀ ਬੱਚਾ ਨੂੰ ਜਾਤਕ ਬੋਲਦੇ ਆ ਬਈ ਇਹ ਲੈ ਨੂੰ ਕਿਨ ਲੈ ਚੁੱਕ ਨੂੰ ਚਾ ਚਮਚਾ ਨੂੰ ਕਾਸ਼ਕ ਬੋਲਦੇ ਆ ਕੁੰਡਾ ਨੂੰ ਲੰਗਰ ਬੋਲਦੇ ਆ ਕੁੰਡਾ ਜਿਹੜਾ ਹੁੰਦਾ ਨਾ ਕੁੰਡਾ ਬੋਲਦਾ ਮੈਂ ਕੁੰਡਾ ਵੈਸੇ ਹੁੰਦਾ ਕੁੰਡਾ ਹੁੰਦਾ ਕੁੰਡਾ ਆਪਾਂ ਕਹਿੰਦੇ ਜਹਾਜ਼ ਦਾ ਲੰਗਰ ਜਿਹੜਾ ਜਹਾਜ਼ ਪਾਣੀ 'ਚ ਉਹਦੇ ਕੁੰਡੇ ਹੁੰਦੇ ਆ ਲੱਗੇ ਉਹਨਾਂ ਨੂੰ ਜਹਾਜ਼ ਦੇ ਲੰਗਰ ਕਿਹਾ ਜਾਂਦਾ ਹੈ ਨਾ ਇੱਕ ਵਾਰੀ ਨਾ ਮੈਨੂੰ ਨਹੀਂ ਸੀ ਧਿਆਨ ਵੀ ਇਹ ਲੰਗਰ ਸ਼ਬਦ ਹੈ ਜਿਹੜਾ ਵੀ ਇਹ ਸਿਰਫ ਪ੍ਰਸ਼ਾਦਾ ਛਕਣ ਤੱਕ ਸੀਮਿਤ ਨਹੀਂਗਾ ਲੰਗਰ ਹੁੰਦਾ ਮਤਲਬ ਕਿਸੇ ਪੰਡਾਰੇ ਦੇ ਵਿੱਚ ਜਾਂ ਕਿਸੇ ਗੁਰੂ ਘਰ ਦੇ ਵਿੱਚ ਜਦੋਂ ਕੋਈ ਪ੍ਰਸ਼ਾਦਾ ਆਪਾਂ ਬਹਿ ਕੇ ਛਕਦੇ ਆਪਾਂ ਉਹਨੂੰ ਕਹਿੰਦੇ ਨੇ ਲੰਗਰ ਤਾ ਉਹ ਕੀ ਆ ਵੀ ਉਹ ਪਾਕਿਸਤਾਨ ਦਾ ਅਸਟ੍ਰੇਲੀਆ ਦਾ ਮੈਚ ਸੀਗਾ ਤੇ ਉਹ ਪਾਕਿਸਤਾਨ ਦਾ ਉਦੋਂ ਪਲੇਅਰ ਆ ਸੀ ਤਾਂ ক্রিকেট ਵੇਖ ਵੇਖ ਕੇ ਵੱਡੇ ਹੋਏ ਪਲੇ ਤਾਂ ਉਹ ਪਾਕਿਸਤਾਨ ਦਾ ਜਿਹੜਾ ਕਰਿਕਟਰ ਸੀ ਉਹ ਫਾਸਟ ਬੋਲਰ ਸ਼ਾਹਬਖਤਰ ਉਹਨੇ ਕੀ ਆ ਵੀ ਉਹ ਕਿਤੇ ਪਰਥ ਦੇ ਵਿੱਚ ਆਸਟ੍ਰੇਲੀਆ ਚ ਮੈਚ ਸੀ ਤੇ ਉਹਨੇ ਕਿਤੇ ਦੋ ਚਾਰ ਵਿਕਟਾਂ ਕੱਢਤੀਆਂ ਪਹਿਲਾਂ ਪਰਥ ਦਾ ਤੂਫਾਨ ਉਹਨੂੰ ਮਤਲਬ ਆ ਗਿਆ ਵੀ ਪਰਥ ਦਾ ਤੂਫਾਨ ਆ ਗਿਆ ਤੇ ਜਸਟਿਨ ਲੈਂਗਰ ਉਦੋਂ ਓਪਨਿੰਗ ਕਰਦਾ ਹੁੰਦਾ ਸੀ ਆਸਟ੍ਰੇਲੀਆ ਦਾ ਉਹ ਉਹ ਉੱਤੇ ਨਾ ਅਖਬਾਰ ਚ ਅਗਲੇ ਦਿਨ ਅਖਬਾਰਾਂ ਕੂਨਾ ਦਾ ਬੜਾ ਮਤਲਬ ਉਹ ਤੋਂ ਹੁੰਦਾ ਸੀਗਾ ਐਵੇਂ ਮੈਂ ਹਾਲਾਂਕਿ ਬੜਾ ਪੁਰਾਣਾ ਮਾਡਲ ਨਹੀਂ ਹਾਂ ਹਾਂ ਪਰ ਮਤਲਬ ਕੀ ਹੈ ਜਿਹੜੇ 19 ਵਾਲੇ ਆ ਨਾ ਜਿਹੜੇ ਇਹਨਾਂ ਦੀ ਇੱਕ ਵੱਖਰੀ ਅਸੀਂ ਇੱਕ ਵੱਖਰੀ ਮਤਲਬ ਜਨਰੇਸ਼ਨ ਹੈ ਇੱਕ ਅਸੀਂ ਉਹ ਆ ਜਿਨ੍ਹਾਂ ਨੇ ਜਨਰੇਸ਼ਨ ਇੱਕ ਮਤਲਬ ਇੱਕ ਸਾਇੰਸ ਟੈਕਨੋਲੋਜੀ ਹੈ ਜਿਹੜੀ ਉਹਨਾਂ ਉਹ ਦਿਨ ਦੇਖਿਆ ਹੈ ਨਾ ਆਪਾਂ ਹੀਆ ਮਤਲਬ ਅਸੀਂ ਤਾਂ ਕੀ ਆਪਾਂ ਹੀਆ ਉਹਦੇ ਵਿੱਚ ਆਉਨੇ ਆ ਤਾਂ ਉੱਥੇ ਆਇਆ ਇਕਬਾਰ ਚ ਆਇਆ ਪਰਤ ਕੇ ਤੂਫਾਨ ਮੇ ਲੈਂਗਰ ਨੇ ਡਾਲਾ ਲੰਗਰ ਤਾਂ ਉਹ ਮੈਨੂੰ ਫਿਰ ਹਾਲੀ ਅੱਜ ਵੀ ਯਾਦ ਆ ਮੈਨੂੰ ਹੁਣ ਪਤਾ ਲੱਗਦਾ ਵੀ ਉਹਦਾ ਅਰਥ ਇਹ ਸੀਗਾ ਵੀ ਜਸਟਿਨ ਲੈਂਗਰ ਨੇ ਜਦੋਂ ਉੱਥੇ ਮਤਲਬ ਜਸਟਿਨ ਲੈਂਗਰ ਮਤਲਬ ਬੈਟਿੰਗ ਕਰੀ ਗਿਆ ਸਕੋਰ ਬਣਾਈ ਗਿਆ ਵਾਵਾ ਸਕੋਰ ਬਣਾਤਾ ਉਹਨੇ ਤਾਂ ਪਰਤ ਦੇ ਤੂਫਾਨ ਦੇ ਵਿੱਚ ਉਹਨੇ ਲੈਂਗਰ ਨੇ ਲੰਗਰ ਮਤਲਬ ਕੁੰਡਾ ਕੁੰਡਾ ਲਾਤਾ ਕੁੰਡਾ ਲਾ ਕੇ ਰੋਕ ਲਿਆ ਉਹਨੂੰ ਕੁੰਡਾ ਸਿੱਟ ਕੇ ਹਨਾ ਕੁੰਡੀ ਹੁੰਦੀ ਹੈ ਛੋਟੀ ਜਿਵੇਂ ਆਪਾਂ ਛੋਟਾ ਮੜਿਆਵਾ ਹੈ ਨਾ ਕੁੰਡੀ ਹੁੰਦੀ ਹੈ ਜਦੋਂ ਮੱਛਲੀ ਵਗੈਰਾ ਫੜਦੇ ਮੱਛੀ ਵਗੈਰਾ ਕੋਈ ਫੜਦਾ ਜਦੋਂ ਤੁਸੀਂ ਦੇਖਿਆ ਹੋਣਾ ਹੈ ਨਾ ਤਾਂ ਜਿਹੜਾ ਮਤਲਬ ਕਿ ਕੁੰਡਾ ਵੱਡਾ ਹੁੰਦਾ ਉਹ ਕੁੰਡੇ ਸਿੱਟ ਕੇ ਜਹਾਜ਼ ਨੂੰ ਰੋਕਣ ਵਾਸਤੇ ਜਿਹੜੇ ਹੁੰਦੇ ਆ ਉਹਨਾਂ ਨੂੰ ਕਹਿਆ ਜਾਂਦਾ ਲੰਗਰ ਉਹਨਾਂ ਨੂੰ ਅੱਠਣਾ ਜਾਣਾ ਨੂੰ ਗੱਛਣਾ ਲੈ ਅੱਠਣਾ ਤੇ ਗੱਛਣਾ ਹੁਣ ਆ ਗਈ ਜੀ ਮਲਤਾਨੀ ਉਪਪਾਸ਼ਾ ਮਲਤਾਨੀ ਹੈ ਜਿਹੜੀ ਉਹ ਮਲਤਾਨ ਬਾਬੇ ਸ਼ੇਖ ਫਰੀਦ ਦੀ ਉਪਪਾਸ਼ਾ ਹੈ ਮਲਤਾਨੀ ਹੈ ਜਿਹੜੀ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਹਿਤ ਰਚਿਆ ਜਾਂਦਾ ਉਹ ਮਲਤਾਨੀ ਦੇ ਵਿੱਚ ਹੀ ਰਚਿਆ ਜਾਂਦਾ ਆਪਣੇ ਨਾਥਾ ਜੋਗੀਆਂ ਨੂੰ ਜੇ ਛੱਡਦੀਏ ਤਾਂ ਆਪਾਂ ਪੰਜਾਬੀ ਸਾਹਿਤ ਦਾ ਪਿਤਾਮਾ ਬਾਬਾ ਸ਼ੇਖ ਫਰੀਦ ਨੂੰ ਕਹਿੰਦੇ ਆ ਬਾਬੇ ਸ਼ੇਖ ਫਰੀਦ ਦੀ ਉਹ ਪਾਸ਼ਾ ਹੈ ਸੀਗੀ ਮਲਤਾਨ ਮੁਜ਼ੱਫਰਗੜ ਡੇਰਾ ਗਾਜੀ ਖਾਨ ਬਹਾਵਲਪੁਰ ਸਾਈਵਾਲ ਤੁਸੀਂ ਪੜੇ ਹੋਇਆ ਇਹ ਜੀ ਕਿਹਦੇ ਵਿੱਚ ਜਦੋਂ ਭੂਗੋਲ ਚ ਪੜਦੇ ਆ ਜਦੋਂ ਆਪਣੀਆਂ ਸਰਹੱਦਾਂ ਪੜਦੇ ਉਹਦੇ ਵਿੱਚ ਆ ਭਾਵਲਪੁਰ ਭਾਵਲ ਨਗਰ ਨਾਮ ਪੜੇ ਹੋਏ ਆ ਭਾਸ਼ਾਈ ਵਿਸ਼ੇਸ਼ਤਾਵਾਂ ਨਾਦੀ ਮਹਾਪ੍ਰਾਣਾ ਜਿਹੜੀਆਂ ਕੱਗਾ ਚ ਜਟ ਡਾ ਤਦਦ ਪੱਬਾ ਠੀਕ ਰੂਪ ਦੇ ਵਿੱਚ ਉਚਾਰੀਆਂ ਜਾਂਦੀਆਂ ਸੁਰਾਤਮਕ ਬੋਲੀ ਨਹੀਂ ਹੈ ਸੁਰ ਦਾ ਕੋਈ ਉਚਾਰਨ ਨਹੀਂ ਹੈ ਇਹਦੇ ਵਿੱਚ ਹੈ ਤੇ ਨਾ ਸਤਿਤੀਆਂ ਦੇ ਵਿੱਚ ਹੀ ਠੀਕ ਉਚਾਰਿਆ ਜਾਂਦਾ ਹੈ ਹੈ ਨੂੰ ਐ ਨਹੀਂ ਹੈ ਨੂੰ ਕੋਈ ਵੀ ਸਵਰ ਦੇ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ ਇਸ ਕਰਕੇ ਇਹ ਸੁਰਾਤਮਕ ਭਾਸ਼ਾ ਨਹੀਂ ਹੈ ਠੀਕ ਹੈ ਭਾਈ ਉਲਟ ਜੀ ਵੀ ਲੱਲੇ ਪੈਰ ਬਿੰਦੀ ਅੜਾ ਜਿਹੜਾ ਉਹ ਨਹੀਂ ਹੈਗਾ ਕੱਲੇ ਲੈਨ ਵਾਲੀ ਸਾਰੇ ਆ ਜਾਂਦਾ ਸੰਯੁਕਤ ਵਿਅੰਜਨ ਆ ਜਿਹੜੇ ਮਾਜੀ ਤੇ ਮਲਵਈ ਨਾਲੋਂ ਜ਼ਿਆਦਾ ਵਰਤੇ ਜਾਂਦੇ ਆ ਦੇਖੋ ਕਿਵੇਂ ਨੀਂਦਰ ਪੁੱਤਰ ਸੂਤਰ ਦਾਤਰੀ ਜਿੰਦਰਾ ਵੈਸੇ ਕਾਮਨ ਕੀ ਆ ਨੀਂਦ ਪੁੱਤ ਸੂਤ ਦਾਤੀ ਜਿੰਦਾ ਐਵੇਂ ਬੋਲਣ ਦੇ ਵਿੱਚ ਪਰ ਇਹਦੇ ਵਿੱਚ ਸੰਯੁਕਤ ਵਿਅੰਜਨ ਵਰਤੇ ਜਾਂਦੇ ਆ ਸੰਯੁਕਤ ਵਿਅੰਜਨ ਹੀ ਹੋਗੇ ਦੈ ਦੇ ਪੈਰ ਚ ਰੈ ਤ ਇਹ ਸੰਯੁਕਤੀ ਆ ਸੰਯੁਕਤ ਅੱਖਰ ਪੜਦੇ ਆ ਜਦੋਂ ਆਪਾਂ ਔਦੀ ਅਣ ਹੁੰਦਾ ਇਹਦੇ ਵਿੱਚ ਐੜੇ ਕਨੌੜਾ ਸਵਾਰਾ ਜਿਹੜਾ ਉਹਦੀ ਅਣ ਹੁੰਦਾ ਉਹ ਹੈ ਨਿੰਗਾ ਜਿਵੇਂ ਦੇਖੋ ਹੈ ਆਹਾ ਕੌਣ ਕੌਣ ਸ਼ਬਦ ਜਿਹੜਾ ਉਹ ਕੈ ਪਲੱਸ ਐੜੇ ਨੂੰ ਕਨੌੜਾ ਪਲੱਸ ਅਣ ਇਹਨਾਂ ਦੇ ਮੇਲ ਤੋਂ ਬਣਿਆ ਹੁਣ ਆ ਜਿਹੜਾ ਐੜੇ ਨੂੰ ਕਨੌੜਾ ਇਹਦੀ ਅਣ ਹੁੰਦਾ ਕੌਣ ਨੂੰ ਕਾਉਣ ਮੌਤ ਨੂੰ ਮਾਉਤ ਬਾਬਾ ਸ਼ੇਖਪਰੀਦ ਕਹਿੰਦਾ ਨਾ ਮਲਕਲ ਮੌਤ ਜਾਂ ਆਵਸੀ ਬਾਬਾ ਸ਼ੇਖਪਰੀਦਾ ਸ਼ਬਦ ਵਰਤਦਾ ਹੈ ਫੌਜ ਫੌਜ ਨੂੰ ਆਹ ਸ਼ਬਦ ਨੂੰ ਫੌਜ ਬੋਲਣਾ ਮਤਲਬ ਆ ਦੀ ਅਣ ਹੁੰਦਾ ਪੋਠਵਾਰੀ ਦੇ ਵਾਂਗ ਨਾਸਿਕਤਾ ਘਟ ਹੈ ਇਹਦੇ ਵਿੱਚ ਵੀ ਕੱਗਾ ਖੱਗ ਚੁੱਗ ਚੰਗ ਨੂੰ ਚੁੱਗ ਖੰਗ ਨੂੰ ਖੱਗ ਕੱਗਾ ਨੂੰ ਖੰਗਾ ਬੋਲਣਾ ਉਵੇਂ ਜਿਵੇਂ ਆਪਾਂ ਪੋਠਵਾਰੀ ਦੀ ਗੱਲ ਕੀਤੀ ਸੀ ਹੈਨਾ ਸ਼ਬਦਾ ਦੇ ਅੰਤ ਵਿੱਚ ਈੜੀ ਸਿਹਾਰੀ ਤੇ ਊੜੇ ਔਂਕੜ ਆਹ ਹਰ ਸਵਰ ਮੌਜੂਦ ਹੈ ਆਪਣੀਆਂ ਆਧੁਨਿਕ ਪਸਾਵਾਂ ਦੇ ਵਿੱਚ ਈਡੀ ਨੂੰ ਸਿਆਰੀ ਅੰਤ ਦੇ ਵਿੱਚ ਕਿਸੇ ਲਾਸਟ ਵਾਲੇ ਕਿਸੇ ਵੀ ਅੱਖਰ ਨੂੰ ਸਿਆਰੀ ਨਹੀਂ ਹੁੰਦੀ। ਤੁਸੀਂ ਦੇਖ ਲਿਓ। ਹੈਨਾ? ਲਾਸਟ ਵਾਲੇ ਕਿਸੇ ਵੀ ਅੱਖਰ ਨੂੰ ਔਂਕੜ ਵੀ ਜ਼ਿਆਦਾਤਰ ਨਹੀਂ ਹੁੰਦਾ। ਹੁੰਦਾ ਹੀ ਨਹੀਂ। ਪਰ ਇਹਦੇ ਵਿੱਚ ਹੁੰਦਾ ਹੈ। ਪਰ ਇਹਦੇ ਨਾਲ ਅੱਖਰਾਂ ਦੇ ਵਿੱਚ ਵੀ ਅਰਥ ਅਰਥਾਂ ਦੇ ਵਿੱਚ ਵੀ ਫਰਕ ਪੈਂਦਾ ਦੇਖੋ। ਜੇ ਤਾਂ ਪਤੇਤਰ ਆ ਲਿਖਿਆ ਮਤਲਬ ਰਾਰੇ ਨੂੰ ਰਾਰੇ ਨੂੰ ਔਂਕੜ ਲੱਗਾ ਫਿਰ ਤਾਂ ਚਾਚੇ ਦਾ ਪੁੱਤ ਹੈ ਦਾ ਅਰਥ। ਜੇ ਪਤੇਤਰ ਰਾਰੀ ਨੂੰ ਸਿਆਰੀ ਲੱਗੀ ਆ ਫਿਰ ਚਾਚੇ ਦੀ ਧੀ ਹੈ। ਅਰਥ ਪਿਤੇਤਰ ਮਤਲਬ ਚਾਚੇ ਦਾ ਪੁੱਤ ਪਿਤੇਤਰ ਹੀ ਮਤਲਬ ਚਾਚੇ ਦੀ ਧੀ ਮਸੇਰ ਜੇ ਰਾਰੇ ਨੂੰ ਔਂਕੜ ਲੱਗਿਆ ਤਾਂ ਮਾਸੀ ਦਾ ਪੁੱਤ ਜੇ ਰਾਰੇ ਨੂੰ ਸਿਹਾਰੀ ਲੱਗੀ ਤਾਂ ਮਾਸੀ ਦੀ ਧੀ ਮਲਵੇਰ ਮਾਮੇ ਦਾ ਪੁੱਤ ਮਲਵੇਰੀ ਮਾਮੇ ਦੀ ਧੀ ਹਾਲਾਂਕਿ ਬੋਲਣ ਦੇ ਵਿੱਚ ਵੀ ਹੈ ਨਹੀਂਗੇ ਇਹ ਪਰ ਇਹਨਾਂ ਦੇ ਵਿੱਚ ਅੰਤ ਦੇ ਵਿੱਚ ਆਹ ਸਵਰ ਮੌਜੂਦ ਜ਼ਰੂਰ ਆਏ ਇਹ ਲਿਖੇ ਜਾਂਦੇ ਆ ਕਿਉਂਕਿ ਅਰਥਾਂ ਦੇ ਵਿੱਚ ਫਰਕ ਪੈਂਦਾ ਨਾ ਇਹਦੇ ਨਾਲ ਵੈ ਤੇੜਾ ਦੀ ਵਰਤੋਂ ਹੋਰ ਬੋਲੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਮੁਖੜਾ ਸਾਜਨੜਾ ਇਹ ਸਾਰੇ ਮੁਲਤਾਨੀ ਲੈਂਦੀ ਭਾਸ਼ਾ ਦੇ ਸ਼ਬਦ ਹੈ ਬੜੇ ਪਿਆਰੇ ਸ਼ਬਦ ਹੈ ਹਨਾ ਪੰਜਾਬੀ ਦੀਆਂ ਸਾਰੀਆਂ ਬੋਲੀਆਂ ਨਾਲੋਂ ਸਭ ਤੋਂ ਵੱਧ ਸੰਯੋਗਾਤਮਕ ਹੈ ਤੇ ਉਸ ਤੋਂ ਇਸ ਤੋਂ ਕੱਟ ਪੁੱਠ ਹੋਰੀਏ ਪੁੱਠ ਹੋਰੀ ਕਾਟਾ ਤਾਂ ਬਾੜੀ ਹੈ ਸੰਯੋਗਾਤਮਕ ਦੇਖੋ ਜੇ ਤੁਸੀਂ ਆ ਬੋਲਣਾ ਹੋਵੇ ਨਾ ਖਬਰਦਾਰ ਉਹ ਤੈਨੂੰ ਮਾਰੇਗਾ ਤਾਂ ਤੁਸੀਂ ਬੋਲਣਾ ਮਾਰੇ ਸੀ ਆਈ ਬਸ ਇੰਨਾ ਹੀ ਬੋਲਣਾ ਮਰੇਸੀ ਮਤਲਬ ਉਹ ਮਾਰੇਗਾ ਮਰੇਸੀਆ ਉਹ ਤੈਨੂੰ ਮਾਰੇਗਾ ਵੇਖੋ ਬੋਲਣ ਦਾ ਤਰੀਕਾ ਪਵੇਖਤ ਦੀ ਕਿਰਿਆ ਲਿੰਗ ਵਚਨ ਅਨੁਸਾਰ ਨਹੀਂ ਬਦਲਦੀ ਦੂਜੀਆਂ ਉਪ ਪਛਾਵਾਂ ਦੇ ਵਿੱਚ ਪਵੇਖ ਦਾ ਕਿਹੜਾ ਰੂਪ ਹੈ ਜਿਹੜਾ ਉਹ ਲਿੰਗ ਵਚਨ ਦੇ ਅਨੁਸਾਰ ਬਦਲਦਾ ਪਰ ਇਸ ਪਾਸ਼ਾ ਦੇ ਵਿੱਚ ਨਹੀਂ ਬਦਲਦਾ ਸਗੋਂ ਪੁਰਖ ਵਚਨ ਅਨੁਸਾਰ ਬਦਲਦੀ ਹੈ ਮੈਂ ਲਿਖਸਾ ਮਤਲਬ ਮੈਂ ਲਿਖਾਂਗਾ ਅਸਾਂ ਲਿਖਸ ਨੂੰ ਮਤਲਬ ਅਸੀਂ ਲਿਖਾਂਗੇ ਤੁਸੀਂ ਲਿਖੋ ਮਤਲਬ ਤੁਸੀਂ ਲਿਖੋਗੇ ਜਾਂ ਲਿਖੋਗੀਆਂ ਉਹ ਲਿਖਸੀ ਮਤਲਬ ਉਹ ਲਿਖੇਗੀ ਜਾਂ ਲਿਖੇਗਾ ਉਹ ਲਿਖਸਨ ਉਹ ਲਿਖਣਗੇ ਸਬੰਧਕ ਨੇ ਦੀ ਵਰਤੋਂ ਨਹੀਂ ਹੁੰਦੀ ਚਾਚੇ ਆਖਿਆ ਬਾਬੇ ਪੁੱਛਿਆ ਆਪਾਦਾਨ ਕਾਰਕ ਦੇਖ ਲੋ ਇਹਦੇ ਅਲੱਗ ਹੀ ਹੈ ਕਾਰਕ ਪੜ੍ਹਈਏ ਤੁਸੀਂ ਸਾਰਿਆਂ ਨੇ ਇੱਥੋਂ ਨੂੰ ਇੱਥੋਂ ਉੱਥੋਂ ਨੂੰ ਉੱਥੋਂ ਸ਼ਹਿਰੋਂ ਨੂੰ ਸ਼ਹਿਰੋਂ ਘਰੋਂ ਤੋਂ ਘਰੋਂ ਨੂੰ ਘਰੋਂ ਭੂਤਕਾਲ ਦੀ ਸਹਾਇਕ ਕਿਰਿਆ ਦੇ ਆਢੀ ਆ ਦੇਖੋ ਬੈਠਾ ਸੀ ਨੂੰ ਬੈਠਾ ਹਾਈ ਬੈਠੇ ਸਾਨੂੰ ਬੈਠੇ ਹਾਇਨ ਬੈਠਾ ਸਾ ਬੈਠਾ ਹੈਂ ਹੈ ਮੈਂ ਆ ਹਾਈ ਹਾਈ ਇਹ ਅਮਤਾਵਚਨ ਨੂੰ ਕਰਦੇ ਨੂੰ ਦੇਖਿਆ ਸੀ ਆ ਦੇਖ ਲੋ ਮਲਤਾਨੀ ਦੇ ਵਿੱਚ ਵੀ ਆ ਹਨ ਅਮਤਾਵਚਨ ਕਰਦਾ ਹੁੰਦਾ ਨਾ ਹਾਈ ਹਾਈ ਇਹ ਘਰ ਕੀ ਕਹਿੰਦਾ ਹਨ ਸ਼ਬਦਾਵਲੀ ਦੇਖ ਲੋ ਝੀਲ ਨੂੰ ਡੰਡ ਕਹਿੰਦੇ ਆ ਝੀਲ ਸੌਰੀ ਟੰਡ ਝੀਲ ਨੂੰ ਟੰਡ ਕਹਿੰਦੇ ਆ ਟੱਡਾ ਹੈ ਬਈ ਆ ਮੇਰੇ ਲਿਖਣ ਦੇ ਵਿੱਚ ਗਲਤੀ ਨਾ ਹੋ ਜਾਏ ਟੰਡ ਕਹਿੰਦੇ ਆ ਇਹ ਆ ਟੈ ਟੰਡ ਦੁੱਲਣ ਨੂੰ ਵੀਟਣ ਡੁੱਲ ਜਾਣਾ ਮਤਲਬ ਵੀਟ ਜਾਣਾ ਰਖਣਾ ਨੂੰ ਘਤਣਾ ਗਲੀਆਂ ਨੂੰ ਪਲੂਤੇ ਮਤਰਿਆ ਬਾਪ ਨੂੰ ਪਤੰਦਰ ਕਹਿੰਦੇ ਆ ਆਪਣੇ ਵੇਖ ਲੈ ਕਹਿੰਦੇ ਤੂੰ ਪਤੰਦਰ ਆਪਾਂ ਉਹੀ ਕਹੀ ਜਾਂਦੇ ਨੇ ਹੈਨਾ ਜਲਾਹਾ ਨੂੰ ਪਾਵਲੀ ਕਹਿੰਦੇ ਝੋਪੜਾ ਨੂੰ ਗਰੇੜਾ ਕਹਿੰਦੇ ਸੋ ਅਗਲੀ ਜਿਹੜੀ ਹੈਗੀ ਇਹ ਸਾਡੀ ਉਪ ਭਾਸ਼ਾ ਉਹ ਹੈਗੀ ਡੋਗਰੀ ਡੋਗਰੀ ਆ ਜਿਹੜੀ ਉਹ ਕਾਂਗੜਾ Shimla ਦਾ ਕੁਝ ਹਿੱਸਾ ਚੰਬਾ ਜੰਮੂ ਪੁਣਛ ਨਾਮ ਸੁਣੇ ਹੋਇਆ ਤੁਸੀਂ ਇਹਨਾਂ ਦੇ ਇਨਾਂ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਇਹਦੀ ਪਾਸ਼ਾਈ ਵਿਸ਼ੇਸ਼ਤਾਵਾਂ ਸਭ ਤੋਂ ਵੱਡੀ ਵਿਸ਼ੇਸ਼ਤਾ ਇਸੇ ਵਿੱਚ ਸੁਰ ਪੰਜਾਬੀ ਦੀਆਂ ਸਾਰੀਆਂ ਉਪ ਬੋਲੀਆਂ ਨਾਲੋਂ ਜ਼ਿਆਦਾ ਹੈ ਸਾਰੀਆਂ ਸੰਯੋਗਾਤਮਕਤਾ ਦੀ ਗੱਲ ਹੈ ਜੇ ਤਾਂ ਮੁਲਤਾਨੀ ਦੇ ਵਿੱਚ ਸਾਰੀਆਂ ਉਪ ਭਾਸ਼ਾਵਾਂ ਨਾਲੋਂ ਜ਼ਿਆਦਾ ਹੈ ਸੁਰ ਡੋਗਰੀ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਨਾਦੀ ਮਹਾਪ੍ਰਾਣ ਮਾਜੀ ਦੇਵਾਂਗੀ ਹੈ ਦਾ ਉਚਾਰਨ ਹੈ ਹੀ ਨਹੀਂਗਾ ਹੋਰ ਹੈ ਸ਼ੁਰੂ ਚ ਆਇਆ ਜਿਹੜਾ ਉਹਨੂੰ ਵੀ ਊੜੇ ਚ ਬਦਲਦਾ ਸੁਰਾਤਮਕ ਭਾਸ਼ਾ ਜਿਹੜੀ ਸੁਰ ਸਭ ਤੋਂ ਵੱਧ ਹੈ ਇਹਦੇ ਵਿੱਚ ਹੋਰ ਨੂੰ ਔਰ ਹੋਇਆ ਨੂੰ ਓਇਆ ਐ ਦੀ ਵਰਤੋਂ ਜ਼ਿਆਦਾ ਹੈ ਭਾਈ ਇੱਥੇ ਨੂੰ ਇੱਥਾ ਉੱਥੇ ਨੂੰ ਉਥਾ ਕਿੱਥੇ ਨੂੰ ਕਿੱਥਾ ਬੋਲਣਾ ਲੱਲੇ ਪੈਰ ਬਿੰਦੀ ਨਹੀਂ ਬੋਲਿਆ ਜਾਂਦਾ ਇਹਦੇ ਵਿੱਚ ਯੈ ਦਾ ਜੈ ਬਣਾਉਣਾ ਯਾਰ ਨੂੰ ਜਾਰ ਕਹਿਣਾ ਯਾਰ ਦੋਸਤ ਜਿਹੜਾ ਯਾਰ ਨੂੰ ਜਾਰ ਭੂਤਕਾਲ ਦੀ ਸਹਾਇਕ ਕਿਰਿਆ ਲਿੰਗ ਵਚਨ ਦੇ ਅਨੁਸਾਰ ਬਦਲਦੀ ਆ ਉੱਤੇ ਦੇਖਿਆ ਸੀ ਤੁਸੀਂ ਵੀ ਭੂਤਕਾਲ ਦੀ ਸਹਾਇਕ ਕਿਰਿਆ ਜਿਹੜੀ ਇਹਦੀ ਸੌਰੀ ਭੂਤਕਾਲ ਦੀ ਆਪਾਂ ਇਹਦੇ ਵਿੱਚ ਗੱਲ ਕੀਤੀ ਸੀਗੀ ਪੁੱਠਵਾਰੀ ਦੇ ਵਿੱਚ ਉਹਨਾਂ ਇਹਦੇ ਵਿੱਚ ਭੂਤਕਾਲ ਦੀ ਜਿਹੜੀ ਸਾਇਕਰ ਆ ਉਹ ਹਾਲ ਲਿੰਗ ਵਚਨ ਅਨੁਸਾਰ ਉਹ ਆਇਆ ਹਾ ਉਹ ਆਏ ਹੀ ਉਹ ਆਈ ਹੀ ਉਹ ਆਈਆਂ ਹੀ ਆ ਇਸ ਤਰ੍ਹਾਂ ਬੋਲਿਆ ਜਾਂਦਾ ਇਹਨੂੰ ਨੂ ਦੀ ਤਾਂ ਕੀ ਜਾਂ ਕੀ ਦੀ ਵਰਤੋਂ ਜਿਵੇਂ ਇਸ ਨੂੰ ਨੂੰ ਇਸ ਕੀ ਉਸ ਜਿਵੇਂ ਉਸ ਨੂੰ ਬੋਲਣਾ ਤਾਂ ਉਸ ਕੀ ਇਸ ਕੀ ਐਵੇਂ ਇਸ ਨੂੰ ਉਸ ਨੂੰ ਆਹ ਸ਼ਬਦ ਬੋਲਣੇ ਆ ਨਾ ਜੇ ਡੋਗਰੀ ਦੇ ਵਿੱਚ ਬੋਲਿਆ ਜਾਊਗਾ ਇਸ ਨੂੰ ਨੂੰ ਇਸ ਕੀ ਉਸ ਨੂੰ ਨੂੰ ਇਸ ਕੀ ਸ਼ਬਦਾਵਲੀ ਦੇਖ ਲਓ ਆਖਿਆ ਨੂੰ ਗਲਾਇਆ ਬੱਚੇ ਨੂੰ ਜਾਗਤ ਇੱਕ ਚ ਜਾਤਕ ਆਇਆ ਸੀ ਬਈ ਉਹ ਤਿਆਰ ਰੱਖਿਆ ਤੁਸੀਂ ਜਾਤਕ ਉੱਤੇ ਆ ਗਿਆ ਸੀ ਇੱਥੇ ਜਾਗਤ ਹੈ ਉੱਥੇ ਜਾਤਕ ਇੱਥੇ ਜਾਗਤ ਜੁੱਤੀ ਨੂੰ ਨੁੱਕਾ ਉਡੀਕਣਾ ਨੂੰ ਬਲਕਣਾ ਢਿੰਗਰੀ ਨੂੰ ਬਸਾਣੀ ਬੜਾ ਨੂੰ ਮਤਾ ਨਿੱਕੇ ਨੂੰ ਲੋਕਾ ਕਿਹਾ ਜਾਂਦਾ ਨਿੱਕਾ ਛੋਟਾ ਜਿਹਨੂੰ ਆਪਾਂ ਕਹਿ ਦਿੰਨੇ ਆ ਇਦੇ ਵਿੱਚ ਲਹੁਕਾ ਆ ਥੋੜਾ ਜਿਹਾ ਮੇਰੇ ਤੋਂ ਵਧੀਆ ਨਹੀਂ ਲਿਖਿਆ ਗਿਆ ਇਹਨੂੰ ਮੈਂ ਸਹੀ ਲਿਖ ਦਿੰਦਾ ਆ ਦੇਖੋ ਲਹੁਕਾ ਲਹੁਕਾ ਨੂੰ ਨਿੱਕਾ ਕਿਹਾ ਜਾਂਦਾ ਹੈ ਆਹ ਲਓ ਜੀ ਗੱਲ ਤੁਹਾਡੀ ਹੋ ਗਈ ਸਾਰੀ ਕਲੀਅਰ ਮੈਨੂੰ ਲੱਗਦਾ ਹੈ ਵੀ ਜਿਵੇਂ ਸਾਰੀ ਸਥਿਤੀ ਕਲੀਅਰ ਹੋ ਗਈ ਹੈ ਖਤਮ ਲਓ ਵਾਹ ਜੀ ਵਾਹ ਕੀ ਬਾਤ ਹੈ ਸੋਰਾ ਟਾਪਿਕ ਥੋੜਾ ਜਿਹਾ ਵੱਡਾ ਚਲੇ ਗਿਆ ਇਹ ਤੇ ਪਰ ਫਿਰ ਵੀ ਰੱਖਿਓ ਥੋੜਾ ਜਿਹਾ ਧਿਆਨ ਹੀ ਭਾਈ ਇਹਦੇ ਬਾਰੇ ਕਿਉਂਕਿ ਇਹਦੇ ਵਿੱਚੋਂ ਪ੍ਰੈਸ਼ਰ ਆ ਜਿਹੜਾ ਸ਼ੋਰ ਆਊਗਾ ਆਊਗਾ ਇਹਦੇ ਵਿੱਚੋਂ ਹੀ ਠੀਕ ਹੈ ਜੀ ਅਗਲੀ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ ਰੱਬ ਰਾਖਾ ਮਿਹਰਬਾਨੀ